ਤੁਸੀਂ ਮੈਨੂੰ ਦੱਸੋ ਹੁਣ ਉਹਨੂੰ ਭੁੱਲਰ ਨੂੰ ਆਪਾਂ ਕੀ ਕਹੀਏ ਮੌਤ ਦਾ ਸੁਦਾਗਰ ਕਹਾਂ ਜਾਂ ਬੰਦੀ ਸਿੱਖ ਕਹਾਂ ਤੁਸੀਂ ਪੁੱਛਣਾ ਕੀ ਸਵਾਲ ਚਾਉਂਦੇ ਹੋ ਮੌਤ ਦੇ ਸੁਦਾਗਰਾਂ ਦੇ ਅੱਖ ਕਿਉਂ ਤੁਸੀਂ ਆਪਣੇ ਸਰੀਰਾਂ ਤੇ ਬੰਬ ਖਾਉਂਦੇ ਰਹੇ ਅਸੀਂ ਗਲਤ ਕਿਉਂ ਗਲਤ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਨਾ ਨਹੀਂ ਮੈਂ ਤੁਹਾਨੂੰ ਸਵਾਲ ਉਹ ਗਲਤ ਜਾਂ ਮੈਂ ਗਲਤ ਇਹਨੂੰ ਕੱਕ ਬੰਦ ਕਰੋ ਬੇਟਾ ਬੰਦ ਕਰੋ ਬਗੈਸ਼ਵਰ ਨਾਮ ਤੁਸੀਂ ਵੀ ਗਏ ਸੀਗਾ ਪਿੱਛੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਬਹੁਤ ਰੌਲਾ ਪਿਆ ਦੇਖੋ ਜੀ ਗੱਲ ਸੁਣੋ ਮੈਂ ਅੱਜ ਵੀ ਜਾਣਾ ਕੱਲ ਵੀ ਜਾਊ ਇਹ ਨਹੀਂ ਹੱਦ ਕਿਆ ਬਾਤ ਕਰਦੇ ਹੋ ਤੇ ਆਗੇ ਬੰਦੀ ਸਿੱਖਾਂ ਨੂੰ ਮੌਤੇ ਸੌਦਾਗਰਾਂ ਨੂੰ ਛਡਵਾਉਣ ਲਈ ਜਿਹੜਾ ਕੋ ਸਰਦਾਰ ਭਰਾ ਵੀ ਸੀ ਸਿਰ ਤੇ ਪਾਗਣੀ ਸੀ ਤੁਸੀਂ ਉਹਨਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਸਰੀਰ ਮੇਰਾ ਟੁੱਟਿਆ ਹੈਂਡੀਕੈਪਟ ਮੈਂ ਹੋਇਆ ਆਪਣੇ ਨਾਲ ਜਵਾਨ ਉੜਦੇ ਦੇਖੇ ਜਿਨ੍ਹਾਂ ਨੇ ਵਰਦੀ ਪਾਈ ਸੀ ਕਿਉਂ ਪਾਕਿਸਤਾਨ ਤੋਂ ਆਏ ਸੀ ਰਸਤੇ 'ਚ ਆਂਦੇ ਜਾਂਦੇ ਲੋਕ ਜਿਹੜੇ ਸ਼ਹੀਦ ਹੋ ਗਏ ਉਹਦਾ ਕੌਣ ਜ਼ਿੰਮੇਦਾਰ ਹੈ ਮੈਨੂੰ ਤੁਸੀਂ ਦੱਸੋ ਇਹ ਕਿਹੜਾ ਨਵਾਂ ਤਰੀਕਾ ਇਹਨਾਂ ਨੇ ਫੜਿਆ ਕੋਈ ਦਿਨ ਨਹੀਂ ਜਾਂਦਾ ਜਦਨੇ ਧਰਨਾ ਨਹੀਂ ਮਾਰਦੇ ਪਰ ਪਰ ਉਹ ਮਿਲ ਸੀ ਤਕਲੀਫ ਤੁਹਾਨੂੰ ਉਹੀ ਸੀ ਥੋੜੀ ਜਿਹੀ ਮੁਸ਼ਕਲ ਹੋਈ ਸੀ ਥੋੜੀ ਨਹੀਂ ਤਕਲੀਫ ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਜਿਹੜੇ ਪਾਕਿਸਤਾਨ ਦੇ ਇਸ਼ਾਰੇ 'ਤੇ ਜਿਹੜੇ ਪਾਕਿਸਤਾਨ ਤੋਂ ਨਾਰਕੋ ਟੈਰਰਿਜ਼ਮ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਆਰ ਡੀ ਐਕਸ ਲੈ ਕੇ ਪੰਜਾਬ ਦੀ ਸਿੱਖ ਕੌਮ ਨੂੰ ਬਦਨਾਮ ਕਰਦੇ ਮਦਰੂਮਾਂ ਨੂੰ ਮਾਰ ਲਈ ਉਹਨਾਂ ਦੇ ਬਾਰੇ ਕਿਉਂ ਨਹੀਂ ਨਾ ਰਹੀ ਆਵਾਜ਼ ਉੱਠਦੀ ਤੁਸੀਂ ਬੰਦੀ ਸਿੱਖ ਤਾਂ ਬਣਾਈ ਜਾਓ ਬੇਗੁਨਾਹਾਂ ਦੇ ਕਾਤਲਾਂ ਨੂੰ ਤੁਸੀਂ ਛੱਡੀ ਜਾਓ ਤੇ ਨਵੇਂ ਪਾਕਿਸਤਾਨ ਤੋਂ ਹਥਿਆਰ ਆ ਕੇ ਉਹਨਾਂ ਨੂੰ ਤਿਆਰ ਕਰੀ ਜਾਓ ਤਿੰਨ ਸਾਲ ਬਾਅਦ ਫੇਰ ਕਹੋ ਜੀ ਇਹ ਬੰਦੀ ਸਿੱਖ ਹੈ ਕਿ ਇਹ ਸਾਡੇ ਸਿੱਖ ਕੌਮ ਦੀ ਇਹ ਇਹ ਨਿਸ਼ਾਨੀ ਹੈ ਨਰਸਿਮਾ ਰਾਓ ਦੀਆਂ ਨਜ਼ਰਾਂ 'ਚ ਤੁਸੀਂ ਕਦੋਂ ਆਏ ਨਰਸਿਮਾ ਰਾਓ ਦੀਆਂ ਨਜ਼ਰਾਂ 'ਚ ਉਦੋਂ ਆਇਆ ਜਦੋਂ ਰਾਜੀਵ ગાંધી ਜੀ ਦੀ ਡੈਥ ਹੋ ਗਈ ਬਿਲਕੁਲ ਬਾਬਾ ਨੇ ਕੋਸ਼ਿਸ਼ ਕੀਤੀ ਤੁਹਾਡੀ ਐਨਐਸਜੀ ਹਟਾਉਣ ਦੀ ਹਾਂ ਪੂਰੀ 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 ਬਾਬਾ ਪਹਿਲੀ ਗੱਲ ਤੋਂ ਬਾਬਾ ਨਾ ਤੁਸੀਂ ਕਹੋ ਉਹ ਲੁੱਚਾ ਸੌਦਾ ਸੀ ਲੁੱਚਾ ਸੌਦਾ ਹੈ ਲੁੱਚਾ ਸੌਦਾ ਰਹੇਗਾ ਕਿਹੜਾ ਬੁੱਧ ਜਾ ਕੇ ਤਾਂ ਦੇਖੋ ਮੰਦਰ ਚੋਂ ਥੇ ਉਹਨੂੰ ਲੁਚਾ ਸੋਦਾ ਨਾ ਤੁਸੀਂ ਜੋੜੀ ਜਾਂਦੇ ਹੋ ਨਹੀਂ ਤੁਸੀਂ ਜੋੜ ਰਹੇ ਹੋ ਨਹੀਂ ਤੁਸੀਂ আরে ਲੋਕਾਂ ਦੇ ਕਹਿੰਦਾ ਜਦੋਂ ਸਰ ਤੁਹਾਡੀ ਵੀਡੀਓ ਚੱਲਦੀ ਹੈ ਅਰੇ ਮੇਰੀ ਵੀਡੀਓ ਮੈਂ ਫੇਸਬੁੱਕ ਤੇ ਪਾਜੀ ਬਹੁਤ ਸਾਰੇ ਲੋਕ ਥੱਲੇ ਕਮੈਂਟ ਕਰ ਰਹੇ ਇਹਨਾਂ ਦੀ ਅਸਲੀ ਦੀ ਤਾਂ ਸੀ ਅਸੀਂ ਦੇਖਦੇ ਹੀ ਨਹੀਂ ਠੁੱਕਦੇ ਹੀ ਨਹੀਂ ਉਹਨਾਂ ਦੇ ਕਮੈਂਟਾਂ 'ਚ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਲੇਖ ਛਪਿਆ ਸੀਗਾ ਜਿਹਦੇ 'ਚ ਤੁਹਾਡਾ ਬਿਆਨ ਸੀਗਾ ਇਹਦੇ ਦਵਿੰਦਰਪਾਲ ਬੁੱਲਰ ਨੂੰ ਰਿਹਾ ਕੀਤਾ ਜਾਂਦਾ ਤੇ ਇਹ ਮੇਰੇ ਲਈ ਮਰਨ ਬਰਾਬਰ ਹੈ 36000 بے ਗੁਨਾਹਾਂ ਦਾ ਕਤਲੇਆਮ ਕਰਨ ਵਾਲੇ ਮੌਤ ਦੇ ਸੁਦਾਗਰ ਸੀ ਮੌਤ ਦੇ ਸੁਦਾਗਰ ਹੈ ਮੌਤ ਦੇ ਰਹਿਣਗੇ ਦੇਖੋ ਜੀ ਕੁੱਕੀ ਗਿਲ ਦੀ ਗੱਲ ਤੇ ਦੂਸਰੀ ਆਡੀ ਗੱਲ ਦੇ ਵਿੱਚ ਬਹੁਤ ਫਰਕ ਹੈ ਤੁਸੀਂ ਬੰਦੀ ਸਿੰਘ ਨਹੀਂ ਕਹਿੰਦੇ ਤੁਸੀਂ ਕਹਿੰਦੇ ਹੋ ਬੇਗੁਨਾਹਾਂ ਦੇ ਕਾਤਲ ਜਿਨ੍ਹਾਂ ਨੇ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਟ੍ਰੇਨਾਂ ਚੋਂ ਪੱਸਾਂ ਚੋਂ ਕੱਢ-ਕੱਢ ਕੇ ਬੇਗੁਨਾਹ ਲੋਕਾਂ ਨੂੰ ਮਾਰਿਆ ਭੈਣਾਂ ਦੇ ਸੁਹਾਗ ਸੁਹਾਗ ਉਜਾੜੇ ਬੱਚੇ ਯਤਿਮ ਕੀਤੇ ਪਿੰਡਾਂ ਦੇ ਪਿੰਡ ਖਾਲੀ ਕਰਾਤੇ ਸੀ ਉਹਨਾਂ ਦੇ ਹੱਥ ਵਿੱਚ ਕੋ ਕਿਰਪਾਨਾ ਸੀ ਕਿ ਉਹਨਾਂ ਦੇ ਹੱਥ ਵਿੱਚ ਕੋ ਬੰਦੂਕਾਂ ਸੀ ਕਿ ਉਹਨਾਂ ਦੇ ਹੱਥ ਵਿੱਚ ਕੁੱਤਰਛੂਲ ਸੀ ਦਿੱਲੀ ਜਿਹੜਾ ਬੰਬ ਚੱਲਿਆ ਜਿਹੜਾ ਭੁੱਲਰ ਨੇ ਬੰਬ ਮੇਰੇ ਤੇ ਚਲਾਇਆ ਉਹ ਤਾਂ 35 ਬੰਦੇ ਤਾਂ ਮੇਰੇ ਨਾਲ ਸ਼ਹੀਦ ਹੋਏ ਤੇ 90 ਜ਼ਖਮੀ ਹੋ ਗਏ ਉਹ ਚੋਂ ਕਿੰਨੇ ਵਿਚਾਰੇ ਦੁਨੀਆ ਤੋਂ ਚਲੇ ਗਏ ਹੋਣਗੇ ਤੇ ਕਈ ਚੱਲ ਨਹੀਂ ਸਕਦੇ ਬਲਾਤਕਾਰ ਕਰਨ ਵਾਲੇ ਬਾਬੇ ਨੂੰ ਤਾਂ ਪਰੋਲ ਦੂਜੇ ਤੀਜੇ ਦਿਨ ਮਿਲ ਗਈ ਬਿਲਕੁਲ ਮੈਂ ਕਹਿੰਦਾ ਸਭ ਤੋਂ ਪਹਿਨਾ ਉਹ ਲੁੱਟੇ ਸੌਦੇ ਦੇ ਖਿਲਾਫ ਮੈਂ ਆਵਾਜ਼ ਉਠਾਈ ਉੱਥੇ ਗਿਆ ਜਦੋਂ ਉਹਦਾ ਪੂਰਾ ਜੋਰ ਸੀ ਸਰਕਾਰਾਂ ਉਹਦੇ ਨਾਲ ਸੀ ਉੱਥੇ ਜਾ ਕੇ ਮੈਂ ਰੌਲਾ ਪਾ ਕੇ ਆਇਆ ਇਹਦੇ ਖਿਲਾਫ ਮੈਂ ਡੱਟ ਕੇ ਆਵਾਜ਼ ਉਠਾਈ ਪਰ ਰੋਜ ਜਰੂਰ ਕਰਪਾਨਾ ਰੋਜ ਖਾਰਿਸਤਾਨ ਦੇ ਨਾਰੇ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਕੀ ਨਾਂ ਨੂੰ ਦਾਗ ਨਹੀਂ ਲੱਗਦਾ ਐਵੇਂ ਬੁੱਧੀਜੀਵੀ ਬਣੀ ਜਾਣਾ ਉਹ ਤੁਸੀਂ ਕੀ ਲੈਣਾ ਹੈ ਹੈ ਜੇ ਕਿਸੇ ਨੇ ਕਿਹਾ ਹਿੰਦੂ ਰਾਸ਼ਟਰ ਬਣਾਵਾਂਗੇ ਇਹ ਐਵੇਂ ਪੰਗਾ ਲਈ ਦੇਣਾ ਪਤਾ ਨਹੀਂ ਅਗਲਾ ਨਿਸ਼ਾਨਾ ਕਿੱਥੇ ਆ ਕਿਉਂ ਗੱਲ ਕਰ ਰਿਹਾ ਸਾਡੇ ਸਰਦਾਰਾਂ ਦੇ ਉੱਤੇ ਕੋਈ ਗੱਲ ਸਵਾਲ ਉਠਾ ਸਕਦਾ ਹੈ ਕਿਸੇ ਦੀ ਹਿੰਮਤ ਪੂਰੀ ਦੁਨੀਆ ਸਾਨੂੰ ਨਮਸਤਕ ਕਰਦੀ 2% ਦੀ ਆਵਾਜ਼ ਤਾਂ ਹੁਣ ਲੋਕ ਸਭਾ ਦੇ ਵਿੱਚ ਵੀ ਗੂੰਜ ਰਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚੁੱਕੀ ਹੈ ਕਿਹੜੀ ਗੱਲ ਚੁੱਕੀ ਉਹਨਾਂ ਨੇ ਇਹ ਬੰਦੀ ਸਿੰਘਾਂ ਦੇ ਰਿਆਹੇ ਨੂੰ ਲੈ ਕੇ ਉੱਥੇ ਮੋਰਚਾ ਲੱਗਾ ਹੋਇਆ ਹੈ ਜੇ ਜੇ ਆਵਾਜ਼ ਪਾਰਲੀਮੈਂਟ ਤੇ ਚੁੱਕੀ ਜਾਂਦੀ ਹੈ ਤੇ ਮੈਂ ਮੈਨੂੰ ਕੀ ਲੈਣਾ ਦੇਣਾ ਬੰਬ ਤਾਂ ਮੈਂ ਖਾਦੇ 35 ਬੰਦੇ ਮੇਰੇ ਨਾਲ ਸ਼ਹੀਦ ਹੋਏ ਜਿਹੜੇ ਲੋਕ ਸ਼ਹੀਦ ਹੋਏ ਉਹ ਥੱਲੇ ਪੈ ਗਏ ਤੇ ਆਹ ਜਿਹੜੇ ਲੋਕ ਪਾਰਲੀਮੈਂਟ ਤੇ ਬੋਲਣਗੇ ਇਹ ਸੱਚ ਪੈ ਗਏ ਵਾਹ ਬਈ ਵਾਹ ਮੈਂ ਕਰਾਂ ਮਾਨਵਤਾ ਦੀ ਗੱਲ ਇਹ ਮਨੁੱਖਾਂ ਨੂੰ ਮਾਰਨ ਵਾਲਿਆਂ ਦੀ ਗੱਲ ਕਰਨ ਉਹ ਸੱਚੇ ਬਣ ਕੇ ਅਸੀਂ ਝੂਠੇ ਬਣ ਕੇ ਵਾਹ ਬਈ ਵਾਹ ਟੱਪ ਕੇ ਪਹਿਲੀ ਵਾਰ ਅੰਦਰ ਚਲਾ ਗਿਆ ਜਿੱਥੇ ਸਾਡੇ ਗੁਰੂ ਮਹਾਰਾਜ ਬਿਰਾਜਮਾਨ ਨੇ ਠੀਕਾ ਨੂੰ ਮਾਰ ਦਿੱਤਾ ਗਿਆ ਕਿ ਕਿਸੇ ਨੇ ਰੌਲਾ ਪਾਇਆ ਕਿ ਇਹਦੇ ਪਿੱਛੇ ਕਿਹਦੇ ਸਾਜ਼ਿ ਸੀ ਚੁੱਪ ਉਹ ਤੂੰ ਤੂੰ ਕਰਕੇ ਸਾਡੇ ਜਥੇਦਾਰਾਂ ਨੂੰ ਬੁਲਾ ਰਿਹਾ ਸੀ ਤੂੰ ਤੂੰ ਕਰਕੇ ਉਹਨਾਂ ਦਾ ਸਪੋਕਸਪਰਸਨ ਉਹਨਾਂ ਦਾ ਸਪੋਕਸਪਰਸਨ ਔਰ ਰਜੇਸ਼ ਸ਼ਰਮਾ ਜੀ ਨੂੰ ਵੀ ਇਹ ਕਹਿ ਰਿਹਾ ਸੀ ਵੀ ਤੁਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਮੈਂ ਕਿਹਾ ਬੰਦਾ ਤੁਹਾਡੇ ਕਾਬੂ ਨਹੀਂ ਆਉਂਦਾ ਮੇਰੀਆਂ ਲੈਣਾ ਜੋੜੋ ਟੈਲੀ ਵਿ ਡਿਬੇਟ 'ਚ ਤੁਸੀਂ ਕਹਿੰਦਾ ਉਸੇ ਟਾਈਮ ਕਹਿੰਦਾ ਉਹ ਉੱਥੇ ਮੈ ਨਹੀਂ ਰਿਹਾ ਗਿਆ ਮੇ ਤੋਂ ਕਿ ਤੁਸੀਂ ਆਪਣੀ ਜਵਾਨੀ ਵੇਲੇ ਜਦੋਂ ਸਰਦਾਰ ਬਿਆਨ ਸਿੰਘ ਹੋਰਾਂ ਦੀ ਸਰਕਾਰ ਸੀਗੀ ਉਈ ਐਮਐਲਏ ਫੰਡ ਦਾ ਹੈ ਸਿਆਣੇ ਬਜ਼ੁਰਗ ਕਹਿਆ ਕਰਦੇ ਸੀਗੇ ਕਿ ਸਵੇਰ ਦਾ ਭੁੱਲਾ ਜੇ ਸ਼ਾਮੀ ਘਰੇ ਵਾਪਸ ਆ ਜਾਵੇ ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ ਚੰਡੀਗੜ੍ਹ ਮੁਹਾਲੀ ਦੀਆਂ ਬਰੂਹਾਂ ਤੇ ਇਸ ਵਕਤ ਕੌਮੀ ਇਨਸਾਫ ਮੋਰਚਾ ਚੱਲਦਾ ਪਿਆ ਔਰ ਜੋ ਲੋਕ ਉੱਥੇ ਬੈਠੇ ਹੋਏ ਨੇ ਉਹ ਕਹਿੰਦੇ ਨੇ ਕਿ ਅਸੀਂ ਬੰਦੀ ਸਿੰਘ ਰਿਹਾ ਕਰਕੇ ਛੱਡਾਂਗੇ ਲੇਕਿਨ ਬੀਤੇ ਕੁਝ ਦਿਨਾ ਤੋਂ ਦੇਖਿਆ ਜਾ ਰਿਹਾ ਹੈ ਕਿ ਉੱਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਜੋ ਕੁਝ ਵੀ ਵਾਪਰਿਆ ਉਹ ਨਹੀਂ ਵਾਪਰਨਾ ਚਾਹੀਦਾ ਸੀਗਾ ਲੇਕਿਨ ਇਹ ਸਭ ਦੇ ਵਿੱਚ ਮਨਿੰਦਰਜੀਤ ਸਿੰਘ ਬੱਟਾ ਕਿਸ ਤਰੀਕੇ ਦੀ ਓਪੀਨੀਅਨ ਰੱਖਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਸਵਾਗਤ ਕਰਦੇ ਹਾਂ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਪੀਕਰ ਬਹੁਤ ਧੰਨਵਾਦ ਤੁਹਾਡਾ ਜੀ ਅਕਸਰ ਜਦੋਂ ਤੁਸੀਂ ਬਿਆਨ ਦਿੰਨੇ ਹੋ ਬੰਦੀ ਸਿੰਘਾਂ ਨੂੰ ਲੈ ਕੇ ਤੁਸੀਂ ਬੰਦੀ ਸਿੰਘ ਨਹੀਂ ਕਹਿੰਦੇ ਤੁਸੀਂ ਕਹਿੰਦੇ ਹੋ ਬੇਗੁਨਾਹਾਂ ਦੇ ਕਾਤਲ ਔਰ ਫਿਰ ਇੱਕ سلسلہ ਛੜਦਾ ਹੈ ਸੋਸ਼ਲ ਮੀਡੀਆ ਤੇ ਜਦੋਂ ਤੁਹਾਡਾ ਬਿਆਨ ਵਾਇਰਲ ਹੁੰਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਲੋਕਾਂ ਲੋਕ ਗੱਲਾਂ ਕਰਦੇ ਨੇ ਕਮੈਂਟ ਸੈਕਸ਼ਨ ਚ ਆ ਕੇ ਲੋਕ ਪੁੱਛਦੇ ਨੇ ਤੁਹਾਡੇ ਕੋਲੋਂ ਕਿ ਕੀ ਤਕਲੀਫ ਹੈ ਬਟਾ ਸਾਹਿਬ ਕਿਉਂ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਤੇ ਆ ਕੇ ਗੱਲਾਂ ਕਰਦੇ ਹੋ ਸਵਾਲ ਬੜਾ ਤੁਸੀਂ ਅਜੀਬ ਜਿਹਾ ਤੇ ਬੜਾ ਅਲੱਗ ਜਿਹਾ ਸਵਾਲ ਪੁੱਛਿਆ ਜਿਨ੍ਹਾਂ ਨੇ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਟ੍ਰੇਨਾਂ ਚੋਂ ਬੱਸਾਂ ਚੋਂ ਕੱਢ-ਕੱਢ ਕੇ ਬੇਗੁਨਾਹ ਲੋਕਾਂ ਨੂੰ ਮਾਰਿਆ ਭੈਣਾਂ ਦੇ ਸੁਹਾਗ ਸੁਹਾਗ ਉਜਾੜੇ ਬੱਚੇ ਯਤੀਮ ਕੀਤੇ ਪਿੰਡਾਂ ਦੇ ਪਿੰਡ ਖਾਲੀ ਕਰਾਤੇ ਕਿ ਉਹਨਾਂ ਦੇ ਹੱਥ ਵਿੱਚ ਕੋ ਕ੍ਰਪਾਨਾ ਸੀ ਕਿ ਉਹਨਾਂ ਦੇ ਹੱਥ ਵਿੱਚ ਕੋ ਬੰਦੂਕਾਂ ਸੀ ਕਿ ਉਹਨਾਂ ਦੇ ਹੱਥ ਵਿੱਚ ਕੋ ਤਰਛੂਲ ਸੀ ਇਹ ਕਿਹੜਾ ਕੌਮ ਕਿਹੜਾ ਮਤਲਬ ਐਸਾ ਜਿਹਦੇ ਚ ਇਹ ਸਿਖਾਇਆ ਜਾਂਦਾ ਹੈ ਵੀ ਤੁਸੀਂ ਮਦਲੂਮਾਂ ਨੂੰ ਮਾਰਦੇ ਹੋ ਇਹ ਕੌਮ ਤਾਂ ਮ졸ੂਮਾਂ ਨੂੰ ਬਚਾਉਣ ਲਈ ਬਣੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਆਪਣੀ ਸੀਸ ਨੂੰ ਨਿਸਾਵਰ ਕਰ ਦਿੱਤਾ ਕੌਮ ਤੇ ਦੇਸ਼ ਦੀ ਖਾਤਰ ਕਸ਼ਮੀਰੀ ਪੰਡਤਾਂ ਲਈ ਤੇ ਆਪਾਂ ਗੁਰੂ ਮਹਾਰਾਜ ਜੀ ਉਲਟ ਬੇਗੁਨਾਹਾਂ ਦਾ ਕਤਲ ਹੀ ਆਮ ਕਰਤਾ ਕੋ 4 ਬੰਦੇ ਮਾਰੇ ਕੋ 5 ਬੰਦੇ ਮਾਰੇ ਦਿੱਲੀ ਜਿਹੜਾ ਬੰਬ ਚੱਲਿਆ ਜਿਹੜਾ ਭੁੱਲਰ ਨੇ ਬੰਬ ਮੇਰੇ ਤੇ ਚਲਾਇਆ ਉਹ ਤਾਂ 35 ਬੰਦੇ ਤਾਂ ਮੇਰੇ ਨਾਲ ਸ਼ਹੀਦ ਹੋਏ ਤੇ 90 ਜ਼ਖਮੀ ਹੋ ਗਏ ਉਹ ਚੋਂ ਕਿੰਨੇ ਵਿਚਾਰੇ ਦੁਨੀਆ ਤੋਂ ਚਲੇ ਗਏ ਹੋਣਗੇ ਤੇ ਕਈ ਚੱਲ ਨਹੀਂ ਸਕਦੇ ਕਈ ਵੜਤੇ ਪਏ ਹੋਣਗੇ ਤੁਸੀਂ ਮੈਨੂੰ ਦੱਸੋ ਹੁਣ ਉਹਨੂੰ ਭੁੱਲਰ ਨੂੰ ਆਪਾਂ ਕੀ ਕਹੀਏ ਮੌਤ ਦਾ ਸੁਦਾਗਰ ਕਹਾ ਜਾਂ ਬੰਦੀ ਸਿੱਖ ਕਹਾ ਬੰਦੀ ਸਿੱਖ ਦਾ ਮਤਲਬ ਕੀ ਪਹਿਲੇ ਦੱਸੋ ਨਾ ਜਿਹੜੇ ਬੇਗੁਨਾਹਾਂ ਦੇ ਕਤਲੇਆਮ ਕਰਨ ਉਹਨਾਂ ਨੂੰ ਇੱਜ਼ਤ ਨਾਲ ਬੁਲਾਇਆ ਜਾਂਦਾ ਕਹਿੰਦੇ ਇਹਨਾਂ ਨਾਲ ੱੱੱਕਾ ਹੋ ਰਿਹਾ ਪਤਾ ਨਹੀਂ ਕਿੰਨੀ ਦੇਰ ਤੋਂ ਕੈਦ ਕਰਕੇ ਰੱਖੇ ਜੇਲ੍ਹਾਂ ਚ ਜਿਹੜੇ 36000 ਬੇਗੁਨਾਹ ਲੋਕ ਮਾਰਤੇ ਉਹਨਾਂ ਨਾਲ ਕੋਈ ੱੱੱਕਾ ਨਹੀਂ ਹੋਇਆ ਜਿਨਾਂ ਦੇ ਹੱਥ 'ਚ ਬੰਦੂਕ ਨਹੀਂ ਸੀ ਇਹਨਾਂ ਵਾਂਗੂ ਜਿਨਾਂ ਦੇ ਹੱਥ AK47 ਨਹੀਂ ਸੀ ਜਿਨਾਂ ਦੇ ਹੱਥ ਦੇ ਵਿੱਚ ਕੋਈ ਇਹੋ ਜਿਹੇ ਹਥਿਆਰ ਨਹੀਂ ਸੀ ਉਹ ਤਾਂ ਘਰਾਂ ਚੋਂ ਨਿਕਲੇ ਸੀ ਆਪਣੀ ਮਾਂ ਲਈ ਆਪਣੇ ਪਿਤਾ ਲਈ ਆਪਣੀ ਪਤਨੀ ਲਈ ਆਪਣੇ ਬੱਚਿਆਂ ਲਈ ਰੋਟੀ ਕਮਾਉਣ ਨਿਕਲੇ ਸੀ ਬੱਥਾ ਜੋ ਕੱਢ-ਕੱਟ ਕੇ ਤੁਸੀਂ ਲੈਣਾ ਤੇ ਖੜੇ ਕਰਕੇ ਜਿਹੜਾ ਕੋ ਸਰਦਾਰ ਭਰਾ ਵੀ ਸੀ ਸਿਰ ਤੇ ਪਾਗਣੀ ਸੀ ਤੁਸੀਂ ਉਹਨਾਂ ਨੂੰ ਵੀ ਗੋਲੀਆਂ ਨਾਲ ਭੁੰਨ ਦਿੱਤਾ ਤੁਸੀਂ ਜੰਗਰਾਓ ਦੇ ਵਿੱਚ ਲੁਧਿਆਣਾ ਦੇ ਕੋਲ ਟ੍ਰੇਨਾਂ ਜੋ ਕੱਢ-ਕੱਢ ਕੇ ਉੱਧਰ ਜਿਵੇਂ ਕੇ ਸਰਦਾਰ ਸਨ ਸਿਰ ਤੇ ਪਗੜੀ ਨਹੀਂ ਸੀ 25 30 ਲੋਕਾਂ ਨੂੰ ਤੁਸੀਂ ਗੋਲੀਆਂ ਨਾਲ ਭੁੰਨ ਦਿੱਤਾ ਬਹੁਤ ਸਾਰੇ ਸਿੱਖ ਬੁੱਧੀਜੀਵੀ ਬਿੱਟਾ ਸਾਹਿਬ ਇਹ ਵੀ ਕਹਿੰਦੇ ਹੈਗੇ ਨੇ ਕਿ ਜਦੋਂ ਇੱਥੇ ਦਿੱਲੀ ਦੇ ਵਿੱਚ ਕਤਲੇਆਮ ਹੋਣਾ ਸ਼ੁਰੂ ਹੋਇਆ ਸਿੱਖਾਂ ਦਾ ਉਸ ਤੋਂ ਬਾਅਦ ਪੂਰੀ ਸਿੱਖ ਕਮਿਊਨਿਟੀ ਦਾ ਮੋਰਲ ਬਹੁਤ ਡਾਊਨ ਸੀਗਾ ਡੀਮੋਰਾਲਾਈਜ਼ ਹੋਈ ਹੋਈ ਸੀਗੀ ਔਰ ਇਸ ਕਰਕੇ ਜਿਹੜੇ ਸਟੈਪ ਸੀਗੇ ਉਹ ਚੁੱਕੇ ਬਹੁਤ ਸਾਰੇ ਸਿੱਖ ਬੁੱਧੀਜੀਵੀ ਕਹਿੰਦੇ ਇੰਟੈਲੈਕਚੁਅਲਸ ਕਹਿੰਦੇ ਨੇ ਬੁੱਧੀਜੀਵੀ ਕਿਹਨਾਂ ਨੂੰ ਕਹਿੰਦੇ ਹੋ ਤੁਸੀਂ ਮੈਂ ਤੁਹਾਨੂੰ ਸਵਾਲ ਪੁੱਛਦਾ ਮੈਂ ਬੁੱਧੀਜੀਵੀ ਨਹੀਂ ਜਿਹੜੀ ਗੱਲ ਮੈਂ ਕਹਿ ਰਿਹਾ ਰঞ্জੀਤ ਸਿੰਘ ਕੁੱਕੀ ਗਿਲ ਕਹਿੰਦੇ ਨੇ ਰঞ্জੀਤ ਸਿੰਘ ਕੁੱਕੀ ਗਿਲ ਉਹੀ ਨੇ ਜਿਹੜੇ ਲਲੇ ਤਮਾਕਨ ਦੇ ਕਤਲ ਦੇ ਦੇਖੋ ਜੀ ਮੈਂ ਉਹਨਾਂ ਦੇ ਵਿਚਾਰਾਂ ਨਾਲ ਮੈਂ ਉਹਨਾਂ ਦੇ ਬਾਰੇ ਨਹੀਂ ਕੋਈ ਗੱਲ ਕਰ ਸਕਦਾ ਉਹ ਜਦੋਂ ਬਾਹਰ ਆਏ ਨੇ ਉਹਨਾਂ ਦੀ ਜਿਹੜੀ ਅ ਗੱਲ ਕਰਨ ਦਾ ਤਰੀਕਾ ਬੜਾ ਫਰਕ ਹੈ ਬੜਾ ਚੇਂਜ ਹੈ ਮੈਂ ਉਹਨਾਂ ਦੇ ਬਾਰੇ ਕੋਈ ਮਾੜਾ ਕਮੈਂਟਸ ਨਹੀਂ ਕਰਾਂਗਾ ਮੈਂ ਉਹਨੂੰ ਥੋੜਾ ਜਿਹਾ ਲੱਕੀ ਦੇ ਦੇ ਤਾਨੂੰ ਇਹਨਾਂ ਕੋਲੋਂ ਉਮੀਦ ਨਹੀਂ ਹੈ ਕਿ ਜਿਹੜੇ ਇਹ ਬਾਹਰ ਆ ਜਾਣਗੇ ਬੰਦੀ ਸਿੰਘ ਇਹ ਵੀ ਬਦਲ ਸਕਦੇ ਆ ਦੇਖੋ ਜੀ ਕੁੱਕੀ ਗਿਲ ਦੀ ਗੱਲ ਤੇ ਦੂਸਰੀ ਵਾਲੀ ਗੱਲ ਦੇ ਵਿੱਚ ਬਹੁਤ ਫਰਕ ਹੈ ਮੈਂ ਉਹਨਾਂ ਨੂੰ ਯਾਰਾ ਨਹੀਂ ਸੁਣਿਆ ਮੈਂ ਉਹਨਾਂ ਨੂੰ ਥੋੜਾ ਜਿਆਦਾ ਸੁਣਿਆ ਉਹ ਦੇਖੋ ਉਹਨਾਂ ਦੇ ਬਾਰੇ ਕੁੱਕੀ ਗਿੱਲ ਦੀ ਦੇ ਬਾਰੇ ਮੈਂ ਕੋਈ ਕਮੈਂਟ ਕਰਾਂ ਉਹ ਠੀਕ ਨਹੀਂ ਕਿਉਂਕਿ ਉਹਨਾਂ ਦੀ ਜਿੰਨੀ ਕਿ ਇੰਟਰਵਿਊ ਮੈਂ ਸੁਣੀ ਉਹਨਾਂ ਨੇ ਕਈ ਗੱਲਾਂ ਆਪਣੇ ਵਿਚਾਰ ਵੀ ਰੱਖੇ ਪਰ ਉਹਨਾਂ ਨੇ ਕੋਈ ਗੱਲ ਐਹੋ ਜੀ ਨਹੀਂ ਕੀਤੀ ਜਿਹਦੇ ਨਾਲ ਕਿ ਪੰਜਾਬ ਦਾ ਮਾਹੌਲ ਖਰਾਬ ਹੋਵੇ ਖਰੀਆਂ-ਖਰੀਆਂ ਗੱਲਾਂ ਕੀਤੀਆਂ ਔਰ ਉਹਨਾਂ ਨੂੰ ਆਪਣੀ ਕੌਮ ਚੋ ਇੱਕ ਗੱਲਾਂ ਸੁਣਨੀਆਂ ਪਈਆਂ ਉਹਨਾਂ ਨੂੰ ਆਪਾਂ ਹਜੇ ਸਾਈਡ ਤੇ ਕਰ ਦਈਏ ਤੁਸੀਂ ਕਹਿੰਦੇ ਹੋ ਬੀ ਜਿੰਨਾ ਲੋਕਾਂ ਨੇ ਸਾਰਿਆਂ ਨੇ ਬੇਗੁਨਾਹਾਂ ਦਾ ਕਤਲ ਕੀਤਾ ਹੈ ਹੌਲੀ ਹੌਲੀ ਕਰਕੇ ਸਾਰੇ ਛੱਡ ਦਿਓ ਹੁਣ ਜੇ ਦਵਿੰਦਰਪਾਲ ਭੁੱਲੜ ਦੀ ਗੱਲ ਕਰੀਏ ਸਰੀਰ ਮੇਰਾ ਟੁੱਟਿਆ ਹੈਂਡੀਕੈਪਟ ਮੈਂ ਹੋਇਆ ਆਪਣੇ ਨਾਲ ਜਵਾਨ ਉੜਦੇ ਦੇਖੇ ਜਿਨ੍ਹਾਂ ਨੇ ਵਰਦੀ ਪਾਈ ਸੀ ਕਿਉਂ ਪਾਕਿਸਤਾਨ ਤੋਂ ਆਏ ਸੀ ਰਸਤੇ 'ਚ ਆਂਦੇ ਜਾਂਦੇ ਲੋਕ ਜਿਹੜੇ ਸ਼ਹੀਦ ਹੋ ਗਏ ਉਹਦਾ ਕੌਣ ਜ਼ਿੰਮੇਵਾਰ ਹੈ ਮੈਨੇ ਤੁਸੀਂ ਦੱਸੋ ਇਹ ਕਿਹੜਾ ਨਵਾਂ ਤਰੀਕਾ ਇਹਨਾਂ ਨੇ ਫੜਿਆ ਪਹਿਲਾਂ ਕਿਸਾਨ ਅੰਦੋਲਨ ਤੇ ਬਹਿ ਕੇ ਚਲੋ ਜੀ ਅਸੀਂ ਨਾਲ ਆ ਤੁਹਾਡੀਆਂ ਮੰਗਾਂ ਜਾਇਜ਼ ਨੇ ਅਸੀਂ ਮਨਾਲਾਂ ਫੇਰ ਤੁਸੀਂ ਹੁਣ ਇੱਥੇ ਧਰਨਾ ਮਾਰਤਾ ਕੋਈ ਦਿਨ ਨਹੀਂ ਜਾਂਦਾ ਜਦਨੇ ਧਰਨਾ ਨਹੀਂ ਮਾਰਦੇ ਹਨ ਇੱਕ ਕਹਿੰਦੇ ਨੇ ਖਾਣਾ ਤੇ ਇੱਕ ਘੂਰਨਾ ਹੈਨਾ ਇੱਕ ਮਾਰਨਾ ਫੇਰ ਉਹਨੂੰ ਨਾਲ ਘੂਰਨਾ ਦੋ ਦੋ ਕੰਮ ਕਰਦੇ ਨੇ ਇਹ ਹੁਣ ਅਸੀਂ ਕਦੀ ਪੰਜਾਬ ਦੇ ਵਿੱਚ ਗਲਤ ਬਿਆਨ ਦਿੱਤਾ ਵੀ ਇਹਨਾਂ ਨੂੰ ਫਾਂਸੀਆਂ ਹੋਣੀਆਂ ਚਾਹੀਦੀਆਂ ਕਦੀ ਨਾ ਕੋਰਟ ਦੇ ਵਿੱਚ ਕਰੀ ਗਏ ਅਸੀਂ ਕਦੀ ਨਹੀਂ ਕੀਤਾ ਵੀ ਜੋ ਕੋਰਟ ਦਾ ਫੈਸਲਾ ਹੈ ਉਹ ਸਾਨੂੰ ਮਨਜ਼ੂਰ ਹੈ ਪਰ ਪਰੋਲ ਮਿਲੀ ਸੀ ਤਕਲੀਫ ਤੁਹਾਨੂੰ ਹੋਈ ਸੀ ਥੋੜੀ ਜੀ ਮੁਸ਼ਕਲ ਹੋਈ ਸੀ ਥੋੜੀ ਨਹੀਂ ਤਕਲੀਫ ਥੋੜੀ ਤਕਲੀਫ ਨਹੀਂ ਥੋੜੀ ਤਕਲੀਫ ਨਹੀਂ ਪ੍ਰੋਲ ਕਿਉਂ ਦਿੱਤੀ ਇਹ ਤਾਂ ਸਭ ਤੋਂ ਵੱਡੇ ਧਰਨੇ ਮਾਰਨ ਵਾਲੇ ਸਭ ਤੋਂ ਵੱਡੇ ਰਾਜਨੀਤਿਕ ਨੇੜੇ ਪਿੱਛੋਂ ਕੈਨੇਡਾ ਤੋਂ ਫੰਡਿੰਗ ਆਉਂਦੀ ਹੈ ਇਹਨਾਂ ਨੂੰ ਅਮਰੀਕਾ ਤੋਂ ਫੰਡਿੰਗ ਆਉਂਦੀ ਹੈ ਜਿਹੜੇ ਇਹਨਾਂ ਦੇ ਲੋਕ ਬੈਠੇ ਨੇ ਇਹਨਾਂ ਨੂੰ ਯੂਕੇ ਤੋਂ ਫੰਡਿੰਗ ਆਉਂਦੀ ਹੈ ਇਹਨਾਂ ਨੂੰ ਪਾਕਿਸਤਾਨ ਤੋਂ ਫੰਡਿੰਗ ਆਉਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਪੈਸਾ ਦਿੰਦੀ ਹੈ ਤੇ ਜਿਹੜੇ ਲੋਕ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੇ ਕੇਸ ਲੜਨਾ ਹੋਵੇ ਉਹਨਾਂ ਲਈ ਲੜਨ ਵਾਲਾ ਕੋਈ ਨਹੀਂ ਇਹ ਆਜ਼ਾਦ ਹਿੰਦੁਸਤਾਨ ਦੀ ਤਸਵੀਰ ਹੈ ਤੁਸੀਂ ਬੇਗੁਨਾਹ ਲੋਕਾਂ ਨੂੰ ਮਾਰੀ ਜਾਓ ਪਾਕਿਸਤਾਨ ਤੋਂ ਹਥਿਆਰ ਆਈ ਜਾਣ ਪਾਕਿਸਤਾਨ ਕੋ ਨਾਰਕੋ ਟੈਰੋਰਿਜ਼ਮ ਆਈ ਜਾਏ ਹੈ ਪਗੜੀਆਂ ਸਾਡੇ ਸਿਰ ਤੇ ਸੱਜੀਆਂ ਦਸਤਾਰਾਂ ਉਹਨਾਂ ਨੂੰ ਤੁਸੀਂ ਬਦਨਾਮ ਕਰੀ ਜਾਓ ਉਹਨੇ ਤੇ ਧਰਨੇ ਕਿਉਂ ਨਹੀਂ ਮਾਰਦੇ ਪਾਕਿਸਤਾਨ ਦੇ ਖਿਲਾਫ ਕਿਉਂ ਨਹੀਂ ਧਰਨੇ ਮਾਰਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਨਹੀਂ ਕਹਿੰਦੇ ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਜਿਹੜੇ ਪਾਕਿਸਤਾਨ ਦੇ ਇਸ਼ਾਰੇ ਤੇ ਜਿਹੜੇ ਪਾਕਿਸਤਾਨ ਤੋਂ ਨਾਰਕੋ ਟੈਰੋਰਿਜ਼ਮ ਲੈ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਦੇ ਆਰ ਡੀ ਐਕਸ ਲੈ ਕੇ ਪੰਜਾਬ ਦੀ ਸਿੱਖ ਕੌਮ ਨੂੰ ਬਦਨਾਮ ਕਰਦੇ ਮਦਲੂਮਾਂ ਨੂੰ ਮਾਰਨ ਲਈ ਉਹਨਾਂ ਦੇ ਬਾਰੇ ਕਿਉਂ ਨਹੀਂ ਇਹਨਾਂ ਦੀ ਆਵਾਜ਼ ਉੱਠਦੀ ਤੁਸੀਂ ਬੰਦੀ ਸਿੱਖ ਤਾਂ ਬਣਾਈ ਜਾਓ ਬੇਗੁਨਾਹਾਂ ਦੇ ਕਾਤਲਾਂ ਨੂੰ ਤੁਸੀਂ ਛੱਡੀ ਜਾਓ ਤੇ ਨਵੇਂ ਪਾਕਿਸਤਾਨ ਤੋਂ ਹਥਿਆਰ ਆ ਕੇ ਉਹਨਾਂ ਨੂੰ ਤਿਆਰ ਕਰੀ ਜਾਓ ਤਿੰਨ ਸਾਲ ਬਾਅਦ ਫੇਰ ਕਹੋ ਜੀ ਇਹ ਬੰਦੀ ਸਿੱਖ ਹੈ ਕਿ ਇਹ ਸਾਡੇ ਸਿੱਖ ਕੌਮ ਦੀ ਇਹ ਇਹ ਨਿਸ਼ਾਨੀ ਹੈ ਸਾਡੀ ਸਿੱਖ ਕੌਮ ਤਾਂ ਜਿਹੜੀ ਹੈ ਮਾਨਵਤਾ ਦੇ ਧਰਮ ਲਈ ਹਰ ਧਰਮ ਹਰ ਮذਬ ਲਈ ਸਜਾਈ ਗਈ ਦੁਨੀਆ ਦਾ ਹਰ ਮذਬ ਹਰ ਧਰਮ ਸਿੱਖ ਕੌਮ ਦੇ ਉੱਤੇ ਨਮਸਤਕ ਕਰਦਾ ਹੈ ਪਰ ਰੋਜ ਜਦੋਂ ਕਿਰਪਾਨਾਂ ਰੋਜ ਖਾਲਿਸਤਾਨ ਦੇ ਨਾਰੇ ਦੁਨੀਆ ਦੇ ਵਿੱਚ ਸਿੱਖ ਕੌਮ ਦਾ ਕੀ ਨਾਂ ਨੂੰ ਦਾਗ ਨਹੀਂ ਲੱਗਦਾ ਕਿ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਮੰਦਰਾਂ ਤੇ ਹਮਲੇ ਕੀਤੇ ਗਏ ਤਿਰੰਗੇ ਝੰਡੇ ਨੂੰ ਪੈਰਾਂ ਨਾਲ ਰੋਲਿਆ ਗਿਆ ਇਹ ਕਿਹੜਾ ਤਰੀਕਾ ਜੀ ਕਿਉਂ ਨਾ ਪੰਜਾਬ ਤੋਂ ਆਵਾਜ਼ ਉਠੇ ਇਹ ਧਰਨੇ ਮਾਰਨ ਵਾਲੇ ਕਿਉਂ ਨਾ ਕਹਿਣ ਤਿਰੰਗਾ ਝੰਡਾ ਸਾੜਾ ਸਾਰਿਆਂ ਦਾ ਇਹ ਹਿੰਦੂ ਮੁਸਲਮਨ ਸਿੱਖ ਸਾਈਆਂ ਦਾ ਤਿਰੰਗਾ ਝੰਡਾ ਕੋਈ ਇੱਕ ਕੌਮ ਮਤਬ ਦਾ ਕਿਸੇ ਹਿੰਦੂ ਜਾਂ ਮੁਸਲਮਾਨ ਦਾ ਸਾਰੀਆਂ ਕੌਮਾਂ ਦਾ ਤਿਰੰਗਾ ਝੰਡਾ ਕਿਉਂ ਨਾ ਆਵਾਜ਼ ਪੰਜਾਬ ਤੋਂ ਉਠੇ ਪੰਜਾਬ ਨਹੀਂ ਪਰ ਕਹਿੰਦੇ ਕਹਿੰਦੇ ਬਲਾਤਕਾਰ ਕਰਨ ਵਾਲੇ ਬਾਬੇ ਨੂੰ ਤਾਂ ਪਰੋਲ ਦੂਜੇ ਤੀਜੇ ਦੇ ਮਿਲ ਗਈ ਹੈ ਮੈਂ ਕਹਿੰਦਾ ਸਭ ਤੋਂ ਪਹਿਲਾਂ ਉਹ ਲੁੱਟੇ ਸੌਦੇ ਦੇ ਖਿਲਾਫ ਮੈਂ ਆਵਾਜ਼ ਉਠਾਈ ਉੱਥੇ ਗਿਆ ਜਦੋਂ ਉਹਦਾ ਪੂਰਾ ਜੋਰ ਸੀ ਸਰਕਾਰਾਂ ਉਹਦੇ ਨਾਲ ਸੀ ਉੱਥੇ ਜਾ ਕੇ ਮੈਂ ਰੋਲਾ ਪਾ ਕੇ ਆਇਆ ਇਹਦੇ ਖਿਲਾਫ ਮੈਂ ਡੱਟ ਕੇ ਆਵਾਜ਼ ਉਠਾਈ ਉੱਥੇ ਧਰਨੇ ਕਿਉਂ ਨਹੀਂ ਮਾਰਦੇ ਇੱਥੇ ਆ ਕੇ ਜੋ ਬੰਦੀ ਸਿੱਖਾਂ ਚ ਆ ਕੇ ਰੋਜ਼ ਖੜ੍ਹ ਜਾਂਦੇ ਨੇ ਬੇਗੁਨਾਹਾਂ ਦੇ ਕਾਤਲ ਕਹਿੰਦੇ ਬੰਦੀ ਸਿੱਖ ਮੌਦੇ ਸੁਦਾਗਰਾਂ ਲਈ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬਾਨ ਦਾ ਅਪਮਾਨ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੂਰਾ ਚੋਲਾ ਪਾ ਕੇ ਮਹਾਰਾ ਸੱਚੇ ਪਾਤਸ਼ਾਹ ਦਾ ਪੰਜ ਪਿਆਰੇ ਸਜਾਤੇ ਫਿਰ ਉਹਨੂੰ ਮਾਫੀ ਵੀ ਦੇਤੀ ਉੱਥੇ ਨੜੀਆਂ ਜ਼ਬਾਨਾਂ ਚੁੱਪ ਫਿਰ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਕੋਈ ਕਾਫਰ ਆਇਆ ਉਹਨੇ ਸ਼ਾਮ ਨੂੰ ਟੱਪ ਕੇ ਪਹਿਲੀ ਵਾਰ ਅੰਦਰ ਚਲਾ ਗਿਆ ਜਿੱਥੇ ਸਾਡੇ ਗੁਰੂ ਮਹਾਰਾਜ ਬਿਰਾਜਮਾਨ ਨੇ ਠੀਕ ਉਹਨੂੰ ਮਾਰ ਦਿੱਤਾ ਗਿਆ ਕਿ ਕਿਸੇ ਨੇ ਰੌਲਾ ਪਾਇਆ ਕਿ ਇਹਦੇ ਪਿੱਛੇ ਕਿਹਦੇ ਸਾਜ਼ਿ ਸੀ ਚੁੱਪ ਪਾਕਿਸਤਾਨ ਦੇ ਵਿੱਚ ਜਿਨ੍ਹਾਂ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਨਾਰਕੋ ਟੈਰਰਿਜ਼ਮ ਆਉਂਦਾ ਪੰਜਾਬ ਦੀ ਜਵਾਨੀ ਖਰਾਬ ਹੁੰਦੀ ਹੈ ਸਾਡੇ ਗੁਰਦੁਆਰਾ ਸਾਹਿਬ ਦਾ ਨਨਕਾਣਾ ਸਾਹਿਬ ਦਾ અપਮਾਨ ਹੁੰਦਾ ਹੈ ਸ਼ੇਰ-ਏ-ਪੰਜਾਬ ਮਹਾਰਾ ਰਣਜੀਤ ਸਿੰਘ ਦੇ ਸਟੈਚੂ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ ਉਹਨਾਂ ਦੇ ਟੁਕੜਿਆਂ ਦੇ ਪਰਣ ਵਾਲੇ ਪੰਜਾਬ ਦੇ ਪਘੋੜੇ ਅੱਤਵਾਦੀ ਇਹ ਨਾ ਸਰਦਾਰ ਇਹ ਗਦਾਰ ਸਿੱਖ ਕੌਮ ਦੇ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਦਾ અપਮਾਨ ਕਰਨ ਜੁੱਤੀਆਂ ਲੈ ਕੇ ਫਿਲਮ ਦੀ ਸ਼ੂਟਿੰਗ ਕਰ ਲਈ ਅੰਦਰ ਪਹੁੰਚ ਜਾਣ ਸਿਕਟਾ ਲੈ ਕੇ ਅੰਦਰ ਪਹੁੰਚ ਜਾਣ ਉਹ ਤਾਂ ਰੋਜ਼ ਗੀਤ ਕੱਢਦੇ ਪਏ ਆ ਜੀ ਹਾਂਜੀ ਉਹ ਤਾਂ ਰੋਜ਼ ਗੀਤ ਕੱਢਦਾ ਪਏ ਜਿਹਨੂੰ ਤੁਸੀਂ ਲੁੱਚਾ ਸਾਧ ਕਹਿੰਦੇ ਹੋ ਕੀ ਕੱਢਦਾ ਗੀਤ ਕੱਢਦਾ ਰੋਜ਼ ਗੀਤ ਕੱਢਦਾ YouTube ਤੇ ਮੈਂ ਉਹੋ ਹੀ ਤਾਂ ਕਹਿਣਾ ਧਰਨੇ ਮਾਰਨ ਵਾਲੇ ਬਠਿੰਡੇ ਨੂੰ ਕਿਉਂ ਨਹੀਂ ਤੁਰਦੇ ਆਪਣੇ ਗੁਰੂ ਨੂੰ ਕੱਲਾ ਛੱਡ ਦਿਓ ਗੁਰੂ ਮਹਾਰਾਜ ਨੂੰ ਕੱਲਾ ਛੱਡ ਦਿਓ ਹਰਮੰਦਰ ਸਾਹਿਬ ਤੇ અપਮਾਨ ਹੋਇਆ ਉਹਦੀ ਕੋ ਆਵਾਜ਼ ਨਾ ਠਾਓ ਪਾਕਿਸਤਾਨ ਦੇ ਵਿੱਚ ਮਾਰਾ ਰਣਜੀਤ ਸਿੰਘ ਦੇ ਸਟੈਚੂ ਦੇ ਟੁਕੜੇ ਟੁਕੜੇ ਹੋ ਜਾਂਦੇ ਨੇ ਦਿੱਲੀ ਆ ਕੇ ਕਰੋ ਨਾ ਪ੍ਰਦਰਸ਼ਨ ਜਾਓ ਵਾਗਾ ਬਾਰਡਰ ਜਾਓ ਆਪਣੇ ਗੰਗਾ ਨਗਰ ਬਾਰਡਰ ਮੈਂ ਵੀ ਤਾਂ ਪਾਕਿਸਤਾਨ ਦੇ ਨਕਾਬਾਂ ਨੂੰ ਨੰਗਾ ਕੀਤਾ ਸੀ 92 93 96 ਦੇ ਵਿੱਚ ਲੱਖਾਂ ਨੌਜਵਾਨਾਂ ਦੀ ਭੀੜ ਲੈ ਕੇ ਪਾਕਿਸਤਾਨ ਦੇ ਬਾਰਡਰ ਖੜ ਗਿਆ ਸੀ ਸਾਹਮਣੇ ਬਾਰਡਰ ਅੱਜ ਤਾਂ ਬੈਰੀਗੇਟ ਲੱਗ ਗਏ ਆ ਜਿੰਨੇ ਤੁਸੀਂ ਸਾਹਮਣੇ ਆ ਸਾਹਮਣੇ ਬਾਰਡਰ ਸੀ ਚੈਲੰਜ ਕੀਤਾ ਤੁਹਾਡੀ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਦਾ ਤੂੰ ਸਾਡੇ ਸਿੱਖ ਕੌਮ ਨੂੰ ਬਦਨਾਮ ਕਰਦਾ ਤੂੰ ਪੰਜਾਬ ਦੇ ਅੰਦਰ AK-47 ਭੇਜਦਾ ਉਹ ਤਾਂ ਇਨਰ ਆ ਯਾਰ ਤੇ ਆਗੇ ਬੰਦੀ ਸਿੱਖਾਂ ਨੂੰ ਮੌਤ ਦੇ ਸੌਦਾਗਰਾਂ ਨੂੰ ਛਡਵਾਉਣ ਲਈ ਉਹ ਗੁਰੂ ਮਹਾਰਾਜ ਨੂੰ ਕਿਉਂ ਕੱਲਾ ਛੱਡੀ ਜਾਂਦੇ ਹੋ ਜਾਓ ਉੱਥੇ ਬਟਨ ਦੇ ਮੋਰਚੇ ਤੇ ਬੈਠੇ ਹੋ ਸਾਰੇ ਪਾਕਿਸਤਾਨ ਦੇ ਏਜੰਟ ਨੇ ਦੇਖੋ ਮੈਂ ਤੁਸੀਂ ਕਹਿੰਦੇ ਹੋ ਨੇ ਉਧਰੋਂ ਫੰਡਿੰਗ ਆਂਦੀ ਹੈ ਦੇਖੋ ਜੀ ਮੈਂ ਇਹ ਨਫਜ਼ ਨਹੀਂ ਕਹਿ ਸਕਦਾ ਪਾਕਿਸਤਾਨ ਦੇ ਏਜੰਟ ਨੇ ਇਹ ਭੁੱਲੇ ਪਟਕੇ ਵਿਚਾਰੇ ਪਿੰਡਾਂ 'ਚੋਂ ਲੋਕ ਜਿਨ੍ਹਾਂ ਨੂੰ ਸਮਝ ਪੂਰੀ ਨਹੀਂ ਹੈ ਹੈਨਾ ਪਿੱਛੇ ਲੱਗ ਕੇ ਪਰ ਸਵਾਲ ਇਹ ਕਿ ਪਾਕਿਸਤਾਨ ਦਾ ਏਜੰਟ ਤਨੀ ਮੈਂ ਕਹਿੰਦਾ ਆਪਾਂ ਪਾਕਿਸਤਾਨ ਦੇ ਜਿਹੜੇ ਇਸ਼ਾਰਿਆਂ ਦੇ ਉਤੋਂ ਸਾਰਾ ਕੰਮ ਹੁੰਦਾ ਹੈ ਜਿਹੜੇ ਇਹਨਾਂ ਨੇ ਮੇਨ ਬੰਦੇ ਨੇ ਉਹ ਤਾਂ ਸਾਹਮਣੇ ਆਣੇ ਚਾਹੀਦੇ ਉਹ ਤਾਂ ਪੁਲਿਸ ਨੂੰ ਜਾਂ ਇੰਟੈਲੀਜੈਂਸ ਨੂੰ ਸਾਹਮਣੇ ਤਾਂ ਲਿਆਉਣਾ ਚਾਹੀਦੇ ਨੇ ਜਿਹੜੇ ਲੋਕਾਂ ਨੂੰ ਰੋਜ਼ ਗੁੰਮਰਾਹ ਕਰਦੇ ਤੁਸੀਂ ਜਦੋਂ ਇਹਦੇ ਬਾਰੇ ਗੱਲ ਕਰਦੇ ਹੋ ਬਾਬੇ ਰਾਮ ਰਹੀਮ ਦੇ ਬਾਰੇ ਤਾਂ ਤੁਹਾਡੀ ਜਦੋਂ ਅਸੀਂ ਫੇਸਬੁੱਕ ਪ੍ਰੋਫਾਈਲ ਖੰਗਾਲਦੇ ਹਾਂ ਰਿਸਰਚ ਕਰਕੇ ਆਇਆ ਸੀਗਾ ਮੈਂ ਤੇ ਬਗੇਸ਼ਵਰ ਦਾਮ ਤੁਸੀਂ ਵੀ ਗਏ ਸੀਗੇ ਔਰ ਪਿੱਛੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਬਹੁਤ ਰੌਲਾ ਪਿਆ ਦੇਖੋ ਜੀ ਗੱਲ ਸੁਣੋ ਮੇਰੀ ਗੱਲ ਸੁਣੋ ਮੈਂ ਅੱਜ ਵੀ ਜਾਣਾ ਕੱਲ ਵੀ ਜਾਊ ਇਹ ਨਹੀਂ ਹੱਦ ਕਿਆ ਬਾਤ ਕਰਤੇ ਹੋ ਉਹ ਕੋ ਲੁਕਿਆ ਸੌਦਾ ਹੈ ਉਹ ਹਰਿਮਾਨ ਜੀ ਦਾ ਪਵਿੱਤਰ ਸਥਾਨ ਹੈ ਬਾਲਾ ਜੀ ਔਰ ਔਰੀ ਕਥਾ ਸੁਣੋ ਗੁਰੂ ਮਹਾਰਾਜ ਤੇ ਗੁਰੂ ਮਹਾਰਾਜ ਦੇ ਸਹਿਬਜ਼ਾਦਿਆਂ ਦਾ ਹਮੇਸ਼ਾ ਪਰਵਚਨ ਹੁੰਦਾ ਉਹਨੂੰ ਲੱਚੇ ਸੋਜਣਾ ਕਰੀ ਮਿਲਾਨ ਦੀ ਗਲਤੀ ਨਾ ਕਰਿਓ ਉੱਥੇ ਜਾ ਕੇ ਪਹਿਲੇ ਦੇਖ ਕੇ ਆਓ ਇਹਨਾਂ ਦਾ ਕੀ ਹੈ ਪੰਜਾਬ ਦੇ ਵਿੱਚ ਪੰਜਾਬ ਚ ਲੋਕ ਕਹਿੰਦੇ ਕਹਿੰਦੇ ਔਰ ਛੱਡੋ ਪੰਜਾਬ ਦੇ ਕੀ ਲੋਕ ਕਿਹੜੇ ਕਹਿੰਦੇ ਨੇ ਇਹ ਤਾਂ ਹਿੰਦੂ ਸਮਾਜ ਤੋਂ ਚੰਦ ਲੋਕ ਨਫ਼ਰਤ ਕਰਦੇ ਨੇ ਕੋਈ ਇਹਨਾਂ ਨੂੰ ਨਾ ਇਹਨਾਂ ਨੂੰ ਨਰਿੰਦਰ ਮੋਦੀ ਚੰਗਾ ਲੱਗੇ ਨਾ ਇਹਨਾਂ ਨੂੰ ਕੋ ਹੋਰ ਚੰਗਾ ਬੰਦਾ ਚੰਗਾ ਲੱਗੇ ਇਹ ਆਪਣੀ ਮਰਜ਼ੀ ਅਸੀਂ ਅਸੀਂ ਫਲਾਣੇ ਦੇ ਖਿਲਾਫ ਹਿੰਦੂ ਸਮਾਜ ਦੇ ਖਿਲਾਫ ਜ਼ਹਿਰ ਪਰਣਾ ਚਾਰ ਲੋਕਾਂ ਦਾ ਕੰਮ ਹੈ ਕਿਹੜਾ ਜਾ ਕੇ ਤਾਂ ਦੇਖੋ ਮੰਦਰ ਚ ਉਥੇ ਉਹਨੂੰ ਲੁੱਚਾ ਸੋਦਾ ਨਾ ਤੁਸੀਂ ਜੋੜੀ ਜਾਂਦੇ ਹੋ ਨਹੀਂ ਤੁਸੀਂ ਜੋੜ ਰਹੇ ਹੋ ਨਹੀਂ ਤੁਸੀਂ ਅਰੇ ਲੋਕਾਂ ਦੇ ਕੰਨਾਂ ਕੀ ਜਦੋਂ ਸਰ ਤੁਹਾਡੀ ਵੀਡੀਓ ਚੱਲਦੀ ਹੈ ਅਰੇ ਮੇਰੀ ਵੀਡੀਓ ਮੈਂ ਫੇਸਬੁੱਕ ਤੇ ਪਾਈ ਬੰਦੇ ਬਹੁਤ سارے ਲੋਕ ਥੱਲੇ ਕਮੈਂਟ ਕਰਦੇ ਮੈਂ ਕਹਾਂ ਜੀ ਮੇਰੇ ਇਸ ਕਰਕੇ ਸਵਾਲ ਕਰਨਾ ਬਣ ਜਾਂਦਾ ਕਿ ਜਸਟੀਫਿਕੇਸ਼ਨ ਉਹ ਦੇਖੋ ਜੀ ਜਿਹੜੇ ਕਮੈਂਟਸ ਕਰਨ ਵਾਲੇ ਨੇ ਨਾ ਹੈਨਾ ਆ ਹੁਣ ਤੁਸੀਂ ਇੰਟਰਵਿਊ ਲੈ ਰਹੇ ਹੋ ਹਾਂ ਇਹ ਥੱਲੇ ਵੀ ਆਣਗੇ ਮੈਂ ਕਹਾਂ ਇੱਥੇ ਲੱਖਾਂ ਨੇ ਕਰਨੇ ਮੈਂ ਪਰਵਾਹ ਹੀ ਨਹੀਂ ਕਰਦਾ ਮੇਰਾ ਇੱਕ ਦੋਸ ਸੀ ਮੈਂ ਕਹਾਂ ਯਾਰ ਇਹ ਮਾੜਾ ਬੜਾ ਬੋਲਦੇ ਆ ਉਹ ਕਹਿੰਦਾ ਜਿਹੜਾ ਬਿੱਟਾ ਕਹਿੰਦਾ ਬੰਬਾਂ ਗੋਲੀਆਂ ਤੋਂ ਨਹੀਂ ਡਰਿਆ ਹੁਣੇ ਸਾਨੂੰ ਗਾਣਾ ਤੋਂ ਡਰਾਉਣਗੇ ਇਹਨਾਂ ਦੀ ਐਸੀ ਦੀ ਤੈਸੀ ਅਸੀਂ ਦੇਖਦੇ ਹੀ ਨਹੀਂ ਠੁੱਕਦੇ ਹੀ ਨਹੀਂ ਉਹਨਾਂ ਦੇ ਕਮੈਂਟਾਂ 'ਚ ਚੰਗੇ ਮਾੜੇ ਅਸੀਂ ਦੇਖਦੇ ਨਹੀਂ ਚੰਗਾ ਉਹਨਾਂ ਦੀ ਮਿਹਰਬਾਨੀ ਜਿਹਨੇ ਨਹੀਂ ਕਰਨਾ ਉਹਨੂੰ ਸਮਝ ਨਹੀਂ ਕੋ ਅਸੀਂ ਪੰਜਾਬ 'ਚ ਪੋਲਿਟਿਕ ਕਰਨੀ ਹੈ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਦੀ ਕੰਮ ਕੀਤਾ ਮੈਂ ਫੇਰ ਕਹਾਂ ਰਿਜਵੇਸ਼ਵਰ ਧਾਮ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਇੱਕ ਵਾਰੀ ਹੋ ਕੇ ਆਓ ਉੱਥੇ ਉਹਨੂੰ ਇਹਦੇ ਨਾਲ ਨਾ ਜੁੜੋ ਪਵਿੱਤਰ ਹਨੂਮਾਨ ਜੀ ਮਹਾਰਾਜ ਕੀ ਵਾਈ ਵਾਈ ਜੀ ਉੱਥੋਂ ਦੀ ਹੈ ਕੀ ਵਾਈ ਵਾ ਕੀ ਔਰ ਹੈ ਨਹੀਂ ਉੱਥੇ ਹਨੂਮਾਨ ਜੀ ਦਾ ਮੰਦਿਰ ਹੈ ਪੁਰਾਣਾ ਇਤਿਹਾਸਿਕ ਮੰਦਿਰ ਹੈ ਮੈਂ ਜਦੋਂ ਜਾਣਾ ਕਿਤੇ ਵੀ ਕੋਈ ਅੱਛਾ ਮੰਦਿਰ ਗੁਰਦੁਆਰਾ ਸਾਹਿਬ ਹੁੰਦਾ ਮੈਂ ਦਰਸ਼ਨ ਕਰਦਾ ਪਰਚਾ ਲਿਖਦੇ ਹੋ ਸਭ ਦੇਖੋ ਜੀ ਮੈਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਪਰਚਾ ਲਿਖਦੇ ਆ ਜਾਂ ਨਹੀਂ ਲਿਖਦੇ ਉਹਨਾਂ ਚੀਜ਼ਾਂ ਦਾ ਮੈਂ ਨਹੀਂ ਨਾ ਮੈਂ ਪੁੱਛਿਆ ਨਾ ਮੈਂ ਪੁੱਛਣਾ ਉੱਥੋਂ ਦੇ ਸੰਤ ਨੇ ਆਪਾਂ ਜਦੋਂ ਮੱਥਾ ਟੇਕਣ ਜਾਂਦੇ ਆ ਸੰਤ ਨੇ ਮੱਥਾ ਟੇਕਦੇ ਆ ਫਿਰ ਜਾਵਾਂਗਾ ਆਓ ਕਿਸੇ ਨੇ ਮੇਰੇ ਨਾਲ ਬਹਿਸ ਕਰਨੀ ਕਰ ਲੋ ਉਰਜੇ ਕੀ ਚਰਚਾ ਵੀ ਮੈਂ ਮੱਥਾ ਟੇਕਣ ਚਲਾ ਗਿਆ ਲੁੱਚੇ ਸੌਦੇ ਦੇ ਖਿਲਾਫ ਕੌਣ ਬੋਲਿਆ ਸਰ ਦੁਬਿਦਾ ਇਹ ਹੈ ਕਿ ਤੁਸੀਂ ਐਂਟੀ ਟੈਰਰਿਜ਼ਮ ਦੀ ਗੱਲ ਕਰਦੇ ਪਏ ਹੋ ਔਰ ਬਹੁਤ ਸਾਰੇ ਲੋਕ ਇਹੋ ਜਿਹੇ ਹਰਿਆਣੇ 'ਚ ਬੈਠੇ ਆ ਪੰਜਾਬ 'ਚ ਬੈਠੇ ਐਂਟੀ ਟੈਰਰਿਜ਼ਮ ਦੀ ਗੱਲਤਾ ਕਰਦੇ ਆ ਅਮਰਤਪਾਲ ਦਾ ਵਿਰੋਧ ਵੀ ਕਰਦੇ ਪਏ ਆ ਲੇਕਿਨ ਨਾਲ ਨਾਲ ਉਹ ਕਹਿੰਦੇ ਹੈਗੇ ਆ ਕਿ ਅਸੀਂ ਬਾਬਾ ਰਾਮ ਰਹੀਮ ਦੀ ਸ਼ਰਨ 'ਚ ਜਾਵਾਂਗੇ ਸਾਡੇ ਲਈ ਉਹ ਬਾਬਾ ਹੈਗਾ ਅਸੀਂ ਉੱਥੇ ਨਤਮਸਤਕ ਹੋਣਾ ਉਹ ਸੁਣੋ ਮੇਰੀ ਮੇਰੀ ਗੱਲ ਸੁਣ ਲਓ ਬਾਬਾ ਪਹਿਲੀ ਗੱਲ ਤੋਂ ਬਾਬਾ ਨਾ ਤੁਸੀਂ ਕਹੋ ਉਹਨੂੰ ਕਹੋ ਲੁੱੱਚਾ ਸੌਦਾ ਲੁੱੱਚਾ ਸੌਦਾ ਜਿਨੇ ਸਿੱਖ ਧਰਮ ਜਿਨੇ Hindu ਧਰਮ ਜਿਹੜੇ ਹੋਰ ਧਰਮ ਉਹਨਾਂ ਦਾ ਪਰਿਵਰਤਨ ਕਰਾਇਆ ਬਠਿੰਡਾ ਏਰੀਆ ਦੇ ਵਿੱਚ ਸਿੱਖ ਧਰਮ ਦਾ ਪਰਿਵਰਤਨ ਕਰਾਇਆ ਉਹ ਪਾਪੀ ਹੈ ਉਹ ਗੁਨਾਹਗਾਰ ਹੈ ਉਹ ਬਲਾਤਕਾਰੀ ਹੈ ਉਹ ਦੋਸ਼ੀ ਹੈ ਸਰਕਾਰਾਂ ਉਹਨਾਂ ਦੀਆਂ ਮਦਦ ਕਰਦੀਆਂ ਨੇ ਸਰਕਾਰਾਂ ਪਰੋਲ ਤੇ ਛੱਡਦੀਆਂ ਜਿਨੇ ਚੰਡੀਗੜ੍ਹ ਦੇ ਅੰਦਰ ਅੱਗ ਲਾਈ ਹੋਵੇ ਜਿਨੇ ਪੰਜ ਕੁਲਾ ਦੇ ਵਿੱਚ ਅੱਗ ਲਾਈ ਹੋਵੇ ਗੱਡੀਆਂ ਰੇ ਗੱਡੀਆਂ ਸਾੜ ਦਿੱਤੀਆਂ ਗਿਆ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੋਵੇ ਸਰਕਾਰਾਂ ਉਹਨਾਂ ਦੀ ਮਦਦ ਕਰਨ ਤੇ ਸਰਕਾਰਾਂ ਮਦਦ ਕਰਨਗੀਆਂ ਤੇ ਅਸੀਂ ਮੰਨ ਲਾਂਗੇ ਬਾਬਾ ਉਹ ਲੋਚਾ ਸੌਦਾ ਸੀ ਲੋਚਾ ਸੌਦਾ ਹੈ ਲੋਚਾ ਸੌਦਾ ਰਹੇਗਾ ਜਿਹੜਾ ਵੀ ਉੱਥੇ ਜਾਂਦਾ ਮੈਂ ਕਹਿੰਦਾ ਉਹ ਆਪਣੇ ਪਰਮਾਤਮਾ ਨਾਲ ਧੋਖਾ ਕਰਦਾ ਗੁਰੂ ਮਹਾਰਾਜ ਨਾਲ ਧੋਖਾ ਕਰਦਾ ਉਹ ਕ੍ਰਿਸ਼ਨ ਜੀ ਨਾਲ ਧੋਖਾ ਕਰਦਾ ਉਹ ਭੋਲੇ ਸ਼ੰਕਰ ਨਾਲ ਧੋਖਾ ਦੇ ਲੋਕ ਐਂਟੀ ਟੈਰਰਿਜ਼ਮ ਦੀ ਗੱਲ ਕਿਵੇਂ ਕਰਦੇ ਆ ਜੀ ਹਾਂਜੀ ਤੇਰੇ ਲੋਕ ਐਂਟੀ ਟੈਰਰਿਜ਼ਮ ਦੀ ਗੱਲ ਕਿਵੇਂ ਕਰਦੇ ਪਤਾ ਨਹੀਂ ਕੌਣ ਹੈ ਕਿਹੜੀ ਗੱਲ ਕਰਦੇ ਹੋ ਤੁਸੀਂ ਮੇਰੇ ਨਾਲ ਲੋਚੇ ਸੌਦੇ ਦੀ ਗੱਲ ਕੀਤੀ ਮੈਂ ਉਹ ਹੀ ਕਰਨਾ ਚਾਹਣਾ ਹੈ ਅੱਜ ਕੱਲ ਕੀ ਹੋ ਗਿਆ ਸਮੱਸਿਆ ਬੜੀ ਆ ਗਈ ਪੰਜਾਬ ਦਾ ਨਾਂ ਤਾਂ ਕੋਈ ਮਾਹੌਲ ਖਰਾਬ ਸੀ ਨਾ ਕੋਈ ਹੈ ਆਮ ਹਿੰਦੂ ਔਰ ਸਿੱਖ ਦਾ ਆਪਸ ਵਿੱਚ ਕੋਈ ਫਰਕ ਨਹੀਂ ਚੰਦ ਲੋਕ ਨੇ ਸੁਰੱਖਿਆ ਲੈਣ ਦੀ ਖਾਤਰ ਬਹੁਤ ਡਰਾਮੇ ਕਰਦੇ ਆ ਕਿੱਸੇ ਹੱਦ ਤੱਕ ਚਲੇ ਜਾਂਦੇ ਨੇ ਕੁਝ ਵੀ ਘਟੀਆਂ ਦਾ ਘਟੀਆਂ ਬਿਆਨ ਦੇ ਦਿੰਦੇ ਨੇ ਅਰੇ ਜਿਹੜਾ ਬੰਦਾ ਲੁੱਚੇ ਸੌਦੇ ਲਈ ਬੋਲੇ ਕੋਈ ਹੋਵੇ ਪੋਲਿਟੀਕਲ ਪਾਰਟੀ ਦਾ ਬੰਦਾ ਉਹਨੇ ਹੱਕ 'ਚ ਬੋਲੇ ਮੈਂ ਸਮਝਦਾ ਪਹਿਲੀ ਗੱਲ ਤਾਂ ਉਹ ਸਰਦਾਰ ਹੀ ਨਹੀਂ ਦੂਜੀ ਗੱਲ ਉਹ ਕਿਸੇ ਧਰਮ ਔਰ ਮਜਬੂਤ ਨਾਲ ਉਹਨੂੰ ਪਿਆਰ ਹੀ ਨਹੀਂ ਉਹ ਤਾਂ ਉਹ ਤਾਂ ਡਿਫਾਲਟਰ ਸਾ ਆਦਮੀ ਹੈ ਉਹਨੇ ਅਪਮਾਨ ਕੀਤਾ ਸਾਡੇ ਗੁਰੂ ਮਹਾਰਾਜ ਦਾ ਉਹਨੂੰ ਕੋਰਟ ਨੇ ਸਜ਼ਾ ਦਿੱਤੀ ਹੈ ਬਲਾਤਕਾਰੀ ਹੈ ਕੋ ਬਹਿਸ ਕਰਨਾ ਚਾਹੁੰਦਾ ਮੇਰੇ ਨਾਲ ਕੋਈ ਵੀ ਆ ਕੇ ਬੰਦਾ ਮੇਰੇ ਨਾਲ ਬਹਿਸ ਕਰ ਸਕਦਾ ਲੁੱਚੇ ਸੌਦੇ ਬਾਰੇ ਕਿੰਨੇ ਉਹਨੂੰ ਸੁਰੱਖਿਆ ਦਿੱਤੀ ਲੁੱਚੇ ਸੌਦੇ ਨੂੰ ਕਿੰਨੇ ਜੱਟਪੁਰਾ ਸੁਰੱਖਿਆ ਦਿੱਤੀ ਕਿੰਨੇ ਉਹਨੂੰ ਜੈਮਰ ਦਿੱਤਾ ਕਿੰਨੇ ਹੋਰ ਹੌਸਲਾ ਵੜਾਇਆ ਕਿਹੜੀਆਂ ਕਿੜੀਆਂ ਪੋਲਿਟੀਕਲ ਪਾਰਟੀਆਂ ਸੀ ਸਾਹਮਣੇ ਆਉਣੀਆਂ ਚਾਹੀਦੀਆਂ ਉਹਨਾਂ ਦੇ ਖਿਲਾਫ ਕੋਈ ਮੋਰਚਾ ਖੋਲਣ ਨੂੰ ਤਿਆਰ ਨਹੀਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਲੇਖ ਛਪਿਆ ਸੀਗਾ ਜਿਹਦੇ ਵਿੱਚ ਤੁਹਾਡਾ ਬਿਆਨ ਸੀਗਾ ਕਿ ਜੇ ਦਵਿੰਦਰਪਾਲ ਬੁੱਲਰ ਨੂੰ ਰਿਹਾ ਕੀਤਾ ਜਾਂਦਾ ਤੇ ਇਹ ਮੇਰੇ ਲਈ ਮਰਨ ਬਰਾਬਰ ਹੈ ਦੇਖੋ ਜੀ ਦਵਿੰਦਰਪਾਲ ਭੁੱਲਰ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਠੀਕ ਹੈ ਅਸੀਂ ਕੋਰਟ ਚ ਗਏ ਇਹਦੀ ਫਾਂਸੀ ਦਿੱਤੀ ਜਾਵੇ ਔਰ ਪੋਲੀਟਿਕਲ ਤਰੀਕੇ ਦੇ ਨਾਲ ਬੜੀ ਫਾਂਸੀ ਕੇ ਸਜ਼ਾ ਤੋਂ ਬਚਾਈ ਗਈ ਹੁਣ ਕੋਰਟ ਨੇ ਕਿਹਾ ਵੀ ਜਿੰਨੀ ਦੇਰ ਇਹ ਜਿਉਂਦਾ ਰਹੇਗਾ ਜੇਲ੍ਹ ਚ ਰਹੇਗਾ ਹੌਲੀ 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 ਕਰਦੇ ਕਰਦੇ ਹੁਣ ਪ੍ਰੋਲ ਤੇ ਆ ਗਏ ਹੁਣ ਕਹਿੰਦੇ ਜੀ ਇਹਨਾਂ ਨੂੰ ਛੱਡ ਦਿਓ ਇਹ ਤਾਂ ਪੋਲੀਟਿਸ਼ੀਅਨ ਹੋਗੇ ਮੈਂ ਫਿਰ ਤੁਹਾਨੂੰ ਕਹਿਣਾ ਇੱਕ ਖਾਣਾ ਇੱਕ ਘੂਰਨਾ ਦੋ-ਦੋ ਕੰਮ ਕਰਦੇ ਨੇ ਨਾਲੇ ਧਮਕੀਆਂ ਦੇਣੀਆਂ ਇਹ ਕਿੱਥੋਂ ਦਾ ਤਰੀਕਾ ਜੀ ਅਸੀਂ ਕਿਸੇ ਨੂੰ ਕਿਹਾ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਅਸੀਂ ਕਦੀ ਬੋਲੇ ਅਸੀਂ ਕਦੀ ਮੌਦੇ ਸੁਦਾਗਰ ਵਾਲੀ ਗੱਲ ਕੀਤੀ ਅਸੀਂ ਉਦੋਂ ਕੀਤੀ ਜਦੋਂ ਇਹ ਹਟਣ ਨੂੰ ਤਿਆਰ ਹੀ ਨਹੀਂ ਹੌਲੀ-ਹੌਲੀ ਹੌਲੀ ਕਰਕੇ ਸਾਰੇ ਛੁਡਾ ਕੇ ਤੁਸੀਂ ਲੈ ਜਾਓ ਤੇ ਤੁਸੀਂ ਜਿਹੜੇ ਪਾਕਿਸਤਾਨ ਤੋਂ ਆ ਰਹੇ ਨੇ ਜਿਹੜੇ ਨਾਰਕੋ ਟੈਰੋਰਿਜ਼ਮ ਜਿਹੜੇ ਹਥਿਆਰ ਆ ਰਹੇ ਨੇ ਉਹਨਾਂ ਦੇ ਖਿਲਾਫ ਤੁਸੀਂ ਆਵਾਜ਼ ਵੀ ਨਾ ਚੁੱਕੋ ਪੰਜਾਬ ਦੀ ਅਮਨ ਸ਼ਾਂਤੀ ਦੀ ਜ਼ਿੰਮੇਵਾਰੀ ਕਿਦੀ ਹੈ ਦੇਸ਼ ਦੀ ਸ਼ਾਂਤੀ ਦੀ ਜ਼ਿੰਮੇਵਾਰੀ ਕਿਹਦੇ ਤੇ ਹੈ ਸਾਡਾ ਕੰਮ ਹੈ ਸਿਰਫ ਵਪਾਰ ਕਰਨਾ ਸਾਡਾ ਕੰਮ ਹੈ ਸਿਰਫ ਧਰਨੇ ਲਾਣਾ ਸਾਡਾ ਕੰਮ ਹੈ ਸਿਰਫ ਇਲੈਕਸ਼ਨ ਲਾਣਾ ਬੰਦੀ ਸਿੰਘਾਂ ਦੀ ਆਵਾਜ਼ ਤਾਂ ਹੁਣ ਲੋਕ ਸਭਾ ਦੇ ਵਿੱਚ ਵੀ ਗੂੰਜੇ ਸਰਦਾਰ ਸਮਰੰਜ ਸਿੰਘ ਮਾਨ ਨੇ ਚੁੱਕੀ ਹੈ ਕਿਹੜੀ ਗਲ ਚੁੱਕੀ ਉਹਨਾਂ ਨੇ ਕਿ ਬੰਦੀ ਸਿੰਘਾਂ ਦੇ ਰਿਹਾਏ ਨੂੰ ਲੈ ਕੇ ਉੱਥੇ ਮੋਰਚਾ ਲੱਗਾ ਹੋਇਆ ਹੈ ਗੱਲ ਜੇ ਜੇ ਆਵਾਜ਼ ਪਾਰਲੀਮੈਂਟ ਤੇ ਚੁੱਕੀ ਜਾਂਦੀ ਹੈ ਤੇ ਮੈਂ ਮੈਨੂੰ ਕੀ ਲੈਣਾ ਦੇਣਾ ਬੰਬ ਤਾਂ ਮੈਂ ਖਾਦੇ 35 ਬੰਦੇ ਮੇਰੇ ਨਾਲ ਸ਼ਹੀਦ ਹੋਏ ਜਿਹੜੇ ਲੋਕ ਸ਼ਹੀਦ ਹੋਏ ਉਹ ਥੱਲੇ ਪੈ ਗਏ ਤੇ ਆਹ ਜਿਹੜੇ ਲੋਕ ਪਾਰਲੀਮੈਂਟ ਚ ਬੋਲਣਗੇ ਇਹ ਸੱਚ ਪੈ ਗਏ ਵਾ ਵਈ ਵਾ ਹਰ ਚੀਜ਼ ਤੇ ਰਾਜਨੀਤੀ ਪੋਲਿਟਿਸ਼ੀਅਨ ਜੇ ਇਹ ਨਾਲ ਸ਼ੈਤਾਨ ਬਣ ਗਿਆ ਕਿ ਉਹਨੇ ਪਾਰਲੀਮੈਂਟ ਚ ਵੀ ਬੋਲਣਾ ਉਹਨੇ ਦੇਖਣਾ ਵੀ ਮੇਰੀ ਆਵਾਜ਼ ਪੰਜਾਬ ਚ ਕਿੱਥੇ ਜਾਂਦੀ ਹੈ ਅਸੀਂ ਪਬਲਿਕ ਨੂੰ ਨਹੀਂ ਦੇਖਣਾ ਅਸੀਂ ਦੇਖਣਾ ਜਿਹੜੇ 36000 ਲੋਕ ਮਾਰੇ ਗਏ 3 ਸਿੱਖ ਘਰਾਂ ਚੋਂ ਕੱਢ-ਕੱਢ ਕੇ ਲੋਕਾਂ ਨੂੰ ਮਾਰ ਦਿੱਤਾ ਭੈਣਾਂ ਦੇ ਸੁਹਾਗ ਉਜਾੜ ਤੇ ਪਰ ਉਹ ਕਾਊਂਟਰ ਦੇ ਵਿੱਚ ਇਹ ਕਹਿੰਦੇ ਹੈਗੇ ਕਿ ਉਸ ਟਾਈਮ ਤੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਨਜਾਇਜ਼ ਮਾਰੇ ਆ ਅੱਛਾ ਤੇ ਉਹਨਾਂ ਨੂੰ ਪਾਕਿਸਤਾਨ ਦੇ ਆ ਕੇ ਮਾਰ ਕੇ AK47 ਨਾਲ ਕਿੰਨੇ ਮਾਰੇ ਆ ਸੀ ਉਹਨਾਂ ਨੂੰ ਬੱਥਾਂ ਚੋਂ ਕੱਢ-ਕੱਢ ਕੇ ਲੈਣਾ ਤੇ ਉਹ ਜਿਹੜੇ ਮਾਰ ਦਿੱਤੇ ਉਹ ਕਿਉਂ ਮਾਰੇ ਮੈਂ ਫੇਰ ਕਹਿੰਦਾ ਉਹਨਾਂ ਕੋ ਹਥਿਆਰ ਸੀ ਕੋਈ ਉਹਨਾਂ ਕੋ ਗੋਲੀ ਬਰੂਦ ਸੀ ਕੋਈ ਉਹਨਾਂ ਕੋ ਕਿਰਪਾਨ ਸੀ ਕੋਈ ਉਹਨਾਂ ਨੂੰ ਮਾਰਦੇ ਉਹਨਾਂ ਦਾ ਕੋਈ ਵਾਰਿਸ ਨਹੀਂ ਪਿੰਡਾਂ ਰੇ ਪਿੰਡ ਖਾਲੀ ਕਰਾਤੇ ਤੁਸੀਂ ਜਿਹੜਾ ਤੁਹਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਰਗੜ ਦਿੱਤਾ ਕਿਹੜਾ ਹਿੰਦੂ ਪਰਿਵਾਰ ਪਿੰਡਾਂ 'ਚ ਰਹਿੰਦਾ ਸੀ ਸਾਰੇ ਤਾਂ ਚਲੇ ਗਏ ਪਲਾਨ ਕਰਕੇ ਕੋਈ ਦਿੱਲੀ ਚਲਾ ਗਿਆ ਕੋਈ ਯੂਪੀ ਚਲਾ ਗਿਆ ਕੋਈ ਹਰਿਆਣਾ ਚਲਾ ਗਿਆ ਪੰਜਾਬ 'ਚ ਤੁਸੀਂ ਰਹਿਣ ਕਿਰਾ ਦਿੱਤਾ ਤੁਸੀਂ ਕਹਿੰਦੇ ਪੰਜਾਬ ਕਸ਼ਮੀਰ ਬਣ ਗਿਆ ਹੈ ਕਸ਼ਮੀਰ ਬਣ ਗਿਆ ਪੰਜਾਬ ਹਿੰਦੂ ਪਲਾਨ ਕਰਗੇ ਉੱਥੋਂ ਹੁਣ ਦੀ ਗੱਲ ਕਰਦੇ ਹੋ ਜਾਂ ਪਹਿਲੀ ਗੱਲ ਕਰਦੇ ਪਹਿਲੇ ਦੀ ਤੁਹਾਡੇ ਜੋ ਬਿਲਕੁਲ ਬਿਲਕੁਲ ਪਹਿਲੇ ਦੀ ਗੱਲ ਹੁਣ ਦੀ ਗੱਲ ਨਹੀਂ ਕਰਦਾ ਪਹਿਲੇ ਦੀ ਗੱਲ ਕਸ਼ਮੀਰੀ ਬਣ ਗਿਆ ਸੀ ਹੋਰ ਕੀ ਕੀਤਾ ਜਿਹੜੇ ਸੈਕੂਲਰ ਸਿੱਖ ਦੀ ਉਹਨਾਂ ਨੂੰ ਵੀ ਤੁਸੀਂ ਕੱਢ ਦਿੱਤਾ ਤੁਸੀਂ ਪੁੱਛਣਾ ਕਿ ਸਵਾਲ ਚ ਆਉਂਦੇ ਹੋ ਤੁਸੀਂ ਪਹਿਲੀ ਤਾਂ ਇਹ ਦੱਸੋ ਸਵਾਲ ਪੁੱਛਣ ਲੱਗੇ ਆ ਮੌਤ ਦੇ ਸੁਦਾਗਰਾਂ ਦੇ ਅੱਖ ਚੋਂ ਤੁਸੀਂ ਜਿਹੜੇ ਬੇਗੁਨਾਹਾਂ ਦਾ ਕਤਲ ਈਾਮ ਕਰਨ ਉਹਨਾਂ ਦੇ ਅੱਖ ਚੋਂ ਤੁਸੀਂ ਮੌਤ ਦੇ ਸੁਦਾਗਰ ਬੇਗੁਨਾਹਾਂ ਦਾ ਕਤਲ ਈਾਮ ਕੀਤਾ ਹੁਣ ਜੋਰ-ਜੋਰ ਦੀ ਹੱਥ ਮਾਰ-ਮਾਰ ਕੇ ਕਹਾਂ ਤੁਹਾਨੂੰ ਮੈਂ ਮੈਂ ਤਾਂ ਸਾਬੇ ਪੁੱਛਣਾ ਚਾਹਨਾ ਹੈਗਾ ਵਾ ਕਿ ਜਦੋਂ ਵੀ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ ਤਾਂ ਦੋ ਨਾਮ ਜਿਹੜੇ ਹੈਗੇ ਨੇ ਉਹ ਪ੍ਰਮੁੱਖ ਤੌਰ ਤੇ ਸਾਹਮਣੇ ਆਉਂਦੇ ਇੱਕ ਰਵਨੀਤ ਬਿੱਟੂ ਤੇ ਦੂਜੇ ਤੁਸੀਂ ਮਖਾਲਫਤ ਦੇ ਵਿੱਚ ਨਜ਼ਰ ਆਣੇ ਹੈਗੇ ਉਹ ਮਖਾਲਫਤ ਨਹੀਂ ਬੰਦੀ ਸਿੰਘਾਂ ਦੀ ਮਖਾਲਫਤ ਨਹੀਂ ਮੌਤ ਦੇ ਸੌਦਾਗਰਾਂ ਵਾਲੀ ਜਿਨ੍ਹਾਂ ਨੇ ਬੇਗੁਨਾਹਾਂ ਦਾ ਕਤਲੇਆਮ ਕੀਤਾ ਹੈ ਸੱਚ ਤੇ ਖੜਦਾ ਸੱਚ ਤੇ ਬੋਲਦਾ ਜਿਨ੍ਹਾਂ ਨੇ ਪਕੜੀਆਂ ਤੇ ਦਾਗ ਲਾਇਆ ਜਿਨ੍ਹਾਂ ਨੇ ਮਾਨਵਤਾ ਨੂੰ ਮਾਰਿਆ ਜਿਨ੍ਹਾਂ ਨੇ ਬੱਚਿਆਂ ਨੂੰ ਯਤੀਮ ਕੀਤਾ ਕਿਹੜਾ ਸਿੱਖ ਧਰਮ ਦਾ ਇਤਿਹਾਸ ਹੈ ਜਿਹੜਾ ਕਹਿੰਦਾ ਮਾਨਵਤਾ ਨੂੰ ਮਾਰ ਦਿਓ ਮਾਨਵਤਾ ਦੇ ਉਲਟ ਇਹ ਚੱਲੇ ਅਸੀਂ ਮਾਨਵਤਾ ਲਈ ਚਲਦੇ ਚਲਦੇ ਗੁਰੂ ਮਹਾਰਾਜ ਦੀ ਮਰਿਆਦਾ ਦੇ ਸੋਚ ਤੇ ਚਲਦੇ ਆ ਪਾਪੀ ਤੇ ਗੁਨਾਹਗਰ ਸਿੱਖ ਮਾਨਵਤਾਂ ਨੂੰ ਬਚਾਉਂਦੇ ਰਹੇ ਭੈਣਾਂ ਦੇ ਸੁਹਾਗ ਬਚਾਉਂਦੇ ਰਹੇ ਆਪਣੇ ਸਰੀਰਾਂ ਤੇ ਬੰਬ ਖਾਉਂਦੇ ਰਹੇ ਅਸੀਂ ਗਲਤ ਕਿਉਂ ਗਲਤ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਨਹੀਂ ਮੈਂ ਤੁਹਾਨੂੰ ਸਵਾਲ ਉਹ ਗਲਤ ਜਾਂ ਮੈਂ ਗਲਤ ਗੁਰੂ ਮਹਾਰਾਜ ਨੇ ਕਿਸ ਲਈ ਸਿੱਖ ਕੌਮ ਸਜਾਈ ਸੀ ਕੌਣ ਸੀ ਭਾਈ ਕਨਿਆ ਜੀ ਜਦੋਂ ਜੰਗ ਹੁੰਦੀ ਸੀ ਟੱਕਣ ਜਿਆ ਜਿਹੜੇ ਦੁਸ਼ਮਣਾਂ ਨੂੰ ਮਲਮ ਪੱਟੀ ਕਰਦੇ ਸੀ ਮੁਗਲਾਂ ਮੁਗਲਾਂ ਨਾ ਹੁੰਦੀ ਸੀ ਤੇ ਗੁਰੂ ਮਹਾਰਾਜ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਦੁਸ਼ਮਣਾਂ ਨੂੰ ਮਲਮ ਪੱਟੀ ਕਰੀ ਜਾਂਦੇ ਆ ਇਹ ਫੇਰ ਉਸ ਦਿਨ ਨਹੀਂ ਮੇਰੀ ਗੱਲ ਸੁਣੋ ਫੇਰ ਉਹਨਾਂ ਨੂੰ ਤੁਸੀਂ ਮੁਆਦਾ ਸਦਾਗਰ ਕਹਿੰਨੇ ਪਿਓ ਜੋ ਉਹਨਾਂ ਦੇ ਨਾਲ ਹੁਣ ਹੁੰਦਾ ਪਿਆ ਤੁਸੀਂ ਸਮਝਦੇ ਕਨਸਟੀਟਿਊਸ਼ਨ ਦੇ ਮੁਤਾਬਕ ਸਹੀ ਹੈ ਕਿਉਂਕਿ ਉਹ ਕਨਸਟੀਟਿਊਸ਼ਨ ਦਾ ਹਵਾਲਾ ਦਿੰਦੇ ਆ ਵਾਰ-ਵਾਰ 36000 بے ਗੁਨਾਹਾਂ ਦਾ ਕਤਲੇਆਮ ਕਰਨ ਵਾਲੇ ਮੌਤ ਦੇ ਸਦਾਗਰ ਸੀ ਮੌਤ ਦੇ ਸਦਾਗਰ ਹੈ ਮੌਤ ਦੇ ਰਹਿਣਗੇ ਰਾਜ ਕੇ ਬੋਲਦਾ ਰਹਾਂਗਾ ਮੈਨੂੰ ਕਿਸੇ ਦਾ ਖੌਫ ਨਹੀਂ ਕਿਸੇ ਨੂੰ ਵੋਟ ਦਾ ਡਰ ਹੋਊ ਸਰਕਾਰਾਂ ਨੂੰ ਹੋਊ ਮੈਨੂੰ ਕੋਈ ਡਰ ਨਹੀਂ ਮੈਂ ਨੇ ਰਾਜਨੀਤੀ ਨਹੀਂ ਕਰਨੀ ਮੈਂ ਆਪਣੇ ਸਾਹਮਣੇ 35 ਲੋਕਾਂ ਨੂੰ ਮਰਦੇ ਹੋਏ ਉਹਨਾਂ ਦੀਆਂ ਲਾਸ਼ਾਂ ਨੂੰ ਸ਼ਹੀਦ ਹੁੰਦੇ ਹੋਏ ਦੇਖਿਆ ਖੂਨ ਦੀਆਂ ਨਦੀਆਂ ਵੇਖੀਆਂ ਮੈਂ ਘਰਾਂ ਦੇ ਵਿੱਚ ਜਾ ਕੇ ਭੈਣਾਂ ਦੇ ਸੁਹਾਗਾ ਗੁਜਰ ਦੇ ਦੇਖਿਆ ਮੈਂ ਅਜਨਾਲਾ ਦੇ ਅੰਦਰ ਇੱਕ ਬੱਸ ਨੂੰ ਬੱਸ ਦੇ ਵਿੱਚ ਮਾਰ-ਮਾਰ ਕੇ ਸਾਰਿਆਂ ਨੂੰ ਗੋਲੀਆਂ ਦਾ ਬੱਟੀਆਂ ਸਮੇਤ ਉਹਨਾਂ ਦੀਆਂ ਲਾਸ਼ਾਂ ਨੂੰ ਭੇਡਾਂ ਬੱਕਰੀਆਂ ਦੀ ਤਰ੍ਹਾਂ ਖੂਨ ਵਹਿੰਦਾ ਮੈਂ ਦੇਖਿਆ ਮੈਂ ਕਰਾਂ ਮਾਨਵਤਾ ਦੀ ਗੱਲ ਇਹ ਮਾਨਵਤਾ ਨੂੰ ਮਾਰਨ ਵਾਲਿਆਂ ਦੀ ਗੱਲ ਕਰਨ ਉਹ ਸੱਚੇ ਬਣ ਕੇ ਅਸੀਂ ਝੂਠੇ ਬਣ ਕੇ ਵਾਹ ਬਈ ਵਾਹ ਗੱਲ ਕਰੀਏ ਨਾ ਕਲੀਅਰ ਮੈਂ ਤੁਹਾਡੇ ਕੋਲ ਸਵਾਲ ਕਰਨਾ ਨਹੀਂ ਤੁਸੀਂ ਸਵਾਲ ਕਰਨਾ ਤੇ ਗੱਲ ਆਪਾਂ ਆਪ ਚ ਖੋਲੀਏ ਨਾ ਤੁਸੀਂ ਬਾਰ ਬਾਰ ਕਹਿੰਦੇ ਜੀ ਬੰਦੀ ਸਿੱਖ ਬੰਦੀ ਸਿੱਖ ਸਾਰੇ ਇਲਾਕੇ ਚੈਨਲ ਵਾਲੇ ਬੰਦੀ ਸਿੱਖ ਸਾਰੀ ਪ੍ਰੈਸ ਲੱਗੀ ਬੰਦੀ ਸਿੱਖ ਤੇ ਜਿਹੜੇ 36000 ਬੇਗੁਣਾ ਮਾਰ ਦਿੱਤੇ ਤੇ ਉਹਨਾਂ ਨੇ ਉਹਨਾਂ ਦੀ ਵਕਾਲਤ ਕੌਣ ਕਰੂ ਨਾ ਸਾਰੀ ਪ੍ਰੈਸ ਲੱਗੀ ਬੰਦੀ ਸਿੱਖ ਨਾ ਸਾਰੀ ਲੱਗੀ ਜਦੋਂ 2013 ਦੇ ਵਿੱਚ ਗੁਰਬਖਸ਼ ਸਿੰਘ ਖਾਲਸਾ ਹੋਰਾਂ ਨੇ ਉੱਥੇ ਮੋਰਚਾ ਲਗਾਇਆ ਸੀਗਾ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਉਸ ਵੇਲੇ ਜੈਜੀਵੀ ਵਰਗੇ ਗੀਤਕਾਰ ਵੱਡੇ ਵੱਡੇ ਗੀਤਕਾਰਾਂ ਨੇ ਇਹ ਤੱਕ ਲਿਖਤਾ ਸੀਗਾ ਕਿ ਸੀਐਨਐਨ ਵਰਗੇ ਤਾਂ ਰਿਪੋਰਟ ਕਰਦੇ ਪਏ ਆ ਲੇਕਿਨ ਪੰਜਾਬ ਦਾ ਜਾਂ ਇੰਡੀਆ ਦਾ ਨੈਸ਼ਨਲ মিডিਆ ਰਿਪੋਰਟ ਨਹੀਂ ਕਰਦਾ ਦੇਖੋ ਜੀ ਮੈਂ ਮੈਂ ਪ੍ਰੈਸ ਦੇ ਬਾਰੇ ਨਹੀਂ ਮੈਂ ਅੱਜ ਦੇ ਟਾਈਮ ਤੇ ਮੈਂ ਤੁਹਾਨੂੰ ਸਵ ਪਾਰਾ ਮੀਡੀਆ ਬੰਦੀ ਸਿੱਖ ਬੰਦੀ ਸਿੱਖ ਪਹਿਲਾਂ ਵੀ ਤਾਂ ਪ੍ਰੈਸ ਹੁੰਦੀ ਸੀ ਨਿਚੋੜ ਖੜਦੀ ਸੀ ਅੰਦਰ ਤੱਕ ਜਾਂਦੀ ਸੀ ਕੌਣ ਹੈ ਕੀ ਹੈ ਕਿੱਥੋਂ ਹਥਿਆਰ ਆਏ ਕਿਵੇਂ ਹੋਇਆ ਜਿਹੜੇ 36000 ਲੋਕ ਬੇਕਸੂਰ ਚਲੇ ਗਏ ਉਹਨਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਤੇ ਜਿਉਂ ਉਹਨਾਂ ਦੀ ਗੱਲ ਕਰਨ ਵਾਲਾ ਬਿੱਟਾ ਹੈ ਤੂੰ ਉਹਨੂੰ ਕਹਿੰਦੇ ਤੂੰ ਕਿਉਂ ਬੋਲਦਾ ਬਈ ਵਾਹ ਬਈ ਵਾਹ ਮੇਰੀ ਜਮੀਰ ਜਿਉਂਦੀ ਹੈ ਬੰਬ ਜ਼ਰੂਰ ਖਾਦੇ ਸਰੀਰਾਂ ਤੇ ਅਨਾ ਜ਼ਰੂਰ ਹੈਂਡੀਕੈਪ ਮੇਰੀ ਜਮੀਰ ਜਿਉਂਦੀ ਹੈ ਆਖਰੀ ਦਮ ਤੱਕ ਲੜੂ ਹੂੰ ਆਖਰੀ ਦਮ ਤੱਕ ਉਹ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ ਹੈ ਤੁਸੀਂ ਰੋਜ਼ ਧਰਨੇ ਮਾਰ ਦਿਓ ਫਿਰ 3 ਸਾਲ ਬਾਅਦ ਸਾਰੇ ਇਕੱਠੇ ਕਰ ਲਓ ਜਿਹੜੇ ਪਾਕਿਸਤਾਨ ਤੋਂ ਹਥਿਆਰ ਆਏ ਨੇ ਨਾਰਕੋ ਟੈਰਰਿਜ਼ਮ ਆਇਆ ਹੈ ਆਰ ਡੀ ਐਕਸ ਫੜਿਆ ਜਾਂਦਾ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਕਹੋ ਜੀ ਇਹ ਬੰਦੀ ਸਿੱਖ ਇਹੀ ਕੰਮ ਕਰਦੇ ਰਹਾਂਗੇ ਪੰਜਾਬ ਦੇ ਅੰਦਰ ਕਿੱਥੇ ਆ ਪੰਜਾਬ ਦੀ ਜਵਾਨੀ ਤੁਹਾਨੂੰ ਸਵਾਲ ਪੁੱਛਣਾ ਚਾਹੁੰਨ ਕਿੱਥੇ ਅੱਜ ਪੰਜਾਬ ਦੀ ਜਵਾਨੀ ਮੋਰਚਾ ਲੱਗਾ ਜੇ ਤੁਸੀਂ ਉਹਦਾ ਐਨਾਲਿਸਿਸ ਕਰਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿਉਂ ਲੱਗਾ ਹੋਇਆ ਹੈ ਕਿ ਕਿ ਵਿੱਚ ਤੁਸੀਂ ਜ਼ਿਕਰ ਪਾਕਿਸਤਾਨ ਦਾ ਵੀ ਕਰ ਦਿੰਦੇ ਹੋ ਤੁਸੀਂ ਬਾਰਲੀ ਫੰਡਿੰਗ ਦਾ ਵੀ ਕਰ ਦਿੰਦੇ ਹੋ ਕਿਉਂ ਲੱਗਾ ਹੋਇਆ ਫਿਰ ਇਹ ਮੋਰਚਾ ਲਗਾਉਣ ਦਾ ਮਤਲਬ ਅਰਥ ਕੀ ਹੈ ਇਹ ਮੋਰਚੇ ਦੇ ਪਿੱਛੇ ਸਾਰੀਆਂ ਵਿਦੇਸ਼ੀ ਸ਼ਕਤੀਆਂ ਨੇ ਠੀਕ ਹੈ ਨਾ ਭੁੱਲਰ ਦਾ ਜਿਹੜਾ ਇਨਕੁਆਰੀ ਤਾਂ ਕਰੋ ਪੰਜਾਬ ਕਰੋ ਪੰਜਾਬ ਡਾਡਡ ਹੋ ਗਿਆ ਬਰੇ ਕਿਹੜਾ ਸਭ ਡਰਾਮਾ ਲਓ ਲਿਆਓ ਡਾਕਟਰ ਮੈਂ ਲੈ ਕੇ ਜਾਣਾ ਪਰਮਿਸ਼ਨ ਲਓ ਤੁਸੀਂ ਲਾ ਚੈੱਕ ਕਰਾ ਲੋ ਜੇ ਉਹ ਮੈਂਟਲੀ ਅਫਸਰਟ ਹੋਵੇ ਮਾ ਤੁਹਾਡੇ ਚੈਨਲ ਤੇ ਕਹਿੰਨਾ ਮਕਾਨਾ ਛੱਡ ਦਿਓ ਇਹਨੂੰ ਉਹ ਸਾਰਾ ਡਰਾਮਾ ਡਰਾਮਾ ਕਰਕੇ ਡਾਕਟਰਾਂ ਨਾਲ ਮਿਲ ਕੇ ਪੋਲੀਟੀਕਲ ਪਾਰਟੀਆਂ ਨਾਲ ਮਿਲ ਕੇ ਸਰਕਾਰਾਂ ਨਾਲ ਮਿਲ ਕੇ ਸਾਰਾ ਡਰਾਮਾ ਕੀਤਾ ਉਹ ਤਾਂ ਅਸੀਂ ਬੋਲੇ ਅਸੀਂ ਕੋਰਟ 'ਚ ਗਏ ਅਸੀਂ ਹੁਣ ਕੋਰਟ 'ਚ ਗਏ ਜਦੋਂ ਹੱਦਾਂ ਪਾਰ ਕਰ ਗਏ ਹੁਣ ਕੋਰਟ 'ਚ ਗਏ ਅਸੀਂ ਇੰਨੇ ਸਾਲ ਗਏ ਨਹੀਂ ਜੋ ਕੋਰਟ ਨੇ ਕਰਤਾ ਠੀਕ ਹੈ ਅਸੀਂ ਤਾਂ ਕਦੀ ਗਿਆ ਨਹੀਂ ਪੰਜਾਬ 'ਚ ਕਿਸੇ ਨੂੰ ਫਾਂਸੀ ਦੀ سزا ਹੋਵੇ ਅਸੀਂ ਤਾਂ ਬੇਕਸੂਰਾਂ ਦਾ ਕਤਿਆਮ ਹੋਣ ਉਹ ਜਿਹੜਾ ਜਿਨ੍ਹਾਂ ਨੇ ਕੀਤਾ ਉਹਨਾਂ ਦੇ ਖਿਲਾਫ ਬਾਤ ਉਠਾਈ ਆ ਤਾਂ ਬੰਦੀ ਸਿੱਖਾਂ ਦੀ ਹੁਣ ਗੱਲ ਸ਼ੁਰੂ ਕੀਤੀ ਹੁਣ ਤੁਸੀਂ ਆਏ ਉੱਤੇ ਬੋਲੇ ਮੈਂ ਤਾਂ ਨਹੀਂ ਤੁਹਾਨੂੰ ਅਪਰੋਚ ਕੀਤਾ ਤੁਸੀਂ ਨਾ ਕਰਦੇ ਮੈਂ ਨਾ ਬੋਲਦਾ ਮੈਂ ਨਹੀਂ ਕਿਤੇ ਨੂੰ ਬੁਲਾ ਕੇ ਕਹਿੰਦਾ ਮੈਂ ਕੰਮ ਨਹੀਂ ਕਰਦਾ ਪੰਜਾਬ 'ਚ ਅੱਗ ਲਾਉਣ ਦੇ ਪਰ ਇਹ ਚੀਜ਼ ਨਹੀਂ ਹੋ ਸਕਦੀ ਕਿ ਤੁਸੀਂ ਪੰਜਾਬ ਦੇ ਮਾਹੌਲ ਨੂੰ ਦੁਬਾਰਾ ਖਰਾਬ ਕਰੋਗੇ 40 ਸਾਲ ਤੋਂ ਇਹੀ ਪੰਗੇ ਦੇਖ ਰਹੇ ਹਾਂ ਕਿੱਥੇ ਗਈ ਪੰਜਾਬ ਦੀ ਜਵਾਨੀ ਦੱਸੋ ਮੈਨੂੰ ਪੰਜਾਬ ਦੇ ਮੁੰਡੇ ਸਾਰੇ ਵਿਦੇਸ਼ਾਂ ਨੂੰ ਚਲੇ ਗਏ ਮਾਵਾ ਦੇ ਲਾਲ ਆਪਣੀਆਂ ਜ਼ਮੀਨਾਂ ਵੇਚ ਕੇ 2-2 ਏਕੜ ਇਹਨਾਂ ਦੀਆਂ ਗਲਤੀਆਂ ਤੋਂ ਡਰਦੇ ਹੋਏ ਨਾਰਕੋ টেরਰਿਜ਼ਮ ਤੋਂ ਡਰਦੇ ਹੋਏ ਸਾਡੇ ਮੁੰਡੇ ਨਿਛੇੜੀ ਨਾ ਬਣ ਜਾਣ ਸਾਡੇ ਮੁੰਡੇ ਮੁੜ ਕੇ AK-47 ਨਾਲ ਫੜ ਲੈਣ ਸਾਡੇ ਮੁੰਡੇ ਪੁਲਿਸ ਮੁਕਾਬਣਿਆਂ ਚ ਮਾਰੀ ਜਾਂਦੇ ਆ ਫੇਰ ਆ ਗਈਆਂ ਜੀ ਪੰਜਾਬ ਦੇ ਵਿੱਚ ਹਾਂਜੀ AK-47 ਦਾ ਫੇਰ ਆ ਗਿਆ ਮਿਲਿਟੈਂਸੀ ਦਾ ਦੌਰ ਚੱਲ ਗਿਆ ਗੈਂਗਸਟਰਵਾਦ ਆ ਗਿਆ ਆ ਗਿਆ ਮਾਬਾ ਪੇਹੀ ਕਹਿੰਦੇ ਆ ਨਾ ਸਾਰਾ ਪੰਜਾਬ ਰੋ ਰਿਹਾ ਜੀ ਨਹੀਂ ਸਾਰਾ ਰੋ ਰਿਹਾ ਨਾ ਬੜਾ ਵਧੀਆ ਸਵਾਲ ਪੁੱਛਿਆ ਸਾਰਾ ਪੰਜਾਬ ਰੋ ਰਿਹਾ ਮਾਬਾ ਪਾ ਕੀ ਕਹਿੰਦੇ ਨੇ ਆਪਣੇ ਮੁੰਡਿਆਂ ਨੂੰ ਬਚਾ ਲਈਏ ਦੂਰ ਕਰ ਲਈਏ ਆਪਣੇ ਤੋਂ ਮਾਪੇ ਤੁਰ ਜਾਂਦੇ ਨੇ ਬੱਚੇ ਆਵ ਨਹੀਂ ਸਕਦੇ ਉੱਥੇ ਬੱਚੇ ਵਿਚਾਰੇ ਪਤਾ ਨਹੀਂ ਕਿੰਨਾ ਸੰਘਰਸ਼ ਕਰਦੇ ਨੇ ਕੌਣ ਹੈ ਜ਼ਿੰਮੇਦਾਰ ਅਸੀਂ ਪੋਲਿਟੀਸ਼ੀਅਨ ਵੀ ਜ਼ਿੰਮੇਦਾਰ ਹਾਂ ਦੂਰ ਕਰਨ ਦਾ ਤਰੀਕਾ ਤੇ ਉਹਨਾਂ ਨੇ ਲੱਭ ਲਿਆ ਕਹਿੰਦੇ ਪੰਜਾਬ ਛੱਡ ਕੇ ਬਾਹਰ ਚੱਲ ਜਿਓ ਉੱਥੇ ਜਾ ਕੇ ਸੇਫ ਹੋ ਉੱਥੇ ਜਾ ਕੇ ਨੌਕਰੀਆਂ ਕਰੋ ਪੈਸੇ ਭੇਜੋ ਕਮਾਓ ਪੰਜਾਬ ਖਾਲੀ ਹੋ ਗਿਆ ਨਹੀਂ ਕਿਉਂ ਕੌਣ ਮੈਂ ਉਹ ਤਾਂ ਕਹਿੰਦਾ ਮੋਰਚਿਆਂ ਨੇ ਤਾਂ ਸਾਡਾ ਪੰਜਾਬ ਖਾਲੀ ਕਰਤਾ ਇਹ ਪਾਕਿਸਤਾਨ ਨੇ ਨਸ਼ਾ ਭੇਜ-ਭੇਜ ਕੇ ਪੰਜਾਬ ਦੇ ਮੁੰਡੇ ਨੇ ਛੇੜੀ ਬਣਾਤੇ ਬਾਕੀ ਪੰਜਾਬ ਦੇ ਪੋਲਿਟੀਸ਼ੀਅਨ ਲੁੱਟ ਕੇ ਲੈ ਗਏ ਰੇਤਾ ਬਜਰੀ ਮਿੱਟੀ ਨਹਿਰਾਂ ਸ਼ਰਾਬ ਕਰੋਨਾ ਕਾਲ ਦੇ ਵਿੱਚ ਐਮ ਐਲ ਏ ਮੰਤਰੀ ਨਕਲੀ ਸ਼ਰਾਬਾਂ ਵੇਚ ਕੇ 200 200 ਬੰਦਾ ਮਾਰਤਾ ਆ ਤਾਂ ਸਾਡੀ ਪੰਜਾਬ ਦੀ ਜ਼ਮੀਰ ਰਹਿ ਗਈ ਪੰਜ ਦਰਿਆਵਾਂ ਦੀ ਧਰਤੀ ਦੀ ਮਿੱਟੀ ਵੀ ਵੇਚ ਕੇ ਆਪਾਂ ਪਹਾੜ ਵੀ ਆਪਾਂ ਵੇਚ ਗਏ ਪਹਾੜਾਂ ਤੇ ਕਬਜ਼ੇ ਕਰ ਲਏ ਅਸੀਂ ਆ ਸਾਡੀ ਜ਼ਮੀਰ ਆ ਆ ਅਸੀਂ ਪੋਲੀਟਿਸ਼ੀਅਨ ਅਸੀਂ ਪੁਰਾਣੇ ਪੋਲੀਟਿਸ਼ੀਅਨ ਦੇਖੇ ਨੇ ਸੰਤੋਖ ਸਿੰਘ ਰੰਧਾਵੇ ਵਰਗੇ ਪੋਲੀਟਿਸ਼ੀਅਨ ਦੇਖੇ ਨੇ ਬڑے-ਬڑے ਪੋਲੀਟੀਸ਼ੀਅਨ ਅਸੀਂ ਦੇਖੇ ਨੇ ਸਰਦਾਰੀ لال ਕਪੂਰ ਵਰਗੇ ਪੋਲੀਟੀਸ਼ੀਅਨ ਦੇਖੇ ਨੇ ਖੱਦਰ ਪਾਇਆ ਹੁੰਦਾ ਸੀ ਕਹਿੰਦੇ ਉਹ ਕਹਿੰਦੇ ਦੇਸ਼ ਭਗਤ ਆ ਗਿਆ ਅੱਜ ਖੱਦਰ ਪਾਨੇ ਕਹਿੰਦਾ ਸਾਡੇ ਚੋਰ ਆ ਗਏ ਆ ਸਾਡੀ ਆ ਸਾਡੀ ਹਾਲਤ ਤੁਸੀਂ ਹਰਮੰਦਰ ਸਾਹਿਬ ਮੱਥਾ ਟੇਕਣ ਜਾਓ ਤੁਸੀਂ ਦੁਰਗਾਣਾ ਮੰਦਰ ਮੱਥਾ ਟੇਕਣ ਜਾਓ ਤੁਸੀਂ ਕਿਸੇ ਹੋਰ ਜਗ੍ਹਾ ਤੇ ਮੱਥਾ ਟੇਕਣ ਜਾਓ ਚਮਕੌਰ ਸਾਹਿਬ ਮੱਥਾ ਟੇਕਣ ਜਾਓ ਤੁਸੀਂ ਅਨੰਦਪੁਰ ਸਾਹਿਬ ਜਾਓ ਪਹਿਲੇ ਸਾਨੂੰ ਦੇਖੋ ਆ ਰਮਾਲ ਕੱਢਿਆ ਨਾ ਆ ਸਾਡੀਆਂ ਤਸਵੀਰਾਂ ਪਹਿਲੇ ਇਹਨਾਂ ਲੀਡਰਾਂ ਦੇ ਦਰਸ਼ਨ ਕਰੋ ਫਿਰ ਹਰਮੰਦਰ ਸਾਹਿਬ ਮੱਥਾ ਟੇਕਣ ਜਾਓ ਆ ਸਾਡੀਆਂ ਜਮੀਰਾਂ ਰਹਿ ਗਈਆਂ ਉੱਥੇ ਕੋਈ ਲਿਖ ਨਹੀਂ ਸਕਦੇ slogan ਅਵਲਲਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਹ ਨਹੀਂ ਲਿਖਦਾ ਤੇ ਮਾਨਸ ਕੀ ਜਾ ਸਭ ਇੱਕ ਹੀ ਕੋਈ ਲਿਖਦਾ ਕਹਿੰਦਾ ਪਹਿਲੋ ਮੈਨੂੰ ਦੇਖੋ ਆ ਤਾਂ ਸਾਡੀਆਂ ਜਮੀਰਾਂ ਜਿਸ ਪੰਜਾਬ ਦੀ ਪੰਜ ਦਰਿਆਵਾਂ ਦੀ ਅਸੀਂ ਪੋਲੀਟਿਸ਼ੀਨਾਂ ਨੇ ਮਿੱਟੀ ਵੇਚੀ ਉਹਦੇ ਤੇ ਕੋਈ ਤਰਨਾ ਨਹੀਂ ਲੱਗਦਾ ਵੀ ਤੁਸੀਂ ਪੰਜਾਬ ਨੂੰ ਵੇਚਤਾ ਸਾਡੇ ਨੂੰ ਕਿਵੇਂ ਬਚਾਓਗੇ ਬਿੱਟਾ ਸਾਹਿਬ ਪੰਜਾਬ ਨੂੰ ਨਹੀਂ ਇਹ ਪੰਜਾਬ ਜੇ ਇਦਾਂ ਧਰਨੇ ਚੱਲਦੇ ਰਹੇ ਪੰਜਾਬ ਨਹੀਂ ਬਚਣਾ ਕੌਣ ਕਿੱਥੋਂ ਪੰਜਾਬ ਨੂੰ ਬਚਾ ਲੋਗੇ ਤੁਸੀਂ ਅਸੀਂ ਸਾਰੇ ਇੱਕੋ ਜਿਹੇ ਹੋਗੇ ਤਾਂ ਗੱਲਾਂ ਹੀ ਰਹਿ ਗਈਆਂ ਨਹੀਂ ਗੱਲਾਂ ਬਿਲਕੁਲ ਆਪਾਂ ਗੱਲਾਂ ਹੀ ਕਰਦੇ ਬਿਲਕੁਲ ਤੁਸੀਂ ਜਿਹੜੀ ਗੱਲ ਕਹਿ ਰਹੇ ਬੜੀ ਵਧੀਆ ਸਵਾਲ ਦਾ ਗੱਲ ਕੀਤਾ ਇਹੀ ਤਾਂ ਮੈਂ ਕਿਸੇ ਚੈਨਲ ਤੇ ਕੱਲ ਬੋਲ ਰਿਹਾ ਸੀ ਅਰੇ ਪੰਜਾਬ ਦਾ ਬਣੂ ਕੀ ਬੰਦੀ ਸਿੱਖ ਬੰਦੀ ਸਿੱਖ ਤੱਕ ਪੰਜਾਬ ਦਾ ਬਣੂ ਕੀ ਲੁਧਿਆਣੇ ਦੇ ਵਿੱਚੋਂ ਫੈਕਟਰੀਆਂ ਵਾਲੇ ਲੋਕ ਜਾ ਰਹੇ ਨੇ ਪਹਿਲਾਂ ਵੀ ਚਲੇ ਗਏ ਹੁਣ ਫੇਰ ਜਾ ਰਹੇ ਪਤਾ ਤੁਹਾਨੂੰ ਟਰਾਂਸਫਰ ਹੋ ਰਹੇ ਨੇ ਇੱਥੋਂ ਜਾ ਰਹੇ ਨੇ ਕੋਈ ਹਿਮਾਚਲ 'ਚ ਫੈਕ ਕੋਈ ਹਰਿਆਣੇ ਚ ਫੈਕਟਰੀ ਲਾ ਰਿਆ ਕਹਿੰਦੇ ਇੱਥੇ ਸਿਆਪਾ ਮੁਕਣਾ ਹੀ ਨਹੀਂ ਅਸੀਂ ਛੱਡ ਕੇ ਚਲੇ ਜਾਨੇ ਨਾ ਹਿੰਦੂ ਚ ਫਰਕ ਆ ਨਾ ਸਿੱਖ ਚ ਫਰਕ ਸਿੱਖ ਫੈਮਲੀਆਂ ਆਪਣੇ ਬੱਚਿਆਂ ਨੂੰ ਲੈ ਕੇ ਇਥੋਂ ਵਿਦੇਸ਼ਾਂ ਚ ਜਾ ਰਹੀਆਂ ਨੇ ਜਿਨ੍ਹਾਂ ਕੋਲ ਪੈਸੇ ਨੇ ਕੋਈ ਨੌਕਰੀ ਪੇਸ਼ਾ ਪੈਸੇ ਚਾਰ ਪੈਨਸ਼ਨ ਦੇ ਉਹਨਾਂ ਕੋਲ ਹੈਗੇ ਨੇ ਉਹ ਲੈ ਕੇ ਆਪਣੇ ਵਿਦੇਸ਼ਾਂ ਚ ਬੱਚਿਆਂ ਨੂੰ ਪੜਾ ਰੇ ਨੇ ਜਾ ਰਹੇ ਨੇ ਆ ਸਾਡੀ ਪੰਜਾਬ ਹੈ ਇਹਦੇ ਤੇ ਕਿਉਂ ਨਹੀਂ ਗੱਲ ਕਰਦਾ ਰੋਜ ਧਰਨਾ ਰੋਜ ਕਰੀ ਇੱਥੇ ਕਰੀ ਉੱਥੇ ਚਲੋ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਬੱਬੇ ਹਾਲ ਜੋ ਵੀ ਉਹ ਹੋਇਆ ਉਹਦੇ ਤੇ ਸਾਨੂੰ ਧਰਨਾ ਲਾਣਾ ਚਾਹੀਦਾ ਉਹਦੇ ਤੇ ਸਾਨੂੰ ਸੰਘਰਸ਼ ਕਰਨਾ ਚਾਹੀਦਾ ਪਰ ਆਹ ਕਿਹੜਾ ਰੋਜ ਦਾ ਪੰਗਾ ਵੀ ਤੁਸੀਂ ਚੰਡੀਗੜ੍ਹ ਪੁਲਿਸ ਨੂੰ ਗੱਲ ਪੈਜੋ ਤੁਸੀਂ ਅੰਦਰ ਜਾਓ ਕੱਲ ਨੂੰ ਤੁਸੀਂ ਗਵਰਨਰ ਹਾਊਸ ਤੇ ਚਲੇ ਜਾਓ ਕੱਲ ਨੂੰ ਤੁਸੀਂ ਪੁਲਿਸ ਹੈੱਡਕੁਆਰਟਰ ਚਲੇ ਜਾਓ ਕੱਲ ਤੂੰ ਕੱਲ ਨੂੰ ਤੁਸੀਂ ਸੀਐਮ ਹਾਊਸ ਚਲੇ ਜਾ ਵੀ ਕੌਣ ਬਰਦਾਸ਼ਤ ਕਰੇਗਾ ਕਾਨੂੰਨ ਬੜਾ ਵੱਡਾ ਹੈ ਗੱਲ ਦੇਖੋ ਗੱਲ ਅਸੂਲਾਂ ਦੀ ਕਰੀਏ ਸਾਡੀ ਕੋਈ ਕਿਸੇ ਨਾਲ ਲੜਾਈ ਥੋੜਾ ਯਾਰ ਜਿਨ੍ਹਾਂ ਲੋਕਾਂ ਨੇ ਮਾਰਿਆ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆਂ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਜੋ ਕੋਰਟ سزا ਦੇਵੇ ਉਹ ਕਰ ਲਓ ਪਰ ਆ ਤੁਸੀਂ ਜਿਹੜਾ ਰੋਜ਼ ਦਬਾਅ ਪਾਉਣ ਵਾਲਾ ਕੰਮ ਕੀਤਾ ਤੁਸੀਂ ਰੋਜ਼ ਇਹ ਕਰੋਗੇ 3 ਸਾਲ ਬਾਅਦ ਫੇਰ ਸਾਰੇ 15 20 50 100 ਇਕੱਠੇ ਹੋ ਜਾਣਗੇ ਹੁਣ ਜੀ ਇਹਨਾਂ ਨੂੰ ਛੱਡਦੇ ਹੋਏ ਬੰਦੀ ਸੇਖਣ ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਦੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲਦੇ ਇਹ ਸਾਡੀ ਪਗੜੀ ਪਹਿਲਾ ਸਾਡੀ ਇੱਜ਼ਤ ਪਹਿਲਾ ਪਗੜੀ ਤੇ ਜਿਹੜਾ ਦਾਗ ਲੱਗੇ ਹੁਣ ਮੈਂ ਅਗਰ ਕੋਈ ਗਲਤ ਕੰਮ ਕਰਦਾ ਤੇ ਮੇਰੀ ਪੱਗ ਤੇ ਦਾਗ ਲੱਗੂ ਮੇਰੀ ਪੱਕ ਤੇ ਲਾਗੋ ਮੇਰੀ ਗੁਰੂ ਮਹਾਰਾਜ ਦੀ ਸਿੱਖੀ ਤੇ ਦਾਗ ਲਊਗਾ ਇਹਨਾਂ ਦੇ ਚਾਰ ਬੰਦਿਆਂ ਨੇ ਮਾੜੇ ਸ਼ਬਦ ਕਹਿਣਾ ਮੈਂ ਕੀ ਕਰਦਾ ਮੇਰਾ ਪੂਰਾ ਦੇਸ਼ ਘੁੰਮਦਾ ਲੋਕ ਸਾਨੂੰ ਇੱਜ਼ਤ ਦਿੰਦੇ ਨੇ ਲੋਕ ਸਾਨੂੰ ਨਹੀਂ ਇੱਜ਼ਤ ਦਿੰਦੇ ਸਾਡੀ ਪਗੜੀ ਨੂੰ ਇੱਜ਼ਤ ਦਿੰਦੇ ਨੇ ਸਾਡੀ ਪਗੜੀ ਦੀ ਸ਼ਾਨ ਹੈ ਤੇ ਬਿੱਟਾ ਹੈ ਸਾਡੀ ਪਗੜੀ ਸਿਰ ਤੇ ਨਹੀਂ ਬਿੱਟਾ ਹੈ ਹੀ ਨਹੀਂ ਤੇ ਇਹ ਕੀ ਕਰਦੇ ਰੋਜ਼ ਕਿਰਪਾਨਾ ਕੱਢ ਕੇ ਕੀ ਕਹਿੰਦੇ ਲੋਕ ਲੋਕ ਤਾਂ ਹੁਣ ਸਾਡਾ ਮਜ਼ਾਕ ਉਡਾਉਂਦੇ ਬਾਹਰ ਲੋਕ ਸਾਡਾ ਮਜ਼ਾਕ ਉਡਾਉਣ ਲੱਗ ਪਏ ਕਹਿੰਦੇ ਹਟਦੇ ਹੀ ਨਹੀਂ ਰੋਜ਼ ਹੀ ਕਿਰਪਾਨਾ ਰੋਜ਼ ਹੀ ਖਾਲਸਤਾਨ ਹਰ ਮੰਦਰ ਸਾਹਿਬ ਦੇ ਵਿੱਚ Hindu, Musalman, Sikh, Isai ਹਰ ਵਿਅਕਤੀ ਨਮਸਤਕ ਕਰਦਾ। ਕੋ ਹਰ ਮੰਦਰ ਸਾਹਿਬ ਇੱਕ ਕੌਮ ਦਾ ਹੈ। ਪੂਰੀ ਦੁਨੀਆ ਦੀਆਂ ਕੌਮਾਂ ਨੇ ਹਰ ਮੰਦਰ ਸਾਹਿਬ ਨੂੰ ਨਮਸਤਕ ਕੀਤਾ, ਉੱਥੇ ਆਉਂਦੇ ਨੇ ਲੈਣਾ ਲੱਗੀਆਂ ਨੇ ਉੱਥੇ। ਤੇ ਜਦੋਂ ਇਹੋ ਜੀਆਂ ਗੱਲਾਂ ਸੁਣਦੇ ਨੇ ਕਹਿੰਦੇ ਸਾਡੇ ਬਣਾ ਚ ਤਾਂ ਕੋਈ ਫਰਕ ਨਹੀਂ। ਤੇ ਫਰਕ ਕਿਉਂ ਸਮਝਦੇ ਜਿਵੇਂ ਤੁਸੀਂ ਬੜੀ ਗੱਲ ਕਰਤੀ ਫਲਾਣ ਨੇ ਜਗੇਸ਼ਵਰ ਦਾਮ ਦੀ ਤੁਸੀਂ ਗੱਲ ਕਰਤੀ ਹੁਣ ਜਗੇਸ਼ਵਰ ਦਾਮ ਦੀ ਗੱਲ ਕਰਤੀ ਜੇ ਉਹਨਾਂ ਦੇ ਤੁਸੀਂ ਉਹਨਾਂ ਦੀ ਪ੍ਰਵਚਨ ਸੁਣੋ ਉਹ ਤਾਂ ਗੁਰੂ ਮਹਾਰਾਜ ਤੇ ਗੁਰੂ ਗੁਰੂ ਮਹਾਰਾਜ ਜਿਹੜੇ ਸਹਿਬਜ਼ਾਦੇ ਤੇ ਬੋਲਦੇ ਥੱਕਦੇ ਹੀ ਨਹੀਂ ਹੋ ਬੋਲ ਹੀ ਜਾਂਦੇ ਨੇ ਸਹਿਬਜ਼ਾਦੇ ਆਹ ਤਾਂ ਸਾਡੀ ਸੋਚ ਹੈ ਜਿਨ੍ਹਾਂ ਨੇ ਤੁਹਾਨੂੰ ਸਵਾਲ ਕੀਤਾ ਪਰ ਬਿੱਟਾ ਸਾਹਿਬ ਜਿਹੜੇ ਚੈਨਲਾਂ ਤੇ ਤੁਸੀਂ ਇੰਟਰਵਿਊ ਦਿੰਨੇ ਉਹ ਹੀ ਚੈਨਲਾਂ ਦੇ ਉੱਤੇ ਬਾਅਦ ਦੇ ਵਿੱਚ ਮੈਂਟਲਿਸਟ ਬੁਲਾ ਕੇ ਉਹਨਾਂ ਨੂੰ ਦੱਸਿਆ ਕਿ ਭਾਗੇਸ਼ਵਰ ਦਾਮ ਦੇ ਵਿੱਚ ਕੀ ਉਹ ਯਾਰ ਪਹਿਲੀ ਪਹਿਲੀ ਗੱਲ ਮੇਰੀ ਪਹਿਲੇ ਗੱਲ ਸੁਣੋ ਉਹ ਵੀ ਤਾਂ ਵੇਖਿਆ ਹੀ ਉਹ ਮੇਰੀ ਪਹਿਲੇ ਸਾਨੂੰ ਆਦਤ ਪੈ ਗਈ ਪੰਜਾਬ ਦੇ ਚੰਦ ਸਾਡੇ ਸਰਦਾਰ ਭਰਾਵਾਂ ਨੂੰ ਐਵੇਂ ਬੁੱਧੀਜੀਵੀ ਬਣੀ ਜਾ ਉਹ ਤੁਸੀਂ ਕੀ ਲੈਣਾ ਹੈ ਹੈ ਜੇ ਕਿਸੇ ਨੇ ਕਿਹਾ ਹਿੰਦੂ ਰਾਸ਼ਟਰ ਬਣਾਵਾਂਗੇ ਇਹ ਐਵੇਂ ਪੰਗਾ ਲਈ ਜੇ ਨਾ ਪਤਾ ਨਹੀਂ ਅਗਲਾ ਨਿਸ਼ਾਨਾ ਕਿੱਥੇ ਹੈ ਕਿਉਂ ਗੱਲ ਕਰ ਰਿਹਾ ਸਾਡੇ ਸਰਦਾਰਾਂ ਦੇ ਉੱਤੇ ਕੋਈ ਗੱਲ ਸਵਾਲ ਉਠਾ ਸਕਦਾ ਹੈ ਕਿਸੇ ਦੀ ਹਿੰਮਤ ਪੂਰੀ ਦੁਨੀਆ ਸਾਨੂੰ ਨਮਸਤਕ ਕਰਦੀ 2% ਨੂੰ ਹਿੰਦੁਸਤਾਨ ਨਹੀਂ ਪੂਰੀ ਦੁਨੀਆ ਨਮਸਤਕ ਕਰਦੀ ਅਸੀਂ ਅਸੀਂ ਐਵੇਂ ਦੇਖੋ ਜੀ ਅਸੀਂ ਐਵੇਂ ਸਿੰਘ ਫਸਾਉਂਦੇ ਰਹਿੰਨੇ ਨਾ ਲੈਣਾ ਨਾ ਦੇਣਾ ਸਿੱਖ ਕੌਮ ਤਾਂ ਹੈ ਹੀ ਬਿਲਕੁਲ ਅਲੱਗ ਪੰਜਾਬ ਚ ਨਹੀਂ ਹਿੰਦੁਸਤਾਨ ਚ ਦੁਨੀਆ ਚ ਅਲੱਗ ਹੈ ਸਿੱਖ ਕੌਮ ਉਹਨੂੰ ਕੋਈ ਨਹੀਂ ਕਹਿ ਸਕਦਾ ਵੀ ਇਹ ਕਿਸੇ ਤੋਂ ਅਲੱਗ ਹੈ ਅਲੱਗ ਕੌਮ ਹੈ ਔਰ ਇਸ ਸ਼ਾਨ ਅਲੱਗ ਹੈ ਔਰ ਇਸ ਸ਼ਾਨ ਕੋ ਸਿੱਖ ਕੌਮ ਦੇ ਨਾਲ ਨਹੀਂ ਪੂਰੀ ਦੁਨੀਆ ਨੇ ਉਹਦੀ ਸ਼ਾਨ ਨੂੰ ਨਮਸਤਕ ਕਰਕੇ ਖੜਾ ਕੀਤਾ ਅਸੀਂ ਜਾਣ ਬੁੱਝ ਕੇ ਪੰਗਾ ਲੈਨੇ ਹਿੰਦੂ ਫਲਾਣਾ ਹਿੰਦੂ ਫਲਾਣਾ ਅਸੀਂ ਆ ਪੰਗੇ ਲੈਂਦੇ ਰਹੇ ਨੇ ਆਰਐਸਐਸ ਆਰਐਸਐਸ ਨੇ ਕੀ ਵਿਗਾੜਿਆ ਜੀ ਨਰਿੰਦਰ ਮੋਦੀ ਨਰਿੰਦਰ ਮੋਦੀ ਨੇ ਕੀ ਵਿਗਾੜਿਆ ਜੀ ਉਹ ਨਰਿੰਦਰ ਮੋਦੀ ਜੀ ਜਿਨੇ ਕਰਤਾਰਪੁਰ ਸਾਹਿਬ ਦਾ ਗੇਟ ਖੋਲਿਆ ਉਹ ਹੀ ਉਹੀ ਨਰਿੰਦਰ ਮੋਦੀ ਨਾ ਜਿੰਨੇ ਉਹ ਥੋੜੇ ਖਤਰਨਾਕ ਕਤਵਾਰੀਆਂ ਨੂੰ ਵੀ ਭਾਈ ਅਮਰਤਪਾਲ ਦੀ ਗੱਲ ਹੁੰਦੀ ਤੇ ਸਾਫ ਬਹੁਤ ਸਾਰੇ ਲੋਕ ਕਹਿੰਦੇ ਕਿ ਕਈ ਕਿਸੇ ਏਜੰਸੀ ਦਾ ਵੀ ਏਜੰਟ ਹੋ ਸਕਦਾ ਉਹਦੇ ਚ ਅਲੱਗ-ਅਲੱਗ ਵਿਚਾਰਧਾਰਾ ਰੱਖਣ ਵਾਲੀਆਂ ਭਾਵੇਂ ਪਾਰਟੀਆਂ ਹੈਗੀਆਂ ਨੇ ਉਹਨਾਂ ਦਾ ਵੀ ਜ਼ਿਕਰ ਕਰਦੇ ਕਿ ਉਹ ਏਜੰਟ ਹੋ ਸਕਦੇ ਮੈਂ ਅੱਜ ਅਮਰਤਪਾਲ ਬਾਰੇ ਨਹੀਂ ਗੱਲ ਕਰਾਂਗਾ ਮੈਂ ਇਸ ਕਰਕੇ ਤੁਹਾਡੇ ਕੋਈ ਸਵਾਲ ਨੈਕਸਟ ਜਿਹੜਾ ਇਹਦੇ ਨਾਲ ਜੋੜਨਾ ਚਾਹਨਾ ਇਸ ਕਰਕੇ ਜੋੜਨਾ ਚਾਹਨਾ ਕਿਉਂਕਿ ਭਾਈ ਅਮਰਤਪਾਲ ਹੋਰਾਂ ਨੇ ਕੱਲ ਵਿਆਹ ਤੋਂ ਬਾਅਦ ਇਹ ਦੁਬਾਰਾ ਬਿਆਨ ਦਿੱਤਾ ਕਿ ਮੈਂ ਦੁਬਾਰਾ ਤੋਂ ਖਾਲਸਾ ਵੀਰ ਸ਼ੁਰੂ ਕਰਨ ਲੱਗਾ ਦੇਖ ਕੱਲ ਵੀ ਕਿਸੇ ਚੈਨਲ 'ਚ ਕੱਲ ਹੋਣਾਰੀ ਸ਼ਾਦੀ ਸੀ ਜਦੋਂ ਕੋਈ ਸ਼ੁਰੂ ਕਰਨਗੇ ਅਗਰ ਤਾਂ ਉਹ ਧਰਮ ਪ੍ਰਚਾਰ ਕਰਦੇ ਨੇ ਤੇ ਬਹੁਤ ਚੰਗੀ ਗੱਲ ਹੈ ਅਗਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਹਟਾ ਕੇ ਸਿੱਧੇ ਰਸਤੇ ਤੇ ਲਾਉਂਦੇ ਨੇ ਬਹੁਤ ਚੰਗੀ ਗੱਲ ਹੈ ਅਗਰ ਕੋਈ ਇਸ ਤਰ੍ਹਾਂ ਦਾ ਬਿਆਨ ਦਿੰਦੇ ਫਿਰ ਉਹਦਾ ਜਵਾਬ ਦੇਵਾਂਗੇ ਕੱਲ ਉਹਨਾਂ ਦੀ ਸ਼ਾਦੀ ਹੋਈ ਹੈ ਮੈਂ ਚਾਹੁੰਦਾ ਕੱਲ ਉਹਨਾਂ ਦੀ ਸ਼ਾਦੀ ਹੋਈ ਅੱਜ ਮੈਂ ਉਹਨਾਂ ਦੇ ਬਾਰੇ ਕੋਈ ਐਸਾ ਸ਼ਬਦ ਨਾ ਕਹਾਂ ਫੇਰ ਹੀ ਨਾ ਸਰ ਨਹੀਂ ਐਸਾ ਸ਼ਬਦ ਨਾ ਕਹਾਂ ਕਿਉਂਕਿ ਗੁਰੂ ਮਹਾਰਾਜ ਦੀ ਤਾਬਿਆ ਦੇ ਸਾਹਮਣੇ ਹਾਂ ਹਾਂ ਹਾਂਜੀ ਮੀਆਂ ਬੀਬੀ ਨੇ ਸੌ ਚੁੱਕੀ ਐ ਤੇ ਮੈਂ ਮੇਰੀ ਜ਼ਮੀਰ ਨਹੀਂ ਵੱਜਦੀ ਕਿ ਮੈਂ ਕੱਲ ਸ਼ਾਦੀ ਤੇ ਅੱਜ ਉਹਨਾਂ ਦੇ ਬਾਰੇ ਮਾੜੀ ਭਾਸ਼ਾ ਦਾ ਪ੍ਰਯੋਗ ਕਰਾਂ ਅਗਰ ਕੋਈ ਕੱਲ ਨੂੰ ਇਹੋ ਜਿਹੇ ਸਵਾਲ ਉੱਠਦੇ ਨੇ ਪੰਜਾਬ ਨੂੰ ਤੋੜਨ ਦੇ ਪੰਜਾਬ ਦੀ ਇਸੇ ਕੌਮ ਨੂੰ ਬਦਨਾਮ ਕਰਦੇ ਪੰਜਾਬ ਤੇ ਖਾੜਸਤਾਨ ਦੇ ਤੇ ਜਵਾਬ ਦੇਾਂਗੇ ਪਰ ਅੱਜ ਮੇਰਾ ਜਵਾਬ ਦੇਣਾ ਨਹੀਂ ਬਣਦਾ ਕਿਉਂਕਿ ਕੱਲ ਉਹਨਾਂ ਦੀ ਸ਼ਾਦੀ ਹੋਈ ਐ ਉਹ ਵੀ ਇੱਕ ਇਨਸਾਨ ਹੈ ਆਪਾਂ ਕੋਈ ਕਰ ਬਟਾ ਸਾਹਿਬ ਤੁਸੀਂ ਜਿੱਦਾਂ ਦੀਆਂ ਗੱਲਾਂ ਕਰਦੇ ਹੋ ਤੁਹਾਡੇ ਕੋਲੋਂ ਬਹੁਤ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਬਹੁਤ ਸਾਰੇ ਜੋ ਲੋਕ ਇਸ ਵਕਤ ਉਮੀਦਾਂ ਰੱਖਦੇ ਨੇ ਉਹ ਇੱਕ ਉਮੀਦ ਤੁਹਾਡੇ ਕੋਲੋਂ ਵੀ ਲਗਾ ਕੇ ਬੈਠੇ ਹੋਏ ਆ ਕਿ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਉਹ ਹਕੀਕਤ ਦੇ ਨਾਲ ਗਰਾਉਂਡ ਜ਼ੀਰੋ ਤੇ ਆ ਕੇ ਕਿਸੇ ਤਰੀਕੇ ਨਾਲ ਕੁਝ ਕੀਤਾ ਜਾ ਸਕਦਾ ਹੈ ਕਿ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਦਾ ਭਲਾ ਕਿਵੇਂ ਹੋ ਸਕਦਾ ਤੁਸੀਂ ਦੱਸੋ ਕਿਸ ਚੀਜ਼ ਦਾ ਭਲਾ ਮੈਂ ਕੋਈ ਚੀਫ ਮਿਨਿਸਟਰ ਤਾਂ ਹਾਂ ਨਹੀਂ ਹਾਂ ਮੈਂ ਕੋ ਸੈਂਟਰ ਦਾ ਮੰਤਰੀ ਤੁਹਾਡੇ ਨਾਲ ਲੋਕ ਪਾਵਰ ਤਾਂ ਹੈ ਨਹੀਂ ਮੈਂ ਕੀ ਕਰ ਸਕਦਾ ਮੈਂ ਦੇਖੋ ਮੇਰਾ ਜਿਹੜਾ ਇਹ ਵੀ ਤਾਂ ਮੋਰਚੇ ਮੋਰਚੇ ਤਾਂ ਚੱਲਦੇ ਪਏ ਨੇ ਤੁਸੀਂ ਵੀ ਮੋਰਚਾ ਕੋਈ ਇਸ ਤਰੀਕੇ ਦਾ ਸੋਚਦੇ ਹੋ ਕਿ ਹਾਂ ਵੀ ਲਗਾ ਦੇਣਾ ਚਾਹੀਦਾ ਕਿ ਹਾਂ ਵੀ ਜਿੰਨੀ ਦੇਰ ਤੱਕ ਇਹ ਜਸਟਿਸ ਨਹੀਂ ਹੋਏਗਾ ਭਾਵੇਂ ਸੈਕਰੀਲੇਜ ਦਾ ਇਸ਼ੂ ਹੈ ਭਾਵੇਂ ਲੁੱਟੇ ਸਾਧ ਦਾ ਇਸ਼ੂ ਹੈ ਭਾਵੇਂ ਕੋਈ ਹੋਰ ਇਸ਼ੂ ਹੈ ਉਨੀ ਦੇਰ ਤੱਕ ਮੈਂ ਪਿੱਛੇ ਨਹੀਂ ਹਟਣ ਵਾਲਾ ਦੇਖੋ ਜੀ ਮੈਂ ਪੰਜਾਬ ਦੀ ਪੋਲਿਟਿਕ ਬੜੀ ਅਜੀਬ ਹੈ ਹੈਨਾ ਮੇਰਾ ਸਭ ਤੋਂ ਵੱਡਾ ਕੰਮ ਸੀ ਪੰਜਾਬ ਦੀ ਅਮਨ ਸ਼ਾਂਤੀ ਮੌਤ ਦਾ ਕਫਨ ਬੰਨਿਆ ਆਪਣੇ ਸਰੀਰਾਂ ਤੇ ਬੰਬ ਖਾਦੇ ਆਪਣੇ ਦੋ ਚਾਰ ਸੁਰੱਖਿਆ ਕਰਮਚਾਰੀ ਸ਼ਹੀਦ ਹੋਏ ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕੀਤਾ ਅਸੀਂ ਕਿਸੇ ਨੂੰ ਗੋਲੀ ਨਹੀਂ ਮਾਰੀ ਅਸੀਂ ਕੋਈ ਪੁਲਿਸ ਮੁਕਾਬਲਾ ਨਹੀਂ ਕਰਾਇਆ ਅਸੀਂ ਕਿਸੇ ਦੇ ਕੇਸ ਨਹੀਂ ਰਜਿਸਟਰ ਕਰਾਇਆ ਅਸੀਂ ਗੁਰੂ ਮਹਾਰਾਜ ਦੀ ਸੋਚ ਤੇ ਮਾਨਵਤਾ ਦੀ ਰੱਖਿਆ ਹੁਣ ਕਰਦਿਆਂ ਹੋਇਆ ਇੱਕ ਪਾਪੀ ਗੁਨਾਹਗਰ ਸਿੱਖਣੇ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਪਿੰਡਾਂ ਦੇ ਵਿੱਚ ਲੋਕ ਨੌਜਵਾਨਾਂ ਨੂੰ ਕੱਢ ਕੇ ਤਿਰੰਗੇ ਝੰਡੇ ਫੜ ਕੇ ਲੋਕਾਂ ਨੂੰ ਜਗਾ ਕੇ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਆਪਣੇ ਨੌਜਵਾਨਾਂ ਦੇ ਨਾਲ ਖੂਨ ਕੱਢ ਕੱਢ ਕੇ ਜਿਹੜੇ ਜ਼ਖਮੀ ਹੁੰਦੇ ਸੀ ਬੋਤਲਾਂ ਤਿਆਰ ਰੱਖਦੇ ਸੀ ਅਸੀਂ ਮਾਨਵਤਾ ਲਈ ਕੰਮ ਕੀਤਾ ਮੈਂ ਆਪਣੇ ਮਿਸ਼ਨ ਨੂੰ ਪੂਰਾ ਕਰ ਲਿਆ ਮੈਂ ਹੁਣ ਪੰਜਾਬ ਦੇ ਵਿੱਚ ਜੇ ਤੁਸੀਂ ਕਹੋ ਕਿ ਮੈਂ ਕੋਈ ਸੰਘਰਸ਼ ਕਰਾਂ ਮੈਂ ਇਨਾ ਵਾਂਗੂ ਕੋ ਧਰਨਾ ਲਾਵਾਂ ਉਹ ਮੇਰੇ ਵਾਸਤੇ ਕੰਮ ਨਹੀਂ ਹੈ ਉਹ ਸਰਕਾਰਾਂ ਦਾ ਕੰਮ ਹੈ ਪੋਲਿਟੀਕਲ ਪਾਰਟੀਆਂ ਦਾ ਕੰਮ ਹੈ ਮੈਂ ਧਰਨਾ ਲਾਵਾਂਗਾ ਮੈਂ ਕਰਾਂਗਾ ਕੱਲ ਨੂੰ ਕਹਿਣਗੇ ਇਹ ਪੋਲਿਟਿਕਸ ਕਰਨਾ ਚਾਹੁੰਦਾ ਮੈਂ ਕਿਸੇ ਤੋਂ ਇਹ ਨਹੀਂ ਸੁਣਨਾ ਚਾਹੁੰਦਾ ਵੀ ਮੈਂ ਰਾਜਨੀਤੀ ਕਰਨਾ ਚਾਹੁੰਦਾ ਇਹ ਮੇਰੇ ਵਾਸਤੇ ਮੈਂ ਹਾਂ ਕੋਈ ਗਲਤ ਜਿੱਥੇ ਗੱਲ ਹੁੰਦੀ ਹੈ ਉਹਦੀ ਮੈਂ ਆਵਾਜ਼ ਉਠਾਉਣਾ ਉਹ ਲੋਕੀ ਮੈਨੂੰ ਸੁਣਨ ਵਾਲੇ ਸੁਣਦੇ ਨੇ ਜਿਨ੍ਹਾਂ ਨੂੰ ਦੇਸ਼ ਨਾਲ ਪੰਜਾਬ ਦੀ ਅਮਨ ਸ਼ਾਂਤੀ ਨਾਲ ਪਿਆਰ ਹੈ ਉਹ ਸੁਣਦੇ ਨੇ ਮੇਰੀਆਂ ਗੱਲਾਂ ਨੂੰ ਸੁਣਦੇ ਨੇ ਜਦੋਂ ਕੋਈ ਨਹੀਂ ਬੋਲਦਾ ਮੈਂ ਉਦੋਂ ਆਣਾ ਜਦੋਂ ਕੋਈ ਇਹੋ ਜਿਹੇ ਸਵਾਲ ਨਹੀਂ ਹੁੰਦੇ ਤੇ ਮੈਂ ਬਿਲਕੁਲ ਨਹੀਂ ਬੋਲਦਾ ਮੈਂ ਇਸ਼ੂ ਨਹੀਂ ਫੜਦਾ ਮੈਂ ਇਸ਼ੂ ਬਿਲਕੁਲ ਨਹੀਂ ਫੜਦਾ ਅੰਮ੍ਰਿਤਪੁਰ ਬਾਰੇ ਬੋਲਿਆ ਰਾਜ ਕੇ ਬੋਲਿਆ ਆਪਣੇ ਸਵਾਲਾਂ ਦੇ ਜਵਾਬਾਂ ਨੂੰ ਸਾਰਾ ਕੁਝ ਮੈਂ ਦੇ ਦਿੱਤਾ ਹੁਣ ਰੋਜ਼ ਮੈਂ ਉਸ ਇਸ਼ੂ ਨੂੰ ਲੈ ਕੇ ਕਰਾਂ ਅੱਗ ਲਾਵਾਂ ਉਹ ਮੇਰਾ ਕੰਮ ਨਹੀਂ ਤੁਸੀਂ ਮੈਨੂੰ ਅਪਰੋਚ ਕੀਤਾ ਮੈਂ ਤੁਹਾਡੇ ਲਈ ਹਾਜ਼ਰ ਹਾਂ ਮੇਰੇ ਕੋਲ ਟਾਈਮ ਨਹੀਂ ਸੀ ਮੈਂ ਫਿਰ ਮੇਰਾ ਮੇਰਾ ਆਖਰੀ ਸਵਾਲ ਹੈ ਨਹੀਂ ਜਿੰਨੇ ਮਰਜ਼ੀ ਸਵਾਲ ਤੁਸੀਂ ਜਦੋਂ ਲੁੱਚੇ ਸਾਧ ਬਾਰੇ ਗੱਲ ਕਰਦੇ ਹੋ ਤਾਂ ਬਹੁਤ ਸਾਰੀਆਂ ਇੰਟਰਵਿਊਜ਼ ਇਹਨਾਂ ਦਿਨਾਂ ਦੇ ਵਿੱਚ ਸਾਹਮਣੇ ਆਏ ਆ ਜਿਦੇ ਵਿੱਚ ਬਗੀਚਾ ਸਿੰਘ ਰੱਤਾ ਖੇੜਾ ਹੈਗੇ ਨੇ ਹੋਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਇਹ ਪੂਰੀ ਕਾਂਸਪੀਰੇਸੀ ਰਚੀ ਸੀ ਕਿ ਇਹਨੂੰ ਬੰਬ ਦੇ ਨਾਲ ਉਡਾ ਦਾਂਗੇ ਕਿਉਂ ਇਨੂੰ ਰਾਮ ਰਹੀਮ ਨੂੰ ਤੁਸੀਂ ਉਸ ਥਿਊਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਇਜ਼ ਇਟ ਜਸਟੀਫਾਈਡ ਇਹ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਵੀ ਲੋਕ ਜਿਹੜੇ ਹੈਗੇ ਨੇ ਕਿ ਲੋਕੀ ਜਦੋਂ ਸੋਚਦੇ ਨੇ ਕਿ ਯਾਰ ਜਸਟਿਸ ਤਾਂ ਕਨਸਟੀਟਿਊਸ਼ਨ ਵੱਲੋਂ ਜਾਂ ਅਦਾਲਤਾਂ ਵੱਲੋਂ ਨਹੀਂ ਮਿਲਦਾ ਪਿਆ ਤੇ ਕਾਨੂੰਨ ਹੱਥ ਦੇ ਵਿੱਚ ਲੈ ਲਓ ਦੇਖੋ ਜੀ ਦੋ ਮੈਂ ਗੱਲਾਂ ਪਈਆਂ ਲੁੱੱਚੇ ਸੌਦੇ ਦਾ ਕੇਸ ਤੇ ਬਾਕੀ ਦਾ ਕੇਸ ਫਰਕ ਸਾਡੀ ਕੌਮ ਦੇ ਅੰਦਰ ਜਿਹੜੇ ਸਾਡੇ ਗੁਰੂ ਦਾ ਅਪਮਾਨ ਕਰੇ ਹੁਣ ਜੇ ਮੈਂ ਇਹ ਕਹਾਂ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਸੀ ਉਹ ਹੋਏ ਲੁੱੱਚੇ ਸੌਦੇ ਨੂੰ ਹਮਲਾ ਉਹਨਾਂ ਨੇ ਕੀਤਾ ਮੇਰੇ ਵਿਚਾਰ ਅਲੱਗ ਹੈ ਇਸ ਮਾਮਲੇ ਦੇ ਵਿੱਚ ਤੁਹਾਡੇ ਕੀ ਵਿਚਾਰ ਹੈ ਜੀ ਮੈਂ ਦੱਸਦਾ ਨਾ ਮੇਰੇ ਵਿਚਾਰ ਅਲੱਗ ਹੈ ਮੈਂ ਤੁਹਾਨੂੰ ਦੱਸਾਂ ਲੁੱੱਚੇ ਸੌਦੇ ਦੀ ਕਹਾਣੀ ਦੱਸਦਾ ਮੈਂ ਦਿੱਲੀੋਂ ਆ ਰਿਹਾ ਸੀ ਤੇ ਝਿਲਮਿਲ ਟਾਬੇ ਰੁਕਿਆ ਅੱਛਾ ਜਦੋਂ ਪੰਜ ਪਿਆਰੇ ਸਜਾਏ ਮੇਰੇ ਕੋਲ ਮਿਸਟਰ ਬੈਂਸ ਨੇ ਸ਼ਾਇਦ ਆਪਣਾ ਸੁਖਵੀਰ ਬਾਦਲ ਜੀ ਦੇ ਐਡਵਾਈਜ਼ਰ ਰਏ ਉਦੋਂ ਸ਼ਾਇਦ ਉਹ ਨਹੀਂ ਸੀ ਉਹਨਾਂ ਨੇ ਇੱਕ ਮੈਨੂੰ ਪਰਚਾ ਕੱਢ ਕੇ ਦਿਖਾਇਆ ਮੈਂ ਚਾਹ ਪੀ ਰਿਆ ਸੀ ਉਥੇ ਅੰਮ੍ਰਿਤ ਛਕਾਇਆ ਜਾ ਰਿਹਾ ਸੀ ਮੇਰੇ ਅੰਦਰੋਂ ਆਵਾਜ਼ ਉੱਠੀ ਮੈਂ ਕਹਾਂ ਉਹ ਅਸੀਂ ਬੱਚੇ ਸੀ ਨਰਕਾਰੀਆਂ ਵੇਲੇ ਅੱਗ ਲੱਗੀ ਔਰ ਨਰਕਾਰੀਆਂ ਦੀ ਅੱਗ ਲੱਗੀ ਲੱਗੀ ਅੱਜ ਕਿੱਥੇ ਪਹੁੰਚ ਗਈ ਅੱਜ ਪੰਜਾਬ ਫਿਰ ਅੱਗਵਲ ਧੱਕਿਆ ਜਾ ਰਿਹਾ ਪੰਜਾਬ ਦੀ ਜਵਾਨੀ ਨੂੰ ਫਿਰ ਬਰਬਾਦ ਕਰਨ ਦੀ ਕੋਸ਼ਿਸ਼ ਹੋ ਰਹੀ ਇਹ ਕੋਈ ਸਾਜ਼ਿਸ਼ ਹੈ ਮੈਂ ਜਲੰਧਰ ਆਪਣੇ ਦੋਸਤਾਂ ਨੂੰ ਫੋਨ ਕੀਤਾ ਪ੍ਰੈਸ ਕਾਨਫਰੰਸ ਕਰਾਂਗੇ ਨਾ ਸੋਚਿਆ ਨਾ ਕੁਝ ਦੇਖ ਕੇ ਉਹ ਤਸਵੀਰ ਦੇਖ ਕੇ ਗੁਰੂ ਮਹਾਰਾਜ ਜੀ ਪੋਸ਼ਾਕ ਦੇਖ ਕੇ ਮੇਰੇ ਤੋਂ ਨਹੀਂ ਰਿਹਾ ਗਿਆ ਖੂਨ ਵਾਲਾ ਮਰ ਗਿਆ ਮਰ ਗਿਆ ਹੋਸ਼ ਆਈ ਤੇ ਆਈ ਉਹਨੇ ਕਿਰਪਾ ਕੀਤੀ ਮੈਂ ਕੌਣ ਸੀ ਮੇਰਾ ਦਿਮਾਗ ਮੇਰਾ ਸਭ ਕੁਝ ਸਾਡਾ ਉਹਦਾ ਉਹਨਾਂ ਨੇ ਮੈਨੂੰ ਸੇਵਾ ਬਖਸ਼ੀ ਮੈਂ ਜਾ ਕੇ ਉੱਥੇ ਪ੍ਰੈਸ ਕਾਨਫਰੰਸ ਕੀਤੀ ਮੈਂ ਕਹਿੰਦਾ ਪਹਿਲਾਂ ਅਸੀਂ ਬੱਚੇ ਸੀ ਹੋਸ਼ ਨਹੀਂ ਸੀ ਅੱਜ ਸਾਨੂੰ ਹੋਸ਼ ਹੈ ਇਹ ਨਵੇਂ ਸਿਰੇ ਤੋਂ ਪੰਜਾਬ ਨੂੰ ਅੱਗ ਲਾਈ ਜਾ ਰਹੀ ਹੈ ਪਹਿਲਾਂ ਨਨਕਾਰੀਆਂ ਦੇ ਟਾਈਮ ਤੇ ਲੱਗੀ ਹੁਣ ਇਹ ਆਈ ਜਾ ਰਹੀ ਅਸੀਂ ਪੰਜਾਬ ਨੂੰ ਬਚਾਵਾਂਗੇ ਮੈਨੂੰ ਮਾਲਵੇ ਤੋਂ ਬੜੇ ਮੇਰੇ ਦੋਸਤਾਂ ਦੇ ਕੋਲ ਐਮ.ਐਲ.ਏ ਕੋ ਐਕਸ.ਐਮ.ਪੀ ਕੋ ਐਕਸ.ਮਿੰਿਸਟਰ ਦੇ ਫੋਨ ਆਏ। ਉਹ ਯਾਰ ਇਹ ਤਾਂ ਸਾਡਾ ਵੋਟ ਬੈਂਕ ਹੈ। ਤੁਸੀਂ ਨਾ ਬੋਲੋ। ਉਹਨਾਂ ਨੇ ਅਪਰੋਚ ਕੀਤਾ ਹੋਣਾ। ਕਾਫੀ ਖਬਰਾਂ ਛਪੀਆਂ। ਮੈਂ ਕਿਹਾ ਵੀ ਭਾਈ ਮੈਂ ਲਖਣ ਨਹੀਂ ਲੜਨੀ ਤੁਸੀਂ ਲੜਨੀਆਂ ਲੜੋ। ਇਹ ਸਾਡਾ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੈਂ ਨਹੀਂ ਹੁਣਦਿਆਂਗਾ। ਮੈਨੂੰ ਯਾਦ ਹੈ ਜਦੋਂ ਮੈਂ ਪਾਵਰ ਸੀ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਮਿੰਿਸਟਰ ਸੀ ਮੋਗਾ ਦੇ ਕੁਝ ਲੋਕ ਸੀ। ਉਹਨਾਂ ਨੇ ਕਈ ਵਾਰੀ ਕਿਹਾ ਵੀ ਸੱਚੇ ਸੌਦੇ ਦੇ ਜਾਣਾ। ਮੈਨੂੰ ਇੰਨਾ ਕੁ ਪਤਾ ਸੀ ਪੁਰਾਣੇ ਜਿਹੜੇ ਗੁਰੂ ਮਹਾਰਾਜ ਜੇ ਮੈਂ ਸਰੂਪ ਦੇਖਦਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਖੂਨ ਇੱਕ ਤੇ ਦੁੱਧ ਉਹ ਉਹਨੂੰ ਕਹਿੰਦੇ ਸੀ ਸੱਚਾ ਸੌਦਾ ਹੈ ਨਾ ਮੈਨੂੰ ਇੰਨਾ ਪਤਾ ਸੀ ਵੀ ਮੈਂ ਨਹੀਂ ਜਾਣਾ ਮੈਂ ਮਨਾ ਕਰਤਾ ਕਈ ਵਾਰੀ ਮੈਨੂੰ ਅਪਰੋਚ ਕੀਤਾ ਮੇਰੇ ਅੰਦਰੋਂ ਆਵਾਜ਼ ਨਹੀਂ ਆਈ ਵੀ ਇਹ ਸਭ ਝੂਠ ਹੈ ਉਹ ਗੱਲ ਸਾਬਤ ਹੋਈ ਮੈਂ ਕੁਝ ਦੇਰ ਚੁੱਪ ਰਿਹਾ ਬੜਾ ਮਿਰਤੇ ਦਬਾ ਪਿਆ ਫਿਰ ਇੱਕ ਇੰਡੀਆ ਟੀਵੀ ਤੇ ਇੰਟਰਵਿਊ ਸੀ ਰਜੇਸ਼ ਸ਼ਰਮਾ ਦੀ ਇੰਡੀਆ ਟੂਡੇ ਦੀ ਇੱਕ ਪੱਤਰਕਾਰ ਸੀ ਉਹਦਾ ਨਾਮ ਸੀ ਮੈਡਮ ਦਾ ਮੈਨੂੰ ਯਾਦ ਨਹੀਂ ਭਵਰਾ ਜਾਂ ਕੁਝ ਤਰ੍ਹਾਂ ਦਾ ਨਾਮ ਸੀ ਤੇ ਮੈਂ ਚੰਡੀਗੜ੍ਹ ਦੇ ਅੰਦਰ ਸੀ ਰਾਤ ਨੂੰ ਇੰਡੀਆ ਟੀਵੀ ਤੇ ਸੁਣ ਰਿਆ ਸੀ ਤੇ ਅਦਿੱਤਿਆ ਆਰੀਆ ਇਹਦਾ ਸਪੋਕਸਮੈਨ ਤੇ ਇੱਕ ਪਾਸੇ ਮਨਜੀਤ ਸਿੰਘ ਕੋਲਕਾਤਾ ਐਡੀ ਖੁੱਲੀ ਦਾੜੀ ਐਨ ਸਿੰਘ ਸਜੇ ਇੱਕ ਪਾਸੇ ਅਕਾਲ ਤਖਤ ਪਟਨਾ ਸਾਹਿਬ ਦੇ ਜਥੇਦਾਰ ਮੈਂ ਦੇਖਦਿਆਂ ਦੇਖਦਿਆਂ ਜਦੋਂ ਮੇਰਾ ਖੂਨ ਖੋਲਿਆ ਜਦੋਂ ਉਹ ਤੂ ਤੂ ਕਰਕੇ ਸਾਡੇ ਜਥੇਦਾਰਾਂ ਨੂੰ ਬੁਲਾ ਰਿਹਾ ਸੀ ਤੂ ਤੂ ਕਰਕੇ ਉਹਨਾਂ ਦਾ ਸਪੋਕਸਪਰਸਨ ਉਹਨਾਂ ਦਾ ਸਪੋਕਸਪਰਸਨ ਔਰ ਰਜੇਸ਼ ਸ਼ਰਮਾ ਜੀ ਨੂੰ ਵੀ ਇਹ ਕਹਿ ਰਿਹਾ ਸੀ ਵੀ ਤੁਸੀਂ ਕਬੂਤਰ ਵਾਂਗੂ ਅੱਖਾਂ ਬੰਦ ਕਰਕੇ ਬੈਠੇ ਹੋ ਮੇਰੇ ਕੋਲ ਰਜੇਸ਼ ਸ਼ਰਮਾ ਜੀ ਦਾ ਨੰਬਰ ਸੀ ਮੈਂ ਫੋਨ ਕੀਤਾ ਉਹਨਾਂ ਚੋਂ ਕਿਸੇ ਨੇ ਫੋਨ ਚੁੱਕਿਆ ਮੈਂ ਕਿਹਾ ਬੰਦਾ ਤੁਹਾਡੇ ਕਾਬੂ ਨਹੀਂ ਆਉਂਦਾ ਮੇਰੀਆਂ ਲੈਣਾ ਜੋੜੋ ਟੈਲੀਫੋਨੀ ਡਿਪੇਡ ਚ ਤੁਸੀਂ ਕਹਿੰਦਾ ਉਸੇ ਟਾਈਮ ਕਹਤਾ ਸੀ ਉਹ ਉੱਥੇ ਨਹੀਂ ਰਿਹਾ ਗਿਆ ਮੇਤੋਂ ਕੋ ਮੇਰਾ ਮੇਰੇ ਦੋਸਤ ਸਨ ਮੈਂ ਉਹਨਾਂ ਨੂੰ ਅਪਰੋਚ ਕੀਤਾ ਮੇਰੀਆਂ ਲੈਣਾ ਜੁੜੀਆਂ ਕੁਦਰਤੀ ਅਦਿੱਤਿਆ ਆਰੀਆ ਕੁਝ ਸਮਾਂ ਪਹਿਲਾਂ ਕਿਤੇ ਇੱਥੇ ਆਇਆ ਸੀ ਜੀ ਅਸੀਂ ਖੇਡਾਂ ਕਰਾਉਣੀਆਂ ਅਸੀਂ ਕੈਂਪ ਲਾਉਣੇ ਲਾ ਰਹੇ ਹਾਂ ਸਾਨੂੰ ਕੋਈ ਐਕਟਰ ਹੀਰੋ ਚਾਹੀਦਾ ਮੈਂ ਉਹਨੂੰ ਕਹਤਾ ਵੀ ਤੁਸੀਂ ਹੀਰੋ ਕੀ ਕਰਨੇ ਨੇ ਤੇ ਮੈਂ ਉਹਨੂੰ ਫਿਰ ਕਿਹਾ ਮੈਂ ਕਹਾ ਏਦਾਂ ਹੀ ਕਹਾ ਮੈਂ ਕਹਾ ਅਦਿੱਤਿਆ ਆਰੀਆ ਇਹ ਜਿਹੜਾ ਤੂੰ ਤੂੰ ਕਰ ਰਿਹਾ ਨਾ ਇਹਨਾਂ ਤੋਂ ਮਾਫੀ ਮੰਗ ਰਜਾ ਸ਼ਰਮਾ ਜੀ ਮੈਂ ਉਹਨਾਂ ਇਹਨਾਂ ਮੇਰੀ ਬਹਿਸ ਕਰਾਓ ਮੈਂ ਕਹਿੰਦਾ ਰੈਵੀ ਲਾਂਡੀ ਰੈਵੀ ਲਾਂਡੀ ਡਾਈ ਲਾਂਦਾ ਬਾਬਾ ਤੇਰਾ ਇਥੋਂ ਕਰੋਲ ਬਾਗ ਤੋਂ ਸਮਾਨ ਖਰੀਦਦਾ ਫੇਸ ਬੈਗ ਲਾਂਦਾ ਬਾਬਾ ਫਿਰ ਬਾਬੇ ਦੇ ਖਿਲਾਫ ਮੈਂ ਮੋਰਚਾ ਖੋਲ ਦਿੱਤਾ ਮੈਨੂੰ ਨਹੀਂ ਪਤਾ ਵੀ ਸਵੇਰੇ ਮੈਂ 7 ਵਜੇ ਮੇਰੀ ਨੀਂਦ ਖੁੱਲੀ ਮੈਂ ਬਾਥਰੂਮੋਂ ਆਇਆ ਮੈਨੂੰ ਨਹੀਂ ਪਤਾ ਅੱਧਾ ਘੰਟਾ ਨੀਂਦ ਪਈ ਮੈਨੂੰ ਕੋ ਆਵਾਜ਼ ਆਈ ਇਦਾਂ ਦੀ ਕਿ ਇਹ ਕੰਮ ਅਸੀਰਵਾਜ ਜਿਵੇਂ ਕੋਈ ਦਿੰਦਾ ਮੈਨੂੰ ਐ ਕੋਈ ਮਹਾਪੁਰਸ਼ ਦਾ ਅਸੀਰਵਾਦ ਮਿਲਿਆ ਉਹ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਵੀ ਇਦਾਂ ਸੁਪਨਾ ਆਇਆ ਕੋ ਤੀਰ ਛੱਡ ਰਹੇ ਨੇ ਦਿੱਲੀ ਦੇ ਗੁਰਦੁਆਰਾ ਸਾਹਿਬ ਤੋਂ ਬੰਗਲਾ ਸਾਹਿਬ ਤੋਂ ਹੂੰ ਤੇ ਉਹ ਫਿਰ ਮੈਨੂੰ ਮੇਰੇ ਇੱਕ ਧਾਰਮਿਕ ਦੋਸਤ ਸੀ ਉਹਨੇ ਕਿਹਾ ਉਹ ਜਿਹੜਾ ਤੀਰ ਹੈ ਉਹ ਮੋਤੀ ਬਾਗ ਤੋਂ ਛੱਡਿਆ ਗਿਆ ਸੀਗਾ ਗੁਰਦੁਆਰਾ ਸਾਹਿਬ ਮੈਨੂੰ ਮੋਤੀ ਬਾਗ ਦਾ ਮੈਂ ਕੰਮ ਮੈਨੂੰ ਇਤਿਹਾਸ ਨਹੀਂ ਪਤਾ ਮੈਂ ਉੱਥੇ ਗਿਆ ਮੱਥਾ ਟੇਕਿਆ ਕਿਸੇ ਨੇ ਕਿਹਾ ਅਨੰਦਪੁਰ ਸਾਹਿਬ ਜਾ ਉੱਥੇ ਵੀ ਗਿਆ ਉਸ ਤੋਂ ਬਾਅਦ ਫਿਰ ਮੈਨੂੰ ਜਿਵੇਂ ਐਂ ਲੱਗਦਾ ਨਾ ਸੇਵਾ ਮਿਲੀ ਹੁੰਦੀ ਹੈ ਮੈਨੂੰ ਇੱਕ ਪਾਪੀ ਗੁਨਾਹਗਰ ਜਿਹਾ ਸਿੱਖ ਨੂੰ ਸਿੱਧਾ ਚਲਾ ਗਿਆ ਸਿਰਸਾ ਸਿਰਸਾ ਜਾ ਕੇ ਜਿੰਨੇ ਕੁ ਮੇਰੇ ਕੋਲ ਕੱਟ ਹੋ ਸਕਦਾ ਸੀ ਅਲੱਗ-ਅਲੱਗ ਜਗ੍ਹਾ ਤੇ ਪ੍ਰੈਸ ਕਾਨਫਰੰਸਾਂ 'ਚ ਮੈਂ ਬੋਲਿਆ ਆਹ ਬਾਬਾ ਮੈਂ ਕਿਹਾ ਮੇਰੇ ਨਾਲ ਤੂੰ ਬਹਿਸ ਕਰ ਪੂਰੀ ਜੰਗ ਦੇ ਖਿਲਾਫ ਮੈਂ ਅੱਜ ਤੱਕ ਮੈਂ ਕਦੀ ਫਿਸਲਿਆ ਨਹੀਂ ਮੈਂ ਕਦੀ ਫਿਸਲਿਆ ਨਹੀਂ ਬਾਬੇ ਦੇ ਖਿਲਾਫ ਜੰਗ ਸੀ ਜੰਗ ਹੈ ਜੰਗ ਜਾਰੀ ਰਹੇਗੀ ਤੁਸੀਂ ਮੈਨੂੰ ਦੱਸੋ ਸਾਰੀਆਂ ਪੋਲਿਟੀਕਲ ਪਾਰਟੀਆਂ ਤੋਂ ਉਹਦੇ ਅੱਗੇ ਝੁਕਦੀਆਂ ਸੀ ਵੋਟਾਂ ਦੇ ਖਾਤਰ ਤੁਹਾਡੇ ਤੋਂ ਦਬਾਅ ਨਹੀਂ ਆਇਆ ਕੋਈ ਹੈ ਦਬਾਅ ਨਹੀਂ ਆਇਆ ਕੋਈ ਤੁਹਾਡੇ ਤੋਂ ਨਹੀਂ ਆਇਆ ਕਈ ਵਾਰੀ ਕਈਆਂ ਨੇ ਕੋਈ ਹਿੰਮਤ ਹੀ ਨਹੀਂ ਕਰਨ ਦੀ ਦਬਾਅ ਤਾਂ ਕਈਆਂ ਤੇ ਆਏ ਵੀ ਉਸ ਰਸਤੇ ਤੇ ਜਾਣਾ ਹੀ ਨਹੀਂ ਜਿਹੜੇ ਰਸਤੇ ਤੇ ਜਾਣਾ ਹੀ ਨਹੀਂ ਅੱਜ ਮੈਂ ਫਰਜ਼ ਕਰੂ ਕਿਸੇ ਦਾ ਦਬਾਅ ਤੇ ਆ ਜਾਂਦਾ ਤੇ ਮੈਂ ਆਪਣੇ ਗੁਰੂ ਮਹਾਰਾਜ ਸਾਹਿਬ ਨਾਲ ਧੋਖਾ ਕਰਦਾ ਮੈਂ ਸੱਚੇ ਪਾਤਸ਼ਾਹ ਨਾਲ ਧੋਖਾ ਕਰਦਾ ਮੈਂ ਉਹਨਾਂ ਨਾਲ ਧੋਖਾ ਤੇ ਨਹੀਂ ਕਰ ਸਕਦਾ ਦਵਾ ਥੋੜਾ ਹੈ ਮੇਰੀ ਐਨਐਸਜੀ ਹਟੀ ਇਹਨੇ ਬੜੀ ਕੋਸ਼ਿਸ਼ ਕੀਤੀ ਐਨਐਸਜੀ ਹੁੰਦੀ ਸੀ ਮੇਰੇ ਕੋਲ ਕਿਉਂਕਿ ਪੂਰੀ ਪਾਵਰ ਸੀ ਵੋਟ ਬੈਂਕ ਆ ਉਦੋਂ ਸਾਨੂੰ ਇੰਨਾ ਵੀ ਨਹੀਂ ਸੀ ਪਤਾ ਵੀ ਇਹ ਕੋਈ ਬਾਬੇ ਨੇ ਕੋਸ਼ਿਸ਼ ਕੀਤੀ ਤੁਹਾਡੀ ਐਨਐਸਜੀ ਹਟਾਉਣ ਦੀ ਹਾਂ ਪੂਰੀ 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 ਕਿਉਂਕਿ ਹੁੱਡਾ ਦੇ ਨਾਲ ਸੀ ਅਟੈਚ ਸੀ ਪੂਰੇ ਸੀਗਾ ਵੀ ਇਹ ਸਾਡਾ ਖਹਿੜਾ ਨਹੀਂ ਛੱਡਦਾ ਬੜਾ ਕੋਸ਼ਿਸ਼ ਹੋਈ ਜਨਾਂ ਨੇ ਬੜਾ ਹਟਾਈ ਜਾਂ ਕੀਤੀ ਕੋਸ਼ਿਸ਼ ਨੇ ਮੇਰੇ ਮੇਰੇ ਖਿਲਾਫ ਬੜੀ ਕੀਤੀ ਪਰ ਮੈਂ ਆਪਣੀ ਆਵਾਜ਼ ਅੱਜ ਤੱਕ ਮੇਰੀ ਹਟੀ ਨਹੀਂ ਮੇਰੀ ਆਵਾਜ਼ ਜਾਰੀ ਹੈ ਮੇਰੀ ਆਵਾਜ਼ ਜਾਰੀ ਰਹੇਗੀ ਹਾਂ ਅੱਜ ਅਸੀਂ ਕਮਜ਼ੋਰ ਇਸ ਕਰਕੇ ਸਾਡੀਆਂ ਪੋਲੀਟੀਕਲ ਪਾਰਟੀਆਂ ਖੁੱਲਕੇ ਨਹੀਂ ਬੋਲਦੀਆਂ ਇਹ ਧਰਨੇ ਮਾਰਨ ਵਾਲੇ ਖੁੱਲਕੇ ਨਹੀਂ ਬੋਲਦੇ ਇਹਨਾਂ ਨੂੰ ਚਾਹੀਦਾ ਵੀ ਬਠੰਡਾ ਜਾ ਕੇ ਦਰਨਾ ਮਾਰ ਅੱਛਾ ਸਰ ਮੈਂ ਨਾ ਐਵੇਂ ਰਿਸਰਚ ਕਰ ਰਿਹਾ ਸੀਗਾ ਤੇ ਇੰਡੀਆ ਟੂਡੇ ਤੇ 1993 ਦੇ ਵਿੱਚ ਇੱਕ ਲੇਖ ਛਪਿਆ ਸੀਗਾ ਤੁਹਾਡੇ ਉੱਤੇ ਤੇ ਮੈਂ ਵੈਸੇ ਜ਼ਿਕਰ ਕਰਨਾ ਚਾਹਣਾ ਤੁਸੀਂ ਗੱਲ ਕਰਨਾ ਚਾਹੋ ਤਾਂ ਠੀਕ ਹੈ ਨਹੀਂ ਤਾਂ ਰਹਿਣ ਉਹਦਾ ਸਿੱਖ ਜ਼ਿਕਰ ਸੀਗਾ ਕਿ ਤੁਸੀਂ ਆਪਣੀ ਜਵਾਨੀ ਵੇਲੇ ਜਦੋਂ ਸਰਦਾਰ ਬੈਂਸ ਸਿੰਘ ਹੋਰਾਂ ਦੀ ਸਰਕਾਰ ਸੀ ਕੋਈ ਐਮਐਲਏ ਫੰਡ ਤਾਂ ਸੀ ਐਮਐਲਏ ਐਮਐਲਏ ਕੁੱਟਤਾ ਸੀ ਕੋਈ ਹਾਂ 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 ਦੇਖੋ ਅਵੜੀਆਂ ਗੱਲਾਂ ਕਦੀ ਹੋਈਆਂ ਨਹੀਂ ਨੀ ਕੋਈ ਗੱਲ ਨਹੀਂ ਦੇਖੋ ਗੱਲ ਇਹ ਹੈ ਉਹ ਜਿਹੜੇ ਦੋ ਐਮਐਲਏ ਸੀ ਮੈਂ ਉਹਨੂੰ ਬੰਬ ਲਾਸਟ ਹੋਇਆ ਸੀ ਮੈਂ ਚੱਲ ਨਹੀਂ ਸਕਦਾ ਸੀ ਨਵੇਂ-ਨਵੇਂ ਪੰਜਾਬ ਦੇ ਹਾਲਾਤ ਠੀਕ ਕਰ ਰਹੇ ਸੀ ਉਹਨਾਂ ਨੇ ਕੋਈ ਸਵਾਲ ਜਵਾਬ ਇਹੋ ਜੇ ਕਰਤੇ ਉਹ ਜਿਹੜਾ ਮੈਂ ਕੰਮ ਕੀਤਾ ਅੱਜ ਮੈਂ ਮਹਿਸੂਸ ਕਰਦਾ ਉਹ ਗਲਤੀ ਸੀ ਉਹ ਨਹੀਂ ਨਾ ਉਹ ਨਹੀਂ ਕਰਨਾ ਜਦ ਇਹਨੂੰ ਮੈਚੋਰ ਨਹੀਂ ਸੀ ਜਿਹੜੀ ਗਲਤੀ ਹੈ ਗਲਤੀ ਹੈ ਮੈਂ ਮੰਨਣਾ ਉਹ ਮੈਨੂੰ ਨਹੀਂ ਸੋਭਾ ਦਿੰਦਾ ਮੈਂ ਹੋਇਆ ਕੀ ਸੀ ਉਦੋਂ ਹੈ ਹੋਇਆ ਕੀ ਸੀ ਹੋਇਆ ਹੋਇਆ ਕੀ ਸੀ ਵੀ ਕੋਈ گورنر ਦਾ ਭਾਸ਼ਣ ਹੋ ਰਿਹਾ ਸੀ ਕੋ ਟੋਕਾ ਟਾਕੀ ਹੋ ਰਹੀ ਸੀ ਪੰਜਾਬ ਦੀ ਅਮਨ ਸ਼ਾਂਤੀ ਉਹ ਆਪਣੀ ਪੋਲਿਟਿਕਸ ਕਰ ਰਹੀ ਸੀ ਤੇ ਮੈਂ ਉਹਨਾਂ ਵੱਲ چلا ਗਿਆ ਵਧ ਗਿਆ ਕਿਹੜੇ ਪਾਰਟੀ ਦੇ ਸੀਗੇ ਉਹ ਇੱਕ ਮੋਗੇ ਦਾ ਸੀ ਮੇਰੇ ਖਿਆਲ ਅਮਰਿੰਦਰ ਸਿੰਘ ਦੀ ਪਾਰਟੀ ਦੇ ਸੀ ਸ਼ਾਇਦ ਸਰ ਉਹ ਥੋੜੇ ਤੇ ਉਹ ਜਿਹੜਾ ਕੰਮ ਹੈ ਮੈਂ ਬਾਅਦ ਚ ਮਹਿਸੂਸ ਕੀਤਾ ਕਈ ਸਾਲਾਂ ਬਾਅਦ ਵੀ ਉਹ ਕੰਮ ਗਲਤ ਹੈ ਉਹ ਨਹੀਂ ਹੋਣਾ ਚਾਹੀਦਾ ਸੀ ਅਸੀਂ ਅਸੀਂ ਸਮਾਜ ਦੇ ਅਦਰਸ਼ ਆ ਅਸੀਂ ਜ਼ਿੰਮੇਵਾਰ ਵਿਅਕਤੀ ਆ ਅਸੀਂ ਅਸੈਂਬਲੀਆਂ 'ਚ ਅਗਰ ਕਿਸੇ ਦੇ ਇਤਾਂ ਹੱਥ ਛੁੱਕਣ ਲੱਗ ਪਈਏ ਤੇ ਲੋਕ ਕੀ ਸਿੱਖਣਗੇ ਉਹਦੀ ਤਾਂ ਮੈਂ ਬੜਾ ਚੰਗਾ ਸਵਾਲ ਪੁੱਛਿਆ ਇਹਨੇ ਸਾਲਾਂ ਬਾਅਦ ਤੇ ਉਹਦੀ ਤਾਂ ਮੈਂ ਮਾਫੀ ਮੰਗਦਾ ਮੈਂ ਮਤਲਬ ਉਹ ਮੇਰੇ ਤੋਂ ਗਲਤ ਕੰਮ ਹੋਇਆ ਮੈਚੋਰ ਨਹੀਂ ਸੀ ਮੈਂ ਮਾਫੀ ਮੰਗਦਾ ਉਹਨਾਂ ਤੋਂ ਵੀ ਮੰਗ ਲਈ ਸੀ ਚਲੋ ਇੱਕ ਹਲਕਾ ਫੁਲਕਾ ਸਵਾਲ ਹੋਰ ਨਹੀਂ ਨਹੀਂ ਪੁੱਛੋ ਨਰਸੀਮਹਾ ਰਾਓ ਦੀਆਂ ਨਜ਼ਰਾਂ 'ਚ ਤੁਸੀਂ ਕਦੋਂ ਆਏ ਨਰਸੀਮਹਾ ਰਾਓ ਦੀਆਂ ਨਜ਼ਰਾਂ 'ਚ ਉਹਦੋਂ ਆਇਆ ਜਦੋਂ ਰਾਜੀਵ ગાંધી ਜੀ ਦੀ ਡੈਥ ਹੋ ਗਈ ਹਾਂ ਤੇ ਫਿਰ ਮੈਂ ਘਰ ਬੈਠ ਗਿਆ ਮੈਂ ਰਾਜੀਵ ગાંધી ਜੀ ਮੈਨੂੰ ਬਹੁਤ ਪਿਆਰ ਕਰਦੇ ਸੀ ਮੈਂ ਉਹਨਾਂ ਦੇ ਬੜਾ ਨੇੜੇ ਰਿਹਾ ਹਾਂ ਹੈਨਾ ਤੇ ਨਰਸਿਮਹਾ ਰਾਓ ਜੀ ਨੂੰ ਕਿਸੇ ਨੇ ਕਿਹਾ ਵੀ ਇਹ ਬਹੁਤ ਕੰਮ ਕਰਨ ਵਾਲਾ ਨੌਜਵਾਨ ਹੈ ਹੈਨਾ ਤੇ ਮੇਰਾ ਕੋ ਉਹਨਾਂ ਨਾਲ ਪੁਰਾਣਾ ਸੰਬੰਧ ਨਹੀਂ ਸੀ ਉਹਨੇ ਮੇਰੇ ਕੰਮ ਨੂੰ ਦੇਖਦਿਆਂ ਹੋਇਆ ਵੀ ਮੈਂ ਪਾਰਟੀ 'ਚ ਅੱਛਾ ਕੰਮ ਕਰਦਾ ਉਹਨਾਂ ਨੇ ਫਿਰ ਮੈਨੂੰ ਟਿਕਟ ਦਿੱਤੀ ਫਿਰ ਯੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਬੜੀ ਉਹਨਾਂ ਨੇ ਥਾਵਾ ਤੇ ਕਹਿੰਦੇ ਜਦੋਂ ਬਲਾਸਟ ਹੋਇਆ ਸੀਗਾ ਉਦੋਂ ਤੁਹਾਨੂੰ ਕਾਲ ਆਈ ਸੀ ਰਾਓ ਸਾਹਿਬ ਦੀ ਨਰਸਿਮਹਾ ਰਾਓ ਸਾਹਿਬ ਦੀ ਔਰ ਤੁਸੀਂ ਬੜਾ ਹੌਸਲੇ ਦੇ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹ ਖੁਸ਼ ਹੋ ਗਏ ਸੀਗੇ ਕੁਛ ਐਦਾਂ ਦਾ ਵੀ ਸੀਗਾ ਕਿ ਕੋ ਉਹਨਾਂ ਨਾਲ ਮੇਰੀ ਕਾਲ ਆਉਂਦੀ ਰਹਿੰਦੀ ਸੀ ਤੇ ਕਾਲ ਉਦੋਂ ਆਈ ਜਦੋਂ ਮੈਂ ਪੰਜਾਬ ਦਾ ਮਿਨਿਸਟਰ ਸੀ ਪੀਡੀਆਈ ਚ ਸੀ ਤੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਮੇਰੇ ਕੋਲ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਜੀ ਮੇਰਾ ਡਿਪਾਰਟਮੈਂਟ ਲੈ ਲਓ ਮੈਨੂੰ ਵਿਦਆਊਟ ਪੋਰਟਫੋਲੀਓ ਕਰ ਦਿਓ ਹੈ ਨਾ ਕਹਿੰਦੇ ਨਰਸਿਮਹਾ ਰਾਓ ਜੀ ਨੇ ਕਿ ਇਹਨੂੰ ਚਾਰ ਡਿਪਾਰਟਮੈਂਟ ਹੋਰ ਦਿਓ ਕਿੰਦੇ ਉਹਨਾਂ ਨਾਲ ਗੱਲ ਕਰੂੰ ਫਿਰ ਉਹਨਾਂ ਦੀ ਕਾਲ ਆਉਂਦੀ ਹੈ ਮੈਂ ਉਹਨਾਂ ਨੂੰ ਕਹਿੰਨਾ ਜੀ ਮੇਰੇ ਤੋਂ ਡਿਪਾਰਟਮੈਂਟ ਲੈ ਨੂੰ ਮੈਨੂੰ ਵਿਦੋਟ ਪੋਰਟਫੋਲਡ ਕਹਿੰਦੇ ਤੁਮੇ ਹੋਰ ਡਿਪਾਰਟਮੈਂਟ ਨਹੀਂ ਦਿੱਤੀ ਉਹਨਾਂ ਨੇ ਮੈਂ ਕਹਿੰਦਾ ਜੀ ਮੈਂ ਆ ਵੀ ਲੈ ਨਹੀਂ ਸਕਦਾ ਮੈਂ ਠੀਕ ਨਹੀਂ ਹਾਂ ਕਾਰਨ ਕੀ ਸੀ ਮੈਂ ਰਾਜਨੀਤੀ ਨੂੰ ਛੱਡ ਹੀ ਦਿੱਤਾ ਸੀ ਮੈਂ ਹਰਬੰਸ ਸਿੰਘ ਜਗਾਧਰੀ ਵਾਲੇ ਜਿਹੜੇ ਅੱਜ ਦੁਨੀਆ 'ਚ ਨਹੀਂ ਹੈ ਮੇਰੇ ਲਈ ਇੱਕ ਸੰਤ ਨੇ ਮੈਂ ਉਹਨਾਂ ਦੀਆਂ ਕਹਾਸਾਂ ਸੁਣਦਾ ਸੀ ਜਦੋਂ ਮੈਂ ਹਸਪਤਾਲ ਸੀ ਤੇ ਮੇਰੀ ਮਾਤਾ ਜੀ ਉਨਾਂ ਦੀਆਂ ਕੈਸਟਾ ਲਾਂਦੇ ਸੀ ਉਹਦੇ ਛੇਕ ਪਾਪ ਨਾ ਕਰ ਬੰਦੇ ਆ ਹਮ ਆਦਵੀ ਦਮ ਦੇ ਪੱਲ ਦੀ ਖਬਰ ਨਹੀਂ ਜ਼ਿੰਦਗੀ ਦੀ ਵਿਆਖਿਆ ਸੀ ਇੱਕ ਮਹੀਨਾ ਤਾਂ ਸਮਝ ਨਾ ਆਈ ਜਦੋਂ ਸਮਝ ਆਈ ਤੇ ਮੈਂ ਕਹਿੰਨੇ ਵੀ ਆਪਣੇ ਕੋ ਕੋ ਗਲਤ ਗੁਨਾਹ ਨਾ ਹੋ ਜਾਏ ਤੇ ਮੈਂ ਰਾਜਨੀਤੀ ਨੂੰ ਛੱਡਦਾ ਹਰਬੰਸ ਸਿੰਘ ਰਾਗੀ ਜਗਾਦਰੀ ਵਾਲੇ ਦੇ ਪ੍ਰਵਚਨਾਂ ਨੇ ਮੈਨੂੰ ਰਾਜਨੀਤੀ ਤੋਂ ਦੂਰ ਕਰਤਾ ਅੱਜ ਕਿੰਨੇ ਸਾਲ ਹੋ ਗਏ ਮੈਨੂੰ ਉਸ ਤੋਂ ਬਾਅਦ ਕੋ ਰਾਜ ਸਭਾ ਦੇ ਰਿਹਾ ਹੈ ਕੋ ਮੈਨੂੰ ਮਨਿਸਟਰ ਬਣਾ ਰਿਹਾ ਮੈਂ ਨਾ ਕੋ گورనర్ ਦੀ ਗੱਲ ਕਰ ਰਿਹਾ ਨਾ ਮੇਰੇ ਵਾਸਤਾ ਕੰਮ ਨਹੀਂ ਮੈਂ ਇੱਕ ਬੋਨਸ ਦੀ ਜ਼ਿੰਦਗੀ ਤੇ ਐਨੀ ਵਾਰੀ ਮੌਤ ਨੂੰ ਦੇਖਿਆ ਮੈਂ ਨਾ ਕਿਸੇ ਦਾ ਵੀ ਬੁਰਾ ਨਾ ਹੋਇਆ ਸਾਰੇ ਖੁਸ਼ ਨੇ ਮਾਨਵਤਾ ਦੀ ਗੱਲ ਕਰ ਗੁਰੂ ਮਹਾਰਾਜ ਦੀ ਸੋਚ ਤੇ ਚੱਲਣਾ ਬਟਾ ਸਾ ਪੜਾਈ ਲਿਖਾਈ ਚ ਕਿਵੇਂ ਸੀ ਤੁਸੀਂ ਪੜਾਈ ਮੈਂ ਬੀਏ ਤੱਕ ਹੀ ਪਰ ਪੜਾਈ ਵੱਲ ਮੇਰਾ ਇੰਟਰਸਟ ਨਹੀਂ ਰਿਹਾ ਨਹੀਂ ਰਿਹਾ ਮੈਂ ਅਸਰ ਕਰਕੇ ਪੁੱਛਦਾ ਪੈਗੀ ਇੱਕ ਰੱਬ ਵੱਲੋਂ ਕਿਸੇ 'ਚ ਕਾਬਲੀਅਤ ਹੁੰਦੀ ਹੈ ਨਹੀਂ ਨਹੀਂ ਦੇਖੋ ਮੇਰੇ ਕੋਲ ਕਿਤਾਬਾਂ ਦੀ ਕਾਬਲੀਅਤ ਕੋਈ ਨਹੀਂ ਹੈਨਾ ਜੇ ਕੋਈ ਅਖਬਾਰਾਂ ਵੀ ਆਉਂਦੀਆਂ ਮੈਂ ਆਰਟੀਕਲ ਪੜ੍ਹਦਾ ਸੁਰੱਖਿਆ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਇਸ਼ਾਰਿਆਂ ਨਾਲ ਸਮਝ ਜਾਂਦਾ ਹੁਣ ਜਦੋਂ ਅੰਮ੍ਰਿਤਸਰ ਬਲਾਸਟ ਹੋਇਆ ਪਹਿਲੋ ਇੱਕ ਦਿਨ ਕਹਿੰਦਾ ਰਾਤ ਨੂੰ ਮੇਰੇ ਤੇ ਬੰਬ ਚੱਲੂ ਦਿੱਲੀ ਬਲਾਸਟ ਹੋਇਆ ਪਹਿਲੇ ਪੁਲਿਸ ਅਫਸਰਾਂ ਨੂੰ ਕਹਿੰਦਾ ਵੀ ਤੁਹਾਡੀ ਸੁਰੱਖਿਆ ਨਾਕਾਮੀ ਹੈ ਇਹ ਮੇਰੇ ਤੇ ਬਲਾਸਟ ਹੋਏਗਾ ਰਾਜੀਵ ગાંધી ਤੇ ਬੰਬ ਚੱਲੇ ਆ ਤਾਮਿਲਨਾਡੂ ਇਹ ਨਹੀਂ ਕਿਹਾ ਸੀ ਵੀ ਰਜੀਵ ગાંધી ਤੇ ਤਾਮਿਲ ਲੱਡੂ ਚ ਰਜੀਵ ગાંધી ਜਿਉਂਦਾ ਨਹੀਂ ਰਹੇਗਾ ਕਿਉਂਕਿ ਉਹ ਸੁਰੱਖਿਆ ਸਿਸਟਮ ਉਹਦੀ ਕੋਠੀ ਦੇ ਵਿੱਚ ਵੇਖ ਕੇ ਅੰਦਰ ਹੀ ਆਪਣੇ ਦੋਸਤ ਨੂੰ ਕਹਿੰਦਾ 26 11 ਦੀ ਘਟਨਾ ਹੋਈ ਕਰਨਾਲ ਦੇ ਵਿੱਚ ਪਹਿਲੋ ਕਹਿੰਦਾ ਸਮੁੰਦਰ ਦੇ ਜ਼ਰੀਏ ਟੈਰਰਿਜ਼ਮ ਆਏਗਾ ਨਰਿੰਦਰ ਮੋਦੀ ਤੇ ਪਟਨਾ ਤੇ ਹਮਲਾ ਹੋਇਆ ਇਹ ਨਹੀਂ ਕਿਹਾ ਪਟਨਾ ਹੋਊ ਇਹ ਕਹਿੰਦਾ ਵੀ ਨਰਿੰਦਰ ਮੋਦੀ ਤੇ ਅਟੈਕ ਹੋ ਸਕਦਾ ਜਿੱਦਾਂ ਦਾ ਸੁਰੱਖਿਆ ਸਿੱਤਾਂ ਮੈਂ ਕਿਤਾਬਾਂ ਨਹੀਂ ਪੜੀਆਂ ਪਰ ਮੈਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਰਫ ਸਤੀ ਮਾਦੀ ਕਿਰਪਾ ਨਾਲ ਮੈਂ ਜਜਮੈਂਟ ਜ਼ਰੂਰ ਕਰ ਸਕਦਾ ਕਿੱਥੇ ਗਲਤ ਹੈ ਕਿੱਥੇ ਠੀਕ ਹੈ ਇਹ ਮੈਨੂੰ ਅਨੁਭਵ ਜ਼ਰੂਰ ਹੈ ਲੋਕਾਂ ਨੇ ਬਲੂ ਸਟਾਰ ਤੇ ਕਰ ਕਿਤਾਬਾਂ ਲਿਖਦੀਆਂ ਕਿਤਾਬਾਂ ਦੀ ਲਿਖਣ ਦੀ ਲੋੜ ਨਹੀਂ ਇੱਕ ਇੱਕ ਚੀਜ਼ ਆਪਣੀਆਂ ਅੱਖਾਂ ਨਾਲ ਦੇਖੀ ਕਿਉਂ ਬਲੂ ਸਟਾਰ ਆਪਰੇਸ਼ਨ ਹੋਇਆ ਕਿਉਂ ਪੰਜਾਬ ਚ ਅਤਵਾਦ ਆਇਆ ਕੌਣ ਇਹਦਾ ਜ਼ਿੰਮੇਵਾਰ ਸੀ ਇੰਟੈਲੀਜੈਂਸ ਏਜੰਸੀਆਂ ਦਾ ਕੀ ਰੋਲ ਸੀ ਕਾਂਗਰਸ ਪਾਰਟੀ ਦਾ ਉਸ ਵੇਲੇ ਕੀ ਰੋਲ ਸੀ ਪਾੜੋ ਰਾਜ ਕਰੋ ਹਰ ਮੰਦਰ ਸਾਹਿਬ ਦੇ ਉੱਤੇ ਆਪਣਾ ਬੰਦਾ ਫਿੱਟ ਕਰ ਦੋ ਫਿੱਟ ਕਰਕੇ ਅਕਾਲੀ ਦਲ ਨੂੰ ਖਤਮ ਕਰ ਦਿਓ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੋ ਜੇ ਸਾਦਾ ਰਾਜ ਕਰਾਂਗੇ ਛੋਟੀ ਜੀ ਕਹਾਣੀ ਐ ਇਹਨੇ ਅੱਜ 36 ਹਜ਼ਾਰ ਲੋਕ ਵੀ ਬੇਗੁਨਾ ਮਰਵਾ ਦਿੱਤੇ ਮਾਵਾ ਦੇ ਲਾਲ ਜਿਨ੍ਹਾਂ ਨੇ 1K47 ਫੜੀ ਸੀ ਉਹ ਵੀ ਮਰਵਾ ਦਿੱਤੇ 84 ਦੇ ਦੰਗੇ ਵੀ ਕਰਵਾ ਦਿੱਤੇ ਸਿਰਫ ਛੋਟੀ ਜੀ ਗੱਲ ਲੰਮੀ ਕਹਾਣੀ ਨਹੀਂ ਸਾਦਾ ਰਾਜ ਪੰਜਾਬ 'ਚ ਕਰਦਿਆ ਕਰ ਪਾੜੋ ਤੇ ਰਾਜ ਕਰੋ ਤੇ ਬਲੂ ਸਟਾਰ ਆਪਰੇਸ਼ਨ ਕਰਾਉਣ ਤੋਂ ਬਾਅਦ ਬੱਡੀ ਮਜਬੂਤ ਸਰਕਾਰ ਕਾਂਗਰਸੀ ਬਣ ਕੇ ਬਈ ਅਸੀਂ ਦੇਖੋ ਜੀ ਅਸੀਂ ਹਰ ਮੰਦਰ ਸਾਹਿਬ ਤੇ ਹਮਲਾ ਕਰਦੇ ਕਿਉਂਕਿ ਹਰ ਸਿੱਖ ਨੂੰ ਅਤਵਾਦੀ ਸਮਝਿਆ ਜਾਂਦਾ ਸੀ ਸਿੱਖ ਕੌਮ ਨੂੰ ਇੰਨਾ ਅਸੀਂ ਬਦਨਾਮ ਕਰ ਦਿੱਤਾ ਸੀ ਅਸੀਂ ਇਹ ਤਾਂ ਕਹਿੰਦੇ ਅਤਵਾਦੀ ਬਣ ਗਏ ਅਤਵਾਦੀ ਬਣੇ ਕਿਉਂ ਅੱਗ ਲੱਗੀ ਕਿੱਥੋਂ ਉਹਨਾਂ ਤਾਂ ਕੋਈ ਵਾਈਟ ਪੇਪਰ ਜਾਰੀ ਹੀ ਨਹੀਂ ਕਰਦਾ ਅੱਗ ਲਾਉਣ ਵਾਲੇ ਤਾਂ ਪੋਲੀਟਿਸ਼ੀਅਨ ਸੀ ਅੱਗ ਲਾਉਣ ਵਾਲੇ ਤਾਂ ਏਜੰਸੀਆਂ ਦੇ ਲੋਕ ਸੀ ਏਜੰਸੀਆਂ ਦੇ ਲੋਕਾਂ ਨੇ ਕਿਉਂ ਨਹੀਂ ਕਿਹਾ ਉਸ ਵਲੇ ਦੀਆਂ ਸਰਕਾਰਾਂ ਨੂੰ ਵੀ ਆਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਦਖਲ ਦੇ ਰਹੇ ਹੋ ਇਸ ਬੰਦੇ ਨੂੰ ਤੁਸੀਂ ਸ਼ੈਲਟਰ ਦੇ ਰਹੇ ਹੋ ਇਹ ਕੱਲ ਨੂੰ ਆਉਣ ਵਾਲੇ ਟਾਈਮ ਤੇ ਪੰਜਾਬ ਬਰਬਾਦ ਕਰ ਦੇਗਾ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਪੋਲੀਟਿਸ਼ੀਅਨ ਅਸੀਂ ਜ਼ਿੰਮੇਦਾਰ ਹਾਂ ਅਸੀਂ ਤਾਂ ਖੈਰ ਬੱਚੇ ਸੀ ਹਜੋਸ਼ ਆਉਂਦੀ ਅਸੀਂ ਕਹਿੰਦੇ ਅਸੀਂ ਤਾਂ ਜ਼ਿੰਮੇਦਾਰ ਹਾਂ ਸਾਡੀਆਂ ਗਲਤੀਆਂ ਨਾਲ ਜਵਾਨੀ ਪੰਜਾਬ ਦੀ ਬਰਬਾਦ ਹੋ ਗਈ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਸੋ ਕਿਸੇ ਸ਼ਾਇਰ ਦਾ ਸ਼ੇਅਰ ਪੜਿਆ ਸੀਗਾ ਕਿ بڑے ਲੋਗੋਂ ਸੇ ਮਿਲਣਾ ਤੋਂ ਦੂਰੀ ਬਣਾ ਕੇ ਰੱਖਣਾ ਜਹਾਂ ਦਰਿਆ ਸਮੁੰਦਰ ਸੇ ਮਿਲਤਾ ਦਰਿਆ ਨਹੀਂ ਰਹਤਾ ਔਰ ਇਹ ਬਿੱਟਾ ਸਾਹਿਬ ਨੇ ਬਿੱਟਾ ਸਾਹਿਬ ਕਹਿੰਦੇ ਨੇ ਕਹਿੰਦੇ ਕਿ ਮੈਂ ਸਿਆਸਤ ਤੋਂ ਬਹੁਤ ਦੂਰ ਆਂ ਗੁਰੂ ਮਹਾਰਾਜ ਦੀ ਕਿਰਪਾ ਔਰ ਜਿੱਥੇ ਜਿੱਥੇ ਕਹਿਣਗੇ ਉੱਥੇ-ਉੱਥੇ ਜਾ ਕੇ ਆਵਾਜ਼ ਬੁਲੰਦ ਕਰਾਂਗਾ ਕੈਮਰੇ ਦੇ ਪਿੱਛੇ ਮੇਰਾ ਸਾਥ ਦੇ ਸੀ ਸੁਖਵਿੰਦਰ ਤੇ ਕੁਲਵਿੰਦਰ ਮੈਂ ਲੰਕੇਸ਼ ਤਿਰਖਾ ਫਿਲਹਾਲ ਮੈਨੂੰ ਦਬੋਈ ਇਜਾਜ਼ਤ ਰੱਬ ਖੈਰ ਕਰੇ